ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕੇ ਪੀ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। 2019 ਤੁਹਾਡੇ ਲਈ ਕਿਹੋ ਜਿਹਾ ਰਿਹਾ, 2020 ਕਿਹੋ ਜਿਹਾ ਰਹੇਗਾ, ਇਹ ਸਭ ਕੁਝ ਤੁਹਾਡੇ ਸਾਹਮਣੇ ਹੈ। ਤੁਸੀਂ ਇਸ ਨੂੰ ਹੰਢਾ ਚੁੱਕੇ 2019 ਨੂੰ, ਕੁਝ ਘੰਟੇ ਬਾਕੀ ਹੈ ਕਿ ਹੈ ਜਿੱਥੇ ਤੁਸੀਂ ਮੈਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਉੱਥੇ ਨਵਾਂ ਸਾਲ ਚੜ੍ਹਨ ਦੇ ਵਿੱਚ ਜਿੱਥੇ ਚੜ੍ਹ ਗਿਆ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਿਹੜੇ ਹੋਰ ਟਾਪੂ ਹੈਗੇ ਆ, ਟੋਂਗਾ, ਸਮੋਆ, ਕਿਰੀਬਾਤੀ ਅਤੇ ਕ੍ਰਿਸਮਸ, ਉਹਨਾਂ ਸਾਰਿਆਂ ਨੂੰ ਮੁਬਾਰਕਾਂ। ਅਤੇ ਤੁਹਾਨੂੰ ਤੁਸੀਂ ਇੰਤਜ਼ਾਰ ਕਰ ਰਹੇ ਹੋ, ਅਤੇ ਅਸੀਂ ਸੁਣਿਆ ਕਿ ਕਦਰਦਾਨਾਂ ਦੀ ਇਸ ਵਾਰੀ ਆਈ ਹੈ, ਨੇਕਤਾ ਨੇਕੀ ਕਰਕੇ ਚਲੇ ਗਏ, ਹੁਣ ਗੁਨਹਗਾਰਾਂ ਦੀ ਵਾਰੀ ਆਈ ਹੈ। ਅਸੀਂ ਗੁਨਹਗਾਰ ਹਾਂ ਤੁਹਾਡੇ, ਜੋ ਤੁਸੀਂ ਸਾਨੂੰ ਸਵਾਲ ਕਰਦੇ ਸੁਣਦੇ ਹੋ, ਕਈ ਸਵਾਲ ਆ ਤੁਹਾਡੇ ਪਸੰਦ ਦੇ ਹੁੰਦੇ ਆ, ਕਈ ਸਵਾਲ ਤੁਹਾਡੀ ਨਾ ਪਸੰਦ ਦੇ ਹੁੰਦੇ ਆ, ਅਤੇ ਬਹੁਤ ਵਾਰ ਇੱਦਾਂ ਹੁੰਦਾ ਕਿ ਅਸੀਂ ਉਹ ਸਵਾਲ ਵੀ ਕਰ ਬੈਠਦੇ ਹਾਂ ਜਿਹੜੇ ਸਵਾਲ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਅਤੇ ਉਹ ਸਵਾਲ ਵੀ ਹੋ ਜਾਂਦੇ ਆ ਜਿਹੜੇ ਸਵਾਲ ਤੁਸੀਂ ਸੋਚੇ ਨਹੀਂ ਹੁੰਦੇ ਗੇ। ਪਰ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਨੀਆਂ, ਗੱਲਾਂ ਉਹ ਕਰਨੀਆਂ ਜਿਹਦੇ ਵਿੱਚ ਸਵਾਲ ਨਹੀਂ ਹੋਣਗੇ, ਜਿਹਨਾਂ ਵਿੱਚ ਸਿਰਫ ਗੱਲਾਂ ਹੋਣਗੀਆਂ। ਸਵਾਲ ਤਾਂ ਮੈਂ ਰੋਜ਼ ਪੁੱਛਦਾ, ਅਤੇ ਅੱਜ ਸਵਾਲ ਤੁਹਾਡੇ ਹੋਣਗੇ, ਅਤੇ ਜਿਹੜੇ ਸਵਾਲ ਤੁਸੀਂ ਕਰਨੇ ਹੈਗੇ ਆ, ਅਤੇ ਜਿਹੜੀਆਂ ਗੱਲਾਂ ਤੁਸੀਂ ਕਰਨੀਆਂ ਹੈਗੀਆਂ, ਉਹ ਗੱਲਾਂ ਪਹਿਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦੇਵਾਂ। ਵੈਲਕਮ 2020 ਅਸੀਂ ਕਰ ਰਹੇ ਹਾਂ, ਅਤੇ ਜਿਹੜੇ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਤੁਹਾਨੂੰ ਮੈਂ ਦੱਸ ਦੇਵਾਂ। ਸਾਂਝੇ ਕਰੋ ਉਹ ਸਵਾਲ ਜਿਨ੍ਹਾਂ ਦੇ ਜਵਾਬ ਤੁਹਾਨੂੰ ਨਹੀਂ ਮਿਲ ਰਹੇ ਗੇ, ਇਹ ਇੱਕ ਨੰਬਰ 'ਤੇ ਤੁਹਾਡੀ ਗੱਲਬਾਤ ਹੋਵੇਗੀ ਸਾਡੇ ਨਾਲ। ਸਾਨੂੰ ਦੱਸੋ ਮਸਲੇ ਜਿਨ੍ਹਾਂ 'ਤੇ ਤੁਸੀਂ ਚਰਚਾ ਚਾਹੁੰਦੇ ਹੋ, ਇਹ 2 ਨੰਬਰ ਗੱਲਬਾਤ ਹੈ। 3 ਨੰਬਰ ਗੱਲਬਾਤ ਇਹ ਹੋਵੇਗੀ, ਅੱਜ ਚੁੱਕੋ ਉਹ ਸਵਾਲ ਜੋ ਸਿਆਸਤ ਨੂੰ ਪੁੱਛਣਾ ਚਾਹੁੰਦੇ ਹੋ, ਯਾਨੀ ਕਿ ਮੈਨੂੰ ਤੁਸੀਂ ਸਮਝਾਓ, ਸਾਨੂੰ ਸਮਝਾਓ, ਸਾਰੀ ਟੀਮ ਨੂੰ ਸਮਝਾਓ ਕਿ ਕਿਹੋ ਜਿਹੇ ਸਵਾਲ ਆ ਸਿਆਸਤਦਾਨਾਂ ਨੂੰ ਸਾਨੂੰ ਪੁੱਛਣੇ ਚਾਹੀਦੇ ਆ। ਅੱਜ ਤੁਹਾਡੇ ਤੋਂ ਅਸੀਂ ਸਿੱਖਣਾ, ਨਵੇਂ ਸਾਲ ਵਿੱਚ ਤੁਸੀਂ ਕੀ ਨਵਾਂ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਿਹੜੀਆਂ ਗੱਲਾਂ ਸਾਂਝੀਆਂ ਕਰਨ ਵਾਲੀਆਂ ਹੈਗੀਆਂ ਉਹ ਨਾ ਸਾਂਝੀਆਂ ਕਰਿਓ, ਜਿਹੜੀਆਂ ਤੁਸੀਂ ਕਿਸੇ ਨਾਲ ਨਹੀਂ ਸਾਂਝੀਆਂ ਕਰਦੇ, ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਕਿਸੇ ਨਾਲ ਵੀ ਸਾਂਝੀਆਂ ਕਰ ਸਕਦੇ ਹੋ, ਉਹੀ ਗੱਲਾਂ ਸਾਡੇ ਨਾਲ ਕਰਿਓ ਜ਼ਰੂਰ। 5ਵੀਂ ਗੱਲਬਾਤ ਹੋਵੇਗੀ, ਤੁਹਾਨੂੰ ਪ੍ਰਵਾਸੀ ਹੋਣ 'ਤੇ ਕੀ ਮਹਿਸੂਸ ਹੁੰਦਾ। ਜਦੋਂ ਪ੍ਰਵਾਸ ਹੁੰਦਾ ਕਿਸੇ ਦਾ, ਕੋਈ ਇੱਥੋਂ ਆਪਣਾ ਵਤਨ ਛੱਡ ਕੇ ਜਾਂਦਾ, ਕੋਈ ਆਪਣੀਆਂ ਜੜ੍ਹਾਂ ਛੱਡ ਕੇ ਜਾਂਦਾ, ਉਹਨੂੰ ਕਿਹੋ ਜਿਹਾ ਮਹਿਸੂਸ ਹੁੰਦਾ? ਜ਼ਾਹਿਰ ਜੀ ਗੱਲ ਹੈ, ਉਹ ਉੱਥੇ ਸੁੱਖ ਸਹੂਲਤਾਂ ਤਾਂ ਮਾਣਦਾ ਹੋਵੇਗਾ, ਪਰ ਉਹਨਾਂ ਸੁੱਖ ਸਹੂਲਤਾਂ ਦੇ ਵਿਚਾਲੇ ਇੱਕ ਮੋਹ ਦੀ ਤੰਦ ਹੈ, ਜਿਹੜੀ ਇੱਕ ਦੂਰੀ ਦਾ ਅਹਿਸਾਸ ਹੈ, ਉਹ ਜ਼ਰੂਰ ਹੁੰਦਾ। ਇਹੋ ਜਿਹਾ ਮਹਿਸੂਸ ਤਾਂ ਹੁੰਦਾ ਹੋਵੇਗਾ, ਜੇ ਨਹੀਂ ਮਹਿਸੂਸ ਹੁੰਦਾ ਤਾਂ ਵੀ ਦੱਸ ਦਿਓ, ਜੇ ਮਹਿਸੂਸ ਹੁੰਦਾ ਤਾਂ ਵੀ ਦੱਸ ਦਿਓ। 6ਵੇਂ ਨੰਬਰ ਦੀ ਗੱਲਬਾਤ ਇਹ ਹੋਵੇਗੀ, ਜਸ ਪੰਜਾਬੀ 'ਤੇ ਹੋਰ ਕੀ ਵੇਖਣਾ ਅਤੇ ਸੁਣਨਾ ਚਾਹੁੰਦੇ ਹੋ ਤੁਸੀਂ? ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਦੀ, ਤੁਹਾਡੇ ਜੋ ਟੀਚੇ ਹੈਗੇ ਆ ਉਹਨਾਂ ਨੂੰ ਅਸੀਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਹੁੰਦਾ ਕਿ ਅਸੀਂ ਤੁਹਾਡੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਪਾਉਂਦੇ। ਫਿਰ ਵੀ ਅਸੀਂ ਤੁਹਾਡੇ ਸੁਝਾਅ ਜ਼ਰੂਰ ਮੰਗਦੇ ਹਾਂ, ਅਤੇ ਸੁਝਾਅ ਮੰਗਣੇ ਵੀ ਚਾਹੀਦੇ ਹੈਗੇ ਆ। ਕੋਸ਼ਿਸ਼ ਕਰਾਂਗੇ ਉਹਨਾਂ 'ਤੇ ਪੂਰਾ ਉਤਰਨ ਦੀ, ਮੈਂ ਵਾਅਦਾ ਨਹੀਂ ਕਰਦਾ ਗਾ, ਕੋਈ ਵਾਅਦੇ ਟੁੱਟ ਜਾਂਦੇ ਆ, ਕੋਸ਼ਿਸ਼ਾਂ ਕਰਾਂਗੇ। ਜਸ ਪੰਜਾਬੀ ਟੀਮ ਨੂੰ ਕਿਹੜੇ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ, ਉਸਦਾ ਵੀ ਇੰਤਜ਼ਾਰ ਹਮੇਸ਼ਾ ਰਹਿੰਦਾ, ਅਤੇ ਅੱਜ ਵੀ ਇੰਤਜ਼ਾਰ ਕਰਾਂਗੇ, ਕਿਉਂਕਿ ਨਵੇਂ ਸਾਲ ਦੇ ਵਿੱਚ ਨਵੀਆਂ ਉਮੀਦਾਂ, ਨਵੀਆਂ ਤਾਂਘਾਂ ਹੁੰਦੀਆਂ, ਅਤੇ ਕਈ ਤਾਂ ਇਹ ਸੋਚਦੇ ਆ ਕਿ ਸਿਰਫ ਤਰੀਕ ਬਦਲੀ ਹੈਗੀ ਹੈ, ਪਰ ਤਰੀਕ ਨਹੀਂ ਤਵਾਰੀਖ ਬਦਲਦੀ ਹੈਗੀ ਹੈ, ਅਤੇ ਸਾਨੂੰ ਉਹ ਸਭ ਕੁਝ ਸੋਚਣਾ ਪਵੇਗਾ, ਸਿਰ ਜੋੜਨਾ ਪਵੇਗਾ, ਇਕੱਠੇ ਚੱਲਣਾ ਪਵੇਗਾ। 8 ਨੰਬਰ ਦੀ ਗੱਲਬਾਤ ਹੋਵੇਗੀ, 2020 ਵਿੱਚ ਕੋਈ 2020 ਕਹਿੰਦਾ ਉਹਨੂੰ, ਕੋਈ 2020 ਕਹਿੰਦਾ, ਕੋਈ 2020 ਕਹਿੰਦਾ, ਜੋ ਤੁਹਾਨੂੰ ਦਿਲ ਕਰਦਾ ਉਹ ਤੁਸੀਂ ਕਹਿ ਲਓ। 2020 ਵਿੱਚ ਤੁਹਾਡੇ ਮੁੱਦਿਆਂ ਨੂੰ ਕਿਵੇਂ ਹੋਰ ਬਿਹਤਰ ਥਾਂ ਦਈਏ, ਇਹ ਵੀ ਆਪਣੀ ਗੱਲਬਾਤ ਹੋਵੇਗੀ। ਸਵਾਲ ਨਹੀਂ ਪੁੱਛਣੇ, ਨਾ ਤੁਸੀਂ ਮੈਨੂੰ ਸਵਾਲ ਪੁੱਛਣ, ਨਾ ਮੈਂ ਤੁਹਾਨੂੰ ਇਹ ਸਵਾਲ ਕਰਨੇ ਆ, ਆਪਾਂ ਗੱਲਾਂ ਕਰਾਂਗੇ, ਗੱਲ ਯਾਦ ਰੱਖਿਓ, ਸਵਾਲ ਮੈਂ ਰੋਜ਼ ਕਰਦਾ। 9ਵੇਂ ਨੰਬਰ ਦੀ ਗੱਲਬਾਤ ਹੈ, ਪੰਜਾਬ, ਪੰਜਾਬੀਅਤ, ਪੰਜਾਬੀ ਅਤੇ ਪੰਜਾਬੀਅਤ ਲਈ ਅਸੀਂ ਇਕੱਠੇ ਕੀ ਕਰ ਸਕਦੇ ਹਾਂ, ਸਾਨੂੰ ਇਕੱਠੇ ਹੋ ਕੇ ਕੀ ਕਰਨਾ ਚਾਹੀਦਾ, ਕੀ ਕਰ ਸਕਦੇ ਹਾਂ ਅਸੀਂ, ਇਹ ਵੀ ਗੱਲਬਾਤ ਆਪਣੇ ਵਿੱਚ ਹੋਣੀ ਲਾਜ਼ਮੀ ਹੈ। 10ਵੇਂ ਨੰਬਰ ਦੀ ਗੱਲਬਾਤ ਹੈ, ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਲਈ ਕਿਹੜਾ ਹਮਲਾ ਮਾਰਨ ਦੀ ਲੋੜ ਹੈ, ਇਹ ਸਾਰੀ ਗੱਲਬਾਤ ਹੋਵੇਗੀ। ਇੱਕ ਫੋਨ ਨੰਬਰ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਦੇਖ ਪਾ ਰਹੇ ਹੋਵੋਗੇ, ਉਸ ਫੋਨ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹੋ। ਨੰਬਰ ਇੱਕ ਵਾਰ ਫਿਰ ਮੈਂ ਵੀ ਦੱਸ ਦਿੰਦਾ, 0015156650990, ਇਹ ਫੋਨ ਨੰਬਰ ਹੈਗਾ, ਤੁਸੀਂ ਇਹਦੇ 'ਤੇ ਫੋਨ ਵੀ ਕਰ ਸਕਦੇ ਹੋ, ਆਪਾਂ ਗੱਲਬਾਤ ਕਰਾਂਗੇ, ਵੈਲਕਮ 2020 ਕਹਾਂਗੇ। ਤਸਵੀਰਾਂ ਤੁਸੀਂ ਨਾਲ ਨਾਲ ਦੇਖੋਗੇ ਵੀ, ਟਾਈਮ ਸਕੇਅਰ ਦੀਆਂ ਵੀ ਤਸਵੀਰਾਂ ਤੁਸੀਂ ਦੇਖੋਗੇ, ਜਿੱਥੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਨਵਾਂ ਸਾਲ ਚੜ੍ਹੇ। ਨਵਾਂ ਸਾਲ ਜਿੱਥੇ ਜਿੱਥੇ ਚੜ੍ਹਦਾ ਉੱਥੇ ਉੱਥੇ ਜਸ਼ਨ ਵੀ ਮਨਾਏ ਜਾਂਦੇ ਆ, ਇਹਨਾਂ ਜਸ਼ਨਾਂ ਦੇ ਵਿਚਾਲੇ ਕੁਝ ਤਸਵੀਰਾਂ, ਕੁਝ ਖਬਰਾਂ ਅਜਿਹੀਆਂ ਵੀ ਹੁੰਦੀਆਂ ਜਿਹੜੀਆਂ ਸਾਡੇ ਦਿਲ ਨੂੰ ਹਲੂਣਾ ਦਿੰਦੀਆਂ, ਦਿਲ ਨੂੰ ਝੰਝੋੜਦੀਆਂ ਹੈਗੀਆਂ, ਪਰ ਅਸੀਂ ਇਸ ਦੌਰ ਦੇ ਵਿੱਚ, ਜਿਹੜੇ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਉੱਥੇ ਸ਼ਾਇਦ ਸੰਵੇਦਨਸ਼ੀਲਤਾ ਜਿਹੜੀ ਜਿਹੜਾ ਸਾਡੀਆਂ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਜਗ੍ਹਾ ਘੱਟ ਮਿਲਦੀ ਪਈ ਹੈ,
ਉਹਨਾਂ ਲਈ ਵੀ ਸਾਨੂੰ ਸੋਚਣਾ ਪਵੇਗਾ ਅਸੀਂ ਕਿੰਨਾ ਕੁਛ ਕਰ ਸਕਦੇ ਹਾਂ। ਵੈਸੇ ਕਈ ਲੋਕ ਕਹਿ ਰਹੇ ਆ ਕਿ ਤਰੀਕ ਬਲਦੀ ਪਈ ਹੈਗੀ ਆ, ਸਿਰਫ 19 ਦਾ ਹੀ ਫਰਕ ਹੈਗਾ, ਵੈਸੇ ਫਰਕ 19 ਦਾ ਹੀ ਹੈਗਾ। ਪਰ ਇੱਕ ਗੱਲ ਇਹ ਵੀ ਹੈਗੀ ਆ ਕਿ ਜਿਹਨੇ ਬਦਲਣਾ ਹੁੰਦਾ ਉਹ ਬਦਲ ਜਾਂਦਾ, ਉਹ ਜਨਵਰੀ ਮਹੀਨੇ ਦਾ ਇੰਤਜ਼ਾਰ ਨਹੀਂ ਕਰਦਾ ਗਾ। ਇਹ ਵੀ ਸਵਾਲ ਆਪਣੇ ਆਪ ਵਿੱਚ ਵੱਡਾ ਹੈਗਾ ਅਤੇ ਸਾਰੇ ਸਵਾਲਾਂ ਨੂੰ ਐਡਰੈਸ ਕਰਨਾ ਵੀ ਲਾਜ਼ਮੀ ਹੈਗਾ। ਵੈਲਕਮ 2020, ਅਸੀਂ ਰਲ ਕੇ ਕਹਾਂਗੇ। ਤੁਹਾਡੇ ਫੋਨ ਕਾਲ ਦਾ ਮੈਂ ਇੰਤਜ਼ਾਰ ਕਰ ਰਿਹਾ। ਜੋ ਤੁਸੀਂ ਫੋਨ ਕਰੋਗੇ ਅਸੀਂ ਗੱਲਾਂ ਬਾਤਾਂ ਕਰਾਂਗੇ, ਗੱਲਾਂ ਬਾਤਾਂ ਨੂੰ ਅੱਗੇ ਵਧਾਵਾਂਗੇ। ਜਿੰਨੀ ਦੇਰ ਤੱਕ ਤੁਸੀਂ ਕਹੋਗੇ ਉਨੀ ਦੇਰ ਤੱਕ ਮੈਂ ਇੱਥੇ ਬੈਠਾ ਰਹਾਂਗਾ, ਰੁਕਿਆ ਰਹਾਂਗਾ, ਤੁਹਾਡੀਆਂ ਗੱਲਾਂ ਬਾਤਾਂ ਸੁਣਾਂਗੇ। ਜਸ ਪੰਜਾਬੀ ਦੀ ਟੀਮ ਨੂੰ ਜੋ ਤੁਸੀਂ ਸੁਝਾਅ ਦਿਓਗੇ ਉਹ ਸੁਝਾਅ ਨੂੰ ਸਰ ਕਰਨ ਦੀ ਅਸੀਂ ਕੋਸ਼ਿਸ਼ ਵੀ ਕਰਦੇ ਰਹਾਂਗੇ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਦੇ ਵਿਚਾਲੇ ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਇਹਨਾਂ ਗੱਲਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਗਾ। ਜਦੋਂ ਇਹੋ ਜਿਹਾ ਦੌਰ ਹੋਵੇ, ਜਦੋਂ ਸਵਾਲ ਪੁੱਛਣ ਲੱਗਿਆ ਡਰ ਲੱਗਦਾ ਹੋਵੇ, ਜਦੋਂ ਗੱਲ ਕਰਨ ਲੱਗਿਆ ਡਰ ਲੱਗਦਾ ਹੋਵੇ, ਫਿਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਇੱਕ ਸਾਂਝ ਦੀ ਤੰਦ ਆ ਜਿਹੜੀ, ਸਾਂਝੀਵਾਲਤਾ ਦਾ ਸੁਨੇਹਾ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ ਪਹਿਲੀ ਪਾਤਸ਼ਾਹੀ ਨੇ, ਉਸ ਫਲਸਫੇ ਨੂੰ ਅੱਗੇ ਰੱਖਣਾ ਪਵੇਗਾ। ਜੋ ਫਲਸਫਾ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਉਸ ਫਲਸਫੇ 'ਤੇ ਸਾਨੂੰ ਹਕੀਕੀ ਤੌਰ 'ਤੇ ਅਮਲੀ ਜਾਮਾ ਪਹਿਨਾਉਣਾ ਪਵੇਗਾ। ਬਹੁਤ ਸਾਰੇ ਤੁਹਾਡੇ ਮਨਾਂ ਦੇ ਵਿੱਚ ਤਾਂਗਾਂ ਹੋਣਗੀਆਂ, ਬਹੁਤ ਸਾਰੇ ਸਵਾਲ ਹੋਣਗੇ, ਉਹਨਾਂ ਸਵਾਲਾਂ ਦਾ ਜ਼ਿਕਰ ਆ ਜਿਹੜਾ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਅਤੇ ਮੈਨੂੰ ਵਾਰ ਵਾਰ ਤੁਹਾਡੇ ਸੁਨੇਹੇ ਮਿਲੇ ਆ ਕਿ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਅਤੇ ਉਹਨਾਂ ਸੁਨੇਹਾਂ ਦੇ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ, ਇਕੱਠੇ ਰਲ ਕੇ ਸਾਂਝਾਂ ਪਾਈਏ ਅਤੇ ਉਹਨਾਂ ਸਾਂਝਾਂ ਦੇ ਵਿਚਾਲੇ ਘੜੀ ਦੀਆਂ ਸੂਈਆਂ ਜਿਹੜੀਆਂ ਉਹ ਲਗਾਤਾਰ ਟਿਕ ਟਿਕ ਕਰਦੀਆਂ ਅੱਗੇ ਵੱਧਦੀਆਂ ਜਾ ਰਹੀਆਂ। ਸਮਾਂ ਰੁਕਦਾ ਨਹੀਂ ਹੁੰਦਾ ਗਾ, ਸਮਾਂ ਚੱਲਦਾ ਰਹਿੰਦਾ, ਅਤੇ ਸਮਾਂ ਬਦਲਦਾ ਵੀ ਹੈਗਾ, ਸਮਾਂ ਇੱਕੋ ਜਿਹਾ ਵੀ ਨਹੀਂ ਰਹਿੰਦਾ ਗਾ। ਜੇ ਚੰਗਾ ਸਮਾਂ ਨਹੀਂ ਰਹਿੰਦਾ ਤਾਂ ਮਾੜਾ ਵੀ ਨਹੀਂ ਰਹਿੰਦਾ ਗਾ। ਸੋ ਉਮੀਦਾਂ, ਕੋਸ਼ਿਸ਼ਾਂ, ਆਸਾਂ ਹਮੇਸ਼ਾ ਜਿੰਦਾ ਰਹਿਣੀਆਂ ਚਾਹੀਦੀਆਂ, ਅਤੇ ਉਹਨਾਂ ਉਮੀਦਾਂ ਦੇ ਸਹਾਰੇ ਹੀ ਅਸੀਂ ਖੜ੍ਹੇ ਹਾਂ। ਮੈਂ ਤਾਂ ਇਹ ਸੋਚ ਰਿਹਾ ਸੀਗਾ ਜਦੋਂ ਇਸ ਸ਼ੋਅ ਬਾਰੇ ਮੈਨੂੰ ਪਤਾ ਲੱਗਿਆ, ਮੈਨੂੰ ਉੱਥੋਂ ਹੀ ਤੁਹਾਡੇ ਸੁਨੇਹੇ ਪ੍ਰਾਪਤ ਹੋਏ ਆ, ਸਾਡੀ ਟੀਮ ਨੂੰ, ਜਸ ਪੰਜਾਬੀ ਟੀਮ ਨੂੰ ਸੁਨੇਹੇ ਪ੍ਰਾਪਤ ਹੋਏ ਆ ਕਿ ਤੁਸੀਂ ਗੱਲਬਾਤ ਕਰਨ ਦੇ ਇੱਛੁਕ ਹੋ। ਅਤੇ ਮੈਂ ਸੋਚ ਰਿਹਾ ਸੀ ਆਪਾਂ ਗੱਲਾਂ ਕੀ ਕਰਾਂਗੇ, ਅਤੇ ਜਦੋਂ ਮੈਂ ਸੋਚਿਆ ਵਿਚਾਰਿਆ ਅਤੇ ਮੈਂ ਬੈਠਣ ਤੋਂ ਪਹਿਲਾਂ ਇਹ ਆਪਣੇ ਆਪ ਨੂੰ ਪੁੱਛ ਰਿਹਾ ਸੀਗਾ ਕਿ ਮੈਂ ਤਾਂ ਹਮੇਸ਼ਾ ਸਵਾਲ ਕਰਦਾ ਅਤੇ ਜਵਾਬ ਕੀ ਦੇਵਾਂਗਾ, ਜਵਾਬ ਦੇਣ ਲਈ ਮੈਂ ਬੈਠਾ ਵੀ ਨਹੀਂ ਗਿਆ। ਸਵਾਲ ਤੁਹਾਡੇ ਮਨ ਦੇ ਆ, ਗੱਲਾਂ ਤੁਹਾਡੇ ਮਨ ਦੀਆਂ, ਇੱਕ ਫੋਨ ਆ ਰਿਹਾ ਮੈਨੂੰ ਲੱਗਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ ਤੁਸੀਂ, ਕੀ ਨਾਮ ਤੁਹਾਡਾ? ਹਾਂਜੀ, ਮੇਰਾ ਨਾਂ ਜੀ ਸੁਰਿੰਦਰ ਸਿੰਘ ਗਿੱਲ ਹੈ ਜੀ। ਵੀਰ ਜੀ, ਤੇ ਮੈਂ ਸਟੋਕਟਨ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਮਿਹਰਬਾਨੀ ਵੀਰ ਜੀ, ਵਧਾਈ ਹੋਵੇ ਮੇਰੀ ਵੱਲੋਂ ਸਾਰਿਆਂ ਨੂੰ, ਸੁਣਨੇ ਵਾਲਿਆਂ ਨੂੰ, ਤੁਹਾਡੇ ਸਾਰੇ ਸਟਾਫ ਨੂੰ। ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ, ਤੁਹਾਨੂੰ ਤਹਿ ਦਿਲੋਂ ਮੁਬਾਰਕਾਂ। ਸ਼ੁਕਰੀਆ ਜੀ। ਗੱਲਬਾਤ ਕੀ ਕਰਨਾ ਚਾਹੋਗੇ ਸਾਡੇ ਨਾਲ? ਹਾਂਜੀ, ਮੈਂ ਇਹੋ ਹੀ ਕਰਨੀ ਚਾਹੁੰਦਾ ਜੀ ਕਿ ਪ੍ਰਦੇਸ਼ ਲਗਭਗ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਲਗਭਗ ਬਹੁਤ ਗਿਣਤੀ ਨੂੰ ਚੰਗਾ ਨਹੀਂ ਲੱਗੇਗਾ ਕੋਈ ਵੀ ਆਪਣੇ ਪ੍ਰਦੇਸ਼ ਦੇ ਖੇਡੇ ਜਾਂ ਇੱਦਾਂ ਦੇ। ਅਸੀਂ ਇਹ ਚਾਹੁੰਦੇ ਹਾਂ ਕਿ ਜਿੱਦਾਂ ਦਾ ਭਾਰਤ ਪਹਿਲਾਂ ਅਸੀਂ ਪੜ੍ਹਦੇ ਸੀ ਜਾਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ, ਵੀ ਇਹ ਸੋਨੇ ਦੀ ਚਿੜੀ ਆ, ਤੇ ਹੁਣ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਹੈਗੀਆਂ ਜਾਂ ਫਿਰ ਸਾਡੀਆਂ ਸਟੇਟਾਂ ਦੀਆਂ, ਇਹ ਕਿਉਂ ਨਹੀਂ ਏਦਾਂ ਦੇ ਉਪਰਾਲੇ ਕਰਨ, ਏਦਾਂ ਦੀ ਮਨਾਂ ਵਿੱਚ ਭਾਵਨਾਵਾਂ ਲਿਆਉਣ ਕਿ ਇਸ ਸਾਡੇ ਮੁਲਕ ਨੂੰ ਉਸੇ ਤਰ੍ਹਾਂ ਪਹਿਲਾਂ ਵਰਗਾ ਇੱਕ ਸੋਨੇ ਦੀ ਚਿੜੀ ਤੇ ਇੱਕ ਬਹੁਤ ਸੋਹਣੇ ਵਧੀਆ ਗੁਲਦਸਤੇ ਵਰਗਾ ਇਹਨੂੰ ਫੇਰ ਮੁੜ ਕੇ ਬਣਾ ਦਿੱਤਾ ਜਾਵੇ, ਨਾ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਵੀ ਵੰਡੀਆਂ ਜਾਂ ਹੋਰ ਕਿਸੇ ਤਰ੍ਹਾਂ ਦੀ ਖਿੱਚੋਤਾਣ ਨਹੀਂ ਹੋਣੀ ਚਾਹੀਦੀ। ਗਿੱਲ ਸਾਹਿਬ, ਤੁਸੀਂ ਕਿਹੜੇ ਸਾਲ ਇੱਥੋਂ ਗਏ ਸੀਗੇ ਤੇ ਤੁਹਾਡੀ ਉਮਰ ਇਸ ਵਕਤ ਕਿੰਨੀ ਹੈਗੀ ਆ? ਇਸ ਟਾਈਮ ਮੈਂ ਕੁਛ 60 ਸਾਲ ਦਾ ਆ। ਗਿੱਲ ਸਾਹਿਬ, ਜਿਹੜੇ ਤੁਹਾਡੇ ਮਨਾਂ ਦੀਆਂ ਭਾਵਨਾਵਾਂ ਹੈਗੀਆਂ ਇਸ ਨੂੰ ਅਸੀਂ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ, ਪਰ ਇਸ ਸਿਸਟਮ ਨੂੰ ਅਸੀਂ ਕਿਸ ਤਰੀਕੇ ਕਵਾਂਗੇ ਕਿ ਮੁੜ ਭਾਰਤ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ ਜਾਵੇ? ਕਿਵੇਂ ਇਸ ਸਿਸਟਮ ਨੂੰ, ਕਿਹੜੇ ਸਵਾਲ ਕਰੀਏ? ਤੁਸੀਂ ਸਾਨੂੰ ਥੋੜ੍ਹਾ ਸੁਝਾਅ ਦਿਓ ਕਿਉਂਕਿ ਤੁਹਾਡਾ ਲੰਬਾ ਤਜਰਬਾ ਹੈਗਾ ਅਤੇ ਮੈਂ ਵੀ ਤੁਹਾਨੂੰ ਪੁੱਛ ਰਿਹਾ ਸੀ ਕਿਹੜੇ ਸਾਲ ਇੱਥੋਂ ਗਏ ਸੀਗੇ? ਸਾਨੂੰ ਗਏ ਅਸੀਂ ਲਗਭਗ 8 ਦੇ ਕਰੀਬ ਆਏ ਹਾਂ ਵੀਰ ਜੀ, ਇੱਥੇ ਇੱਥੋਂ ਪੰਜਾਬ ਨੂੰ 8 ਦੇ ਆ, 2008 ਦਾ ਛੱਡਿਆ ਆਇਆ ਸੀ। ਅੱਛਾ ਜੀ। ਤੇ ਅਸੀਂ ਇਹ ਚਾਹੁੰਦੇ ਔਰ ਹੋ ਸਕਦਾ ਕੋਈ ਚੀਜ਼, ਜੇ ਕੋਈ ਕਹੇ ਨਾ ਵੀ ਕੁਛ ਵੀ ਕੋਈ ਇੰਪੋਸੀਬਲ ਆ, ਸਭ ਕੁਛ ਪੋਸੀਬਲ ਆ, ਪਰ ਇਹ ਆ ਕਿ ਸਾਡੇ ਇਨਸਾਨਾਂ ਦੇ ਮਨਾਂ ਵਿੱਚ
ਸੱਚੇ ਇਨਸਾਨ ਵਾਲਾ ਮਾਦਾ ਬਣਨਾ ਜ਼ਰੂਰੀ ਆ ਕਿ ਸਾਨੂੰ ਆਪਾ ਧਾਪੀ ਜਾਂ ਦੂਸਰੇ ਦਾ ਹੱਕ ਖਾਣਾ ਜਾਂ ਅਸੀਂ ਹਰ ਤਰ੍ਹਾਂ ਦੀ ਕਿ ਹੇਰਾ ਫੇਰੀ ਵਾਲੇ ਪੱਖਾਂ ਵਿੱਚੋਂ ਵੀ ਅਸੀਂ ਨਾ ਗੁਜ਼ਰੀਏ ਤੇ ਅਸੀਂ ਉਹ ਪੁਰਾਣਾ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਪੀਰਾਂ ਫਕੀਰਾਂ ਨੇ ਸਾਨੂੰ ਚੰਗੇ ਵਧੀਆ ਰਸਤੇ ਦੱਸੇ ਉਹਨਾਂ ਦੇ ਉੱਤੋਂ ਅਮਲ ਕਰੀਏ ਤੇ ਉਹਨਾਂ ਦੇ ਅਮਲ ਦਾ ਸਦਕਾ ਮੇਰੇ ਖਿਆਲ 'ਚ ਸਾਡੇ 'ਤੇ ਬਹੁਤ ਵੱਡਾ ਅਸਰ ਹੋ ਸਕਦਾ, ਨਾ ਕਿ ਅਸੀਂ ਗਲਤ ਕਿਸੇ ਪ੍ਰਕਾਰ ਦੇ ਵੀ ਆਪਣੀ ਬਹੁਤ ਹੌਮੇ ਲੈ ਕੇ ਤੇ ਮਤਲਬ ਇਹ ਸੋਚੀਏ ਵੀ ਅਸੀਂ ਮੈਂ ਹੀ ਜੋ ਕੁਛ ਆ ਮੈਂ ਹੀ ਸਭ ਤੋਂ ਵੱਧ ਇਕੱਠਾ ਕਰ ਲਵਾਂ ਜਾਂ ਮੈਂ ਹੀ ਇੱਦਾਂ ਹੀ ਚੈਨ ਸੁਖੀ ਹੋਵਾਂ, ਪਰ ਨਹੀਂ ਸੁਖੀ ਉਹ ਮਾਲਕ ਹੀ ਕਰਦਾ ਜਦੋਂ ਅਸੀਂ ਮਤਲਬ ਹੋਣਾ ਆ। ਗਿੱਲ ਸਾਹਿਬ ਮੈਂ ਨਾ ਗਿੱਲ ਸਾਹਿਬ ਅੱਜ ਮੈਂ ਪਹਿਲੀ ਵਾਰੀ ਇੱਦਾਂ ਦੀ ਗੱਲਬਾਤ ਕਰ ਰਿਹਾ, ਫੋਨ ਕਾਲਸ ਲੈ ਰਿਹਾ ਹੈਗਾ, ਤੁਹਾਡੀ ਸੋਚ ਨੂੰ ਸਲਾਮ ਹੈ ਪਹਿਲਾਂ ਤਾਂ ਗਿੱਲ ਸਾਹਿਬ, ਜਿਹੜੀ ਤੁਹਾਡੀ ਸੋਚ ਹੈ ਆਸ਼ਾਵਾਦੀ ਸੋਚ ਹੈ, ਅਤੇ ਜਦੋਂ ਆਸ਼ਾਵਾਦੀ ਸੋਚ ਹੋਵੇ ਫਿਰ ਕੋਈ ਵੀ ਮੰਜ਼ਿਲ ਆ ਜਿਹੜੀ ਉਹ ਸਰ ਕੀਤੀ ਜਾ ਸਕਦੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਹੀ ਮੈਂ ਹੋਵਾਂ, ਸਾਨੂੰ ਸੈਲਫ ਸੈਂਟਰਡ ਨਹੀਂ ਹੋਣਾ ਚਾਹੀਦਾ ਹੈਗਾ, ਜਦੋਂ ਮੈਂ ਹੀ ਮੈਂ ਵਿੱਚ ਅਸੀਂ ਜਿਉਂਦੇ ਹਾਂ ਹੋਮੇ ਹਾਂ ਸਾਡੇ 'ਤੇ ਭਾਰੂ ਪੈ ਜਾਂਦਾ। ਇਹ ਬਹੁਤ ਅੱਛਾ ਵਿਚਾਰ ਮੈਨੂੰ ਤੁਹਾਡਾ ਲੱਗਿਆ ਗਿੱਲ ਸਾਹਿਬ। ਮਾਲਕ ਨੇ ਸਾਨੂੰ ਸਾਰਿਆਂ ਨੂੰ ਸਾਂਝੀ ਬਾਲਤਾ ਬਹੁਤ ਪਿਆਰ ਦੇ ਨਾਲ ਜੀਣੇ ਦੀ ਜੋ ਕੁਦਰਤ ਦੇ ਸੋਮੇ ਕਦੀ ਉਹਨਾਂ ਤੋਂ ਅਸੀਂ ਸਿੱਖ ਲਈਏ। ਜੇ ਕੁਦਰਤ ਸਪੋਜ਼ ਕੇ ਸਾਨੂੰ ਸੂਰਜ ਲਾਈਟ ਦਿੰਦਾ ਜਾਂ ਤਪਸ਼ ਦਿੰਦਾ ਉਹ ਕਦੀ ਕਿਸੇ ਵਿੱਚ ਫਰਕ ਨਹੀਂ ਕਰਦਾ। ਬਿਲਕੁਲ ਠੀਕ, ਕੁਦਰਤ ਸਾਨੂੰ ਹਵਾ ਦਿੰਦੀ ਆ ਉਹਦੇ ਵਿੱਚ ਉਹਨੇ ਕਦੀ ਵੀ ਕਿਸੇ ਨਾਲ ਫਰਕ ਨਹੀਂ ਕੀਤਾ, ਇਹ ਛੋਟਾ ਹੈ ਬੜਾ ਹੈ ਕਿਹੋ ਜਿਹੇ ਥਾਂ ਤੇ ਆ। ਚਲੋ, ਕੁਦਰਤੀ ਸੋਮਿਆਂ ਤੋਂ ਹੀ ਸਾਨੂੰ ਸਬਕ ਲੈ ਲੈਣਾ ਚਾਹੀਦਾ ਜੇ ਉਹ ਸਾਡੇ ਨਾਲ ਫਰਕ ਨਹੀਂ ਕਰਦੇ। ਇਹ ਇਨਸਾਨ ਤੂੰ ਵੀ ਕਿਸੇ ਨਾਲ ਫਰਕ ਨਾ ਕਰ, ਜੀ ਤੇ ਜੀਣ ਦੇ ਔਰ ਅੱਛਾ ਇਨਸਾਨ ਬਣ। ਬਹੁਤ ਧੰਨਵਾਦ ਗਿੱਲ ਸਾਹਿਬ, ਤੁਹਾਡੀ ਇਹੋ ਸੋਚ ਨੂੰ ਸਲਾਮ ਕਰਦਾ ਇੱਕ ਵਾਰ ਫਿਰ, ਬਹੁਤ ਸ਼ੁਕਰੀਆ। ਅਗਲਾ ਕਾਲ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਲੱਗਦਾ ਫੋਨ ਕਾਲ ਕੱਟ ਗਈ ਆ, ਵੇਟਿੰਗ ਵਿੱਚ ਬੜੇ ਨੰਬਰ ਆ ਰਹੇ ਹੈਗੇ ਆ, ਅਸੀਂ ਇੰਤਜ਼ਾਰ ਕਰ ਰਹੇ ਹਾਂ, ਪਰ ਜਿਹੜਾ ਦਰਸ਼ਕ ਦਾ ਫੋਨ ਆ ਰਿਹਾ ਸੀ ਉਸ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਤਰ੍ਹਾਂ ਅਟੈਂਡ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਗੁਰਚਰਨ, ਮੈਂ ਨਾਰਥ ਕੈਰੋਲਾਈਨਾ ਅਮਰੀਕਾ ਤੋਂ ਬੋਲਦੀ ਹਾਂ। ਸਤਿ ਸ਼੍ਰੀ ਅਕਾਲ ਜੀ ਗੁਰਚਰਨ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਸੀਂ ਪਿਓਰ ਪੰਜਾਬੀ ਬੋਲਦੇ ਹੋ ਤੇ ਮੈਂ ਕਦੇ ਵੀ ਮਿਸ ਨਹੀਂ ਕੀਤਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹਦੀ ਵਧਾਈ ਦਿੰਦੀ ਹਾਂ ਤੇ ਤੁਸੀਂ ਬੜੇ ਬੇਵਾਕ ਹੋ ਕੇ ਪੋਲੀਟੀਸ਼ਨਾਂ ਤੇ ਸਵਾਲ ਚੁੱਕਦੇ ਹੋ ਵੀ ਬਹੁਤ ਵਧੀਆ, ਤੇ ਇਹ ਜਿਹੀ ਕੋਈ ਇੱਕ ਅੱਧਾ ਹੋਰ ਵੀ ਤੁਹਾਡੇ ਵਰਗਾ ਜਾਂ ਆਵਾਜ਼ ਲੜਕਾ ਚਾਹੀਦਾ ਜਿਹੜਾ ਇਸੇ ਤਰ੍ਹਾਂ ਹੀ ਇੰਟਰਵਿਊ ਕਰੇ। ਕਈ ਲੜਕੇ ਦੇਖੇ ਆ ਉਹ ਉਹਨਾਂ ਮੁਤਾਬਕ ਹੀ ਬੋਲੀ ਜਾਂਦੇ ਆ ਪੋਲੀਟੀਸ਼ਨਾਂ ਤੋਂ, ਜਿਵੇਂ ਡਰਦੇ ਜਿਹੇ ਹੁੰਦੇ ਆ। ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਮੈਂ, ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੈਂ, ਜਿਹੜਾ ਹੌਂਸਲਾ ਤੁਸੀਂ ਸਾਨੂੰ ਦਿੰਦੇ ਹੋ ਉਸ ਹੌਂਸਲੇ ਨਾਲ ਹੀ ਅਸੀਂ ਸਵਾਲ ਕਰ ਪਾਉਂਦੇ ਹਾਂ। ਅਤੇ ਦੂਜੀ ਗੱਲ ਇਹ ਹੈ ਕਿ ਸਾਨੂੰ ਬਹੁਤ ਵਾਰ ਇਹੋ ਜਿਹੇ ਸੁਨੇਹੇ ਮਿਲਦੇ ਆ ਕਿ ਜਿਹੜੇ ਡਿਬੇਟ ਸ਼ੋਅਜ਼ ਹੈ ਉਹ ਅਕਸਰ ਜਿਹੜੀਆਂ ਔਰਤਾਂ ਘੱਟ ਦੇਖਦੀਆਂ ਹੈਗੀਆਂ, ਪਰ ਮੈਨੂੰ ਚੰਗਾ ਲੱਗਿਆ ਤੁਸੀਂ ਰੋਜ਼ ਪ੍ਰੋਗਰਾਮ ਦੇਖਦੇ ਹੋ, ਇਸ ਲਈ ਤੁਹਾਡਾ ਵੀ ਧੰਨਵਾਦ। ਇਹ ਗੱਲ ਗਲਤ ਆ, ਔਰਤਾਂ ਇੱਥੇ ਬਹੁਤ ਦੇਖਦੀਆਂ, ਮੈਂ ਆਪਦੀਆਂ ਕਈ ਫਰੈਂਡਸ ਤੋਂ ਵੀ ਸੁਣਿਆ, ਉਹ ਕਹਿੰਦੇ ਅਸੀਂ ਤੁਹਾਡਾ ਸ਼ੋਅ ਤੁਹਾਡਾ ਨਾਂ ਲੈਂਦੇ ਸੀ ਵੀ ਉਹ ਕਦੇ ਨਹੀਂ ਮਿਸ ਕੀਤਾ, ਉਹ ਬਹੁਤ ਵਧੀਆ ਕੁਐਸਚਨ ਕਰਦੇ ਆ। ਚਲੋ, ਸਾਰਿਆਂ ਨੂੰ ਬਹੁਤ ਧੰਨਵਾਦ ਜੀ ਮੇਰਾ। ਤੇ ਨੰਬਰ 2 ਨਾ, ਤੁਸੀਂ ਕੋਈ ਜਿਵੇਂ ਪੰਜਾਬ 'ਚ ਕੋਈ ਹੋਰ ਗਰੀਬ ਜਿਵੇਂ ਜਿਹੋ ਜਿਹਾ ਕੋਈ ਉਹ ਵੀ ਦਿਖਾਇਆ ਕਰੋ, ਜੇ ਕਿਸੇ ਦੇ ਮਨ ਮਿਹਰ ਪਵੇ ਨੰਬਰ ਹੋਵੇ, ਕੋਈ ਇਧਰੋਂ ਕੁਛ ਦਾਨ ਕਰਨਾ ਚਾਹੇ। ਤੇ ਨੰਬਰ 3 ਮੇਰੀ ਇਹ ਵੀ ਫਰਮਾਇਸ਼ ਆ, ਪਲੀਜ਼ ਇੱਕ ਅੱਧੀ ਮੂਵੀ ਵੀ ਦਿਖਾ ਦਿਆ ਕਰੋ ਵੀਕਐਂਡ। ਚਲੋ, ਤੁਹਾਡੀ ਫਰਮਾਇਸ਼ ਮੈਂ ਪ੍ਰਬੰਧਕਾਂ ਨੂੰ ਲਾ ਦੂੰਗਾ, ਸਾਡੀ ਮੈਨੇਜਮੈਂਟ ਹੈ ਉਹਨਾਂ ਨੂੰ ਲਾ ਦੂੰਗਾ ਤੁਹਾਡੀ ਫਰਮਾਇਸ਼। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬੜਾ ਧੰਨਵਾਦ, ਮੈਨੂੰ ਬੜਾ ਚੰਗਾ ਲੱਗ ਰਿਹਾ ਤੁਸੀਂ ਸਾਰੇ ਫੋਨ ਕਾਲ ਕਰ ਰਹੇ ਹੋ, ਫੋਨ ਕਾਲਸ ਹੋਰ ਵੀ ਆ ਰਹੀਆਂ ਹੈਗੀਆਂ, ਮੈਂ ਉਹਨਾਂ ਨੂੰ ਵੀ ਲਾਊਂਗਾ ਜ਼ਰੂਰ। ਬਹੁਤ ਧੰਨਵਾਦ ਜੀ ਗੁਰਚਰਨ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ, ਕੇ ਬੀ ਸਿੰਘ ਬੋਲਦੇ ਆ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ ਤੁਹਾਡਾ? ਕੇ ਬੀ ਸਿੰਘ ਜੀ, ਮੈਂ ਸਰਜੀਤ ਕੌਰ ਬੋਲਦੀ ਆ। ਹਾਂਜੀ ਸਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ ਸਰਜੀਤ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਨਾ ਰੋਜ਼ ਦੇਖਦੀ ਹਾਂ, ਰੋਜ਼ ਡਿਬੇਟ ਦੇਖਦੀ ਹਾਂ, ਤੁਹਾਡੇ ਵਰਗਾ ਪੱਤਰਕਾਰ ਪਰਮਾਤਮਾ ਤੁਹਾਨੂੰ ਚੰਗੀਆਂ ਗੱਲਾਂ 'ਚ ਰੱਖੇ ਜੀ ਮੇਰੇ ਆਲ ਸਾਹਿਬ ਹੈ। ਬਹੁਤ ਬਹੁਤ ਪਿਆਰ ਦੇ ਰਹੇ ਹੋ ਤੁਸੀਂ, ਤੁਹਾਡਾ ਬਹੁਤ ਧੰਨਵਾਦ ਹੈ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਨਵੇਂ ਸਾਲ ਦੀਆਂ ਬਾਰੀਆਂ ਲੱਖ ਲੱਖ ਵਧਾਈਆਂ ਹੋਣ,
ਅੱਜ ਆਪਾਂ ਆਪਾਂ ਰੋਸੇ ਭੁੱਲੀਏ, ਆਪਾਂ ਅੱਗੇ ਲੰਘੀਏ, ਆਪਾਂ ਨਵੇਂ ਲਾਂਘੇ ਖੋਲਦੇ ਹਾਂ ਜੀ ਅੱਜ ਸਰਜੀਤ ਜੀ। ਹਾਂਜੀ 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 ਤੇ ਪਰਮਾਤਮਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਓਕੇ ਬਾਏ, ਥੈਂਕ ਯੂ ਜੀ। ਆਈ ਬਾਬਾ ਨਾਨਕਾ, ਜਾਈ ਬਾਬਾ ਨਾਨਕਾ, ਸਭ ਦੇ ਘਰ ਨਵੇਂ ਨਵੇਂ ਸਾਲ ਦੀਆਂ ਖੁਸ਼ੀਆਂ ਲਈ ਬਾਬਾ ਨਾਨਕਾ। ਚਲੋ ਬਹੁਤ 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 ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਹਾਨੂੰ ਬਹੁਤ ਮੁਬਾਰਕ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਫੋਨ ਕਾਲਸ ਹੋਰ ਵੀ ਆ ਰਹੀਆਂ ਹੈਗੀਆਂ, ਪਰ ਇਹਨਾਂ ਫੋਨ ਕਾਲਸ ਨੂੰ ਬ੍ਰੇਕ ਤੋਂ ਬਾਅਦ ਅਟੈਂਡ ਕਰਾਂਗੇ ਜ਼ਰੂਰ। ਮੈਂ ਲੰਮਾ ਸਮਾਂ ਬੈਠੂੰਗਾ ਤੁਹਾਡੇ ਨਾਲ, ਕੋਈ ਮੈਨੂੰ ਕਾਹਲੀ ਨਹੀਂ ਹੈਗੀ। ਵੈਸੇ ਅਕਸਰ ਜਦੋਂ ਸ਼ੋਅ ਮੈਂ ਕਰਦਾ ਹੈਗਾ ਉਦੋਂ ਕਾਹਲੀ ਹੁੰਦੀ ਹੈ, ਅਤੇ ਕਾਹਲੀ ਇਸ ਕਰਕੇ ਹੁੰਦੀ ਹੈ ਕਿਉਂਕਿ ਭਾਸ਼ਣ ਨਾ ਸੁਣਿਆ ਜਾਂਦਾ, ਨਾ ਭਾਸ਼ਣ ਦਿੱਤਾ ਜਾਂਦਾ, ਨਾ ਮੈਨੂੰ ਭਾਸ਼ਣ ਦੇਣਾ ਹੁੰਦਾ। ਮੇਰਾ ਕੰਮ ਹੈ ਸਵਾਲ ਕਰਨਾ, ਅਤੇ ਸਵਾਲ ਉਹ ਕਰਦਾ ਜਿਹੜੇ ਸਵਾਲ ਤੁਹਾਡੇ ਦਿਲ ਦੇ ਨੇੜੇ ਹੋਣ, ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਉਹੋ ਜਿਹੇ ਸਵਾਲ ਕਰਨ ਦੀ ਕੋਸ਼ਿਸ਼ ਕਰਦਾ। ਹਾਲਾਂਕਿ ਮੈਂ ਸਾਰਿਆਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਦਾ ਗਾ, ਸਾਡੀ ਪੂਰੀ ਟੀਮ ਨਹੀਂ ਖਰਾ ਉਤਰ ਸਕਦੀ, ਪਰ ਕੋਸ਼ਿਸ਼ ਜ਼ਰੂਰ ਕਰਦੀ ਹੈਗੀ ਹੈ, ਕੋਸ਼ਿਸ਼ਾਂ ਜ਼ਰੂਰ ਕਰਦੇ ਰਹਾਂਗੇ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਬਾਅਦ ਫਿਰ ਵਾਪਸ ਮਿਲਾਂਗੇ, ਤੁਹਾਡੀਆਂ ਫੋਨ ਕਾਲਸ ਦਾ ਇੰਤਜ਼ਾਰ ਹੈ। ਇੱਕ ਵਾਰ ਫਿਰ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ। ਥੋੜ੍ਹੀ ਜਿਹੀ ਬ੍ਰੇਕ ਲੈਣੀ ਵੀ ਲਾਜ਼ਮੀ ਹੁੰਦੀ ਹੈ, ਕਿਉਂਕਿ ਉਸ ਬ੍ਰੇਕ ਦੇ ਵਿੱਚ ਤੁਸੀਂ ਵੀ ਸੋਚ ਲਓਗੇ ਕਿ ਅਸੀਂ ਗੱਲ ਕੀ ਕਰਨੀ ਹੈ, ਅਤੇ ਮੈਂ ਵੀ ਸੋਚ ਲੈਣਾ ਹੈ ਤੁਹਾਡੇ ਨਾਲ ਅਸੀਂ ਗੱਲਾਂ ਅੱਗੇ ਕਿਵੇਂ ਵਧਾਉਣੀਆਂ। ਫੋਨ ਕਾਲਸ ਹੋਰ ਵੀ ਆ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਰਦਾਰ, ਹਾਂਜੀ ਸਰਦਾਰ, ਕੇਬੀ ਸਿੰਘ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਰਕੇਸ਼ ਬੋਲਦਾ ਜੀ, ਫਰੈਸਨੋ ਕੈਲੀਫੋਰਨੀਆ ਤੋਂ। ਹਾਂਜੀ ਰਕੇਸ਼ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਫੋਨ ਕੀਤਾ, ਤੇ ਨਵੇਂ ਸਾਲ ਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ? ਹਾਂਜੀ ਸਰ, ਨਵਾਂ ਸਾਲ ਇੱਕ ਰੂਟੀਨ ਜਿੱਦਾਂ ਦੇ ਬਾਕੀ ਦਿਨ ਸੀ ਉਦਾਂ ਦਾ ਇੱਕ ਦਿਨ ਹੋਣਾ, ਕਿਉਂਕਿ ਆਉਂਦੇ ਨਵੇਂ ਸਾਲ ਨਾਲ ਜਿਹੜੇ ਜ਼ਿੰਦਗੀ ਦੇ ਰੁਝਾਨ ਤੇ ਮਸਲੇ ਨੇ ਉਹ ਉੱਥੇ ਖੜੇ ਰਹਿ ਜਾਂਦੇ, ਉਹਦੇ 'ਚ ਕੋਈ ਚੇਂਜ ਨਹੀਂ ਹੁੰਦਾ। ਇਹ ਇੱਕ ਆਮ ਸਧਾਰਨ ਦਿਨ ਆ ਬਾਕੀ ਦਿਨਾਂ ਵਾਂਗੂ, ਪਰ ਜਿੱਦਾਂ ਨਾ ਮੈਂ ਹੁਣੀ ਜੁਆਇਨ ਕੀਤਾ ਤੁਹਾਡਾ ਸ਼ੋਅ ਭਾਜੀ, ਮੈਂ ਦੇਖਦਾ ਹੁੰਦਾ। ਹਾਂਜੀ ਹਾਂਜੀ। ਤੇ ਇਹ ਨਾ ਤੁਸੀਂ ਜਿਹੜਾ ਵੀ ਪੁੱਛਿਆ ਵੀ ਕੀ ਮੁੱਦੇ ਹੋਣੇ ਚਾਹੀਦੇ ਨੇ, ਤੇ ਮੈਂ ਤੁਸੀਂ ਹੁਣ ਇੱਕ ਬਹੁਤ ਸੀਨੀਅਰ ਪੱਤਰਕਾਰ ਜੇ, ਤੁਸੀਂ ਬਹੁਤ ਵਧੀਆ ਟੀਵੀ ਤੇ ਸ਼ੋਅ ਹੋਸਟ ਕਰਦੇ ਹੋ, ਤੁਸੀਂ ਕਰੰਟ ਅਫੇਅਰਸ ਦੀ ਆਮ ਬੰਦੇ ਨਾਲੋਂ ਬਹੁਤ ਸਟਰੋਂਗ ਪਕੜ ਰੱਖਦੇ ਹੋ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਇੱਕ ਆਮ ਬੰਦੇ ਦੀ ਕਿਸ ਲੈਵਲ ਤੱਕ ਸ਼ਮੂਲੀਅਤ ਹੋ ਸਕਦੀ ਹੈ, ਇੱਕ ਕੰਟਰੀਬਿਊਸ਼ਨ ਹੋ ਸਕਦੀ ਹੈ? ਜਦੋਂ ਹੁਣ ਤੁਹਾਡੇ ਸ਼ੋਅ ਤੇ ਤੁਸੀਂ ਵੱਖਰੇ ਵੱਖਰੇ ਸਪੀਕਰ ਬੁਲਾਉਂਦੇ ਹੋ, ਤੁਸੀਂ ਆਪ ਪਹਿਲਾਂ ਉਹਦੀ ਕਾਫੀ ਤਿਆਰੀ ਕਰਦੇ ਹੋਵੋਗੇ, ਤੇ ਜਦੋਂ ਤੁਸੀਂ ਬੁਲਾਉਂਦੇ ਹੋ ਇਹਨਾਂ ਦਾ ਆਪਾਂ ਫੈਕਟਸ ਇਕੱਠੇ ਕੀਤੇ ਹੁੰਦੇ ਸਰ, ਜਿੱਦਾਂ ਕੋਈ ਆਪਣੇ ਵੱਖਰੇ ਪਾਰਟੀਆਂ ਦੇ ਬੁਲਾਰੇ ਆਏ ਹੁੰਦੇ ਆ ਵੀ ਆਪਾਂ ਆਰ ਟੀ ਆਈ ਤੋਂ ਇਨਫੋਰਮੇਸ਼ਨ ਲੈ ਕੇ ਵੀ ਜਿਹੜੇ ਐਕਚੁਅਲ ਫਿਗਰਸ ਨੇ ਉਹ ਨੇ, ਤੇ ਇੱਕ ਮੇਰਾ ਸਾਰਿਆਂ ਨੂੰ ਵੱਡਾ ਸਵਾਲ ਤੁਹਾਡੇ ਤੋਂ ਇਹ ਹੈ ਕੇ ਪੀ ਜੀ, ਵੀ ਤੁਸੀਂ ਆਪ ਦੇ ਮੁਤਾਬਿਕ ਕੀ ਸੋਚਦੇ ਹੋ ਵੀ ਇਸ ਵੇਲੇ ਇਨ ਗਿਵਨ ਪੁਆਇੰਟ ਆਫ ਟਾਈਮ ਪੰਜਾਬ ਜਾਂ ਇੰਡੀਆ ਸਟੇਟ ਕਿੱਥੇ ਖੜਾ ਹੈ, ਤੇ ਇਹ ਮੈਨੂੰ ਲੱਗਦਾ ਵੀ ਲਗਭਗ ਫੇਲ ਹੋ ਹਟਿਆ, ਤੇ ਇਹਦੇ ਚ ਕਾਫੀ ਹੱਦ ਤੱਕ ਕੀ ਕੰਟਰੀਬਿਊਸ਼ਨ ਹੋ ਸਕਦੀ ਹੈ? ਰਕੇਸ਼ ਜੀ, ਜਿਹੜੇ ਸਵਾਲ ਤੁਸੀਂ ਕੀਤੇ ਆ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਆ। ਜਿਹੜੀ ਗੱਲ ਤੁਸੀਂ ਫੈਕਟਸ ਦੀ ਕੀਤੀ ਆ ਕਿ ਅਸੀਂ ਫੈਕਟਸ ਕਿੱਥੋਂ ਇਕੱਠੇ ਕਰਦੇ ਹਾਂ, ਜੇ ਤੁਸੀਂ ਸ਼ੋਅ ਰੂਟੀਨ ਦੇ ਵਿੱਚ ਦੇਖਦੇ ਹੋ ਤਾਂ ਤੁਸੀਂ ਤੁਹਾਨੂੰ ਇਹ ਪਤਾ ਹੋਊਗਾ ਕਿ ਅਸੀਂ ਬਿਨਾਂ ਫੈਕਟਸ ਤੋਂ ਗੱਲ ਨਹੀਂ ਕਰਦੇ ਗੇ। ਦੂਜੀ ਗੱਲ, ਸ਼ਾਇਦ ਮੇਰਾ ਖਿਆਲ ਤੁਸੀਂ ਇਹ ਪੁੱਛਣਾ ਚਾਹ ਰਹੇ ਹੋ ਕਿ ਜਿਹੜੇ ਪੋਲੀਟੀਸ਼ਨ ਸਾਡੇ ਕੋਲ ਆਉਂਦੇ ਆ ਕਿ ਉਹਨਾਂ ਦੇ ਫੈਕਟਸ ਸਾਡੇ ਕੋਲ ਹੁੰਦੇ ਆ। ਨਿੱਜੀ ਤੌਰ 'ਤੇ ਅਸੀਂ ਉਹਨਾਂ ਦੇ ਫੈਕਟਸ ਜਾਣਦੇ ਹੋਏ ਵੀ ਉਨੇ ਨਹੀਂ ਅਸੀਂ ਸ਼ੇਅਰ ਕਰ ਸਕਦੇ, ਕਿਉਂਕਿ ਉਹ ਨਿੱਜੀ ਜ਼ਿੰਦਗੀ ਆ। ਜੋ ਆਪਦੀ ਪਾਰਟੀ ਦੇ ਬੁਲਾਰੇ ਆ ਅਤੇ ਉਹਨਾਂ ਨੂੰ ਪਾਰਟੀ ਵੱਲੋਂ ਹੀ ਅਸੀਂ ਸਵਾਲ ਪੁੱਛਦੇ ਹਾਂ ਅਤੇ ਪਾਰਟੀ ਹੀ ਉਹਨਾਂ ਨੂੰ ਭੇਜਦੀ ਆ ਇੱਥੇ, ਅਸੀਂ ਚੂਜ਼ ਨਹੀਂ ਕਰਦੇ ਕਿ ਕਿਹੜਾ ਮਹਿਮਾਨ ਸਾਡੇ ਕੋਲ ਆ ਰਿਹਾ ਕਿਹੜਾ ਨਹੀਂ ਆ ਰਿਹਾ, ਇਹ ਪਾਰਟੀ ਤੈਅ ਕਰਦੀ ਹੈ ਉਹਨਾਂ ਨੇ ਕਿਹੜੇ ਸ਼ਖਸ ਨੂੰ ਭੇਜਣਾ। ਇੱਕ ਹੋਰ ਸਵਾਲ ਤੁਸੀਂ, ਹਾਂਜੀ 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 ਸੋਰੀ ਟੂ ਇੰਟਰਪਟ, ਨਹੀਂ ਨਹੀਂ ਬੋਲੋ ਜੀ, ਬੋਲੋ ਬੋਲੋ ਬੋਲੋ। ਪਰਸਨਲੀ ਜਿਹੜਾ ਵੀ ਕੋਈ ਸਰਕਾਰੀ ਬੁਲਾਰਾ ਨੇ ਜੀ, ਆਰ ਟੀ ਆਈ ਉਹਨਾਂ ਤੇ ਲਾਗੂ ਹੁੰਦਾ ਵੀ ਰਾਈਟ ਟੂ ਇਨਫੋਰਮੇਸ਼ਨ ਐਕਟ, ਜੇ ਆਪਣੇ ਕੋਲੇ ਕੋਈ ਇਨਫੋਰਮੇਸ਼ਨ ਹੈਗੀ ਆ ਤੁਹਾਡੇ ਕੋਲ ਕਲੈਕਟਡ ਫੈਕਟਸ ਨੇ, ਤੁਸੀਂ ਉਸ ਬੁਲਾਰੇ ਨੂੰ ਸਰਕਾਰੀ ਨੁਮਾਇੰਦੇ ਨੂੰ ਉੱਥੇ ਭੰਡ ਸਕਦੇ ਜੇ ਵੀ ਇਹ ਤੁਹਾਡੀ ਫੈਕਟ ਗਲਤ ਹੈ, ਦਿਸ ਇਜ਼ ਦੀ ਆਰ। ਉਹ ਤਾਂ ਰੋਜ਼ ਪੁੱਛਦੇ ਆ ਜੀ, ਆਪਾਂ ਰੋਜ਼ ਪੁੱਛਦੇ ਆ, ਆਪਾਂ ਫੈਕਟਸ ਤੇ ਤਾਂ ਉਹਨਾਂ ਨੂੰ ਸਵਾਲ ਕਰਦੇ ਕਰਦੇ ਆ, ਫੈਕਟਸ ਤੋਂ ਨਾ ਆਪਾਂ ਇੱਧਰ ਉੱਧਰ ਜਾਣ ਹੀ ਦਿੰਦੇ ਉਹਨਾਂ ਨੂੰ। ਹਾਂਜੀ, ਤੇ ਇਹਦੇ ਸਵਾਲ ਦੀ ਕੰਟੀਨਿਊਸ਼ਨ ਸੀ, ਇਹਦੇ 'ਚ ਇੱਕ ਆਮ ਸਧਾਰਨ ਜਨ ਸਧਾਰਨ ਦੀ ਲਾਈਫ ਤੇ ਇੰਪੈਕਟ ਤੇ ਉਹਨਾਂ ਦੀ ਸ਼ਮੂਲੀਅਤ ਕੀ ਹੋ ਸਕਦੀ ਹੈ ਤੇ ਉਹ ਕਿੱਦਾਂ, ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਇਹ ਇੱਕ ਸਿਸਟਮ ਬਹੁਤ ਵੱਡਾ ਫੇਲ ਹੋ ਗਿਆ ਤੇ ਇਹਦੇ 'ਚ ਕਿੱਦਾਂ ਸੁਧਾਰ ਲਿਆਇਆ ਜਾ ਸਕਦਾ? ਤੁਸੀਂ ਮੈਨੂੰ ਮੈਨੂੰ ਇੱਕ ਚੀਜ਼ ਰਕੇਸ਼ ਜੀ ਰਕੇਸ਼ ਜੀ ਇੱਕ ਚੀਜ਼ ਮੈਨੂੰ ਕਲੀਅਰ ਕਰੋ ਕਿ ਤੁਸੀਂ ਸ਼ਮੂਲੀਅਤ ਕਿਸ ਤਰ੍ਹਾਂ ਦੀ ਚਾਹੁੰਦੇ ਹੋ?
ਟੀਵੀ ਸ਼ੋਜ਼ ਦੇ ਵਿੱਚ ਡਿਬੇਟ ਦੇ ਵਿੱਚ ਸ਼ਮੂਲੀਅਤ ਚਾਹੁੰਦੇ ਹੋ? ਡਿਬੇਟ ਮੈਂ ਇੱਕ ਕਾਮਨ ਮੈਨ ਆ ਭਾਜੀ, ਵੀ ਮੇਰੀ ਦੱਸੋ ਕੀ ਕੰਟਰੀਬਿਊਸ਼ਨ ਹੋ ਸਕਦੀ ਹੈ ਸਿਸਟਮ 'ਚ? ਅੱਛਾ, ਸਿਸਟਮ ਵਿੱਚ ਗੱਲ ਕਰਦੇ ਨੇ ਵੀ ਸਿਸਟਮ 'ਚ ਬਦਲਾਅ ਚਾਹੀਦਾ, ਬਿਲਕੁਲ ਠੀਕ ਹੈ, ਬਦਲਾਅ ਕੌਣ ਲੈ ਕੇ ਆਊਗਾ, ਉਹ ਕਿੱਦਾਂ ਆਊਗਾ? ਰਕੇਸ਼ ਜੀ ਵੈਸੇ ਤੁਸੀਂ ਉਮਰ 'ਚ ਮੇਰੇ ਨਾਲ ਵੱਡੇ ਹੋਵੋਗੇ, ਪਰ ਜੋ ਮੈਨੂੰ ਸੋਝੀ ਹੈ ਕੀ ਹੈ ਮੇਰੇ ਮੁਤਾਬਕ ਤਾਂ ਇਹ ਆ, ਜੇ ਅਸੀਂ ਖੁਦ ਨੂੰ ਸੁਧਾਰ ਲਈ ਮਿਲਣਾ ਤਾਂ ਸਿਸਟਮ ਆਪਣੇ ਆਪ ਸੁਧਰਨਾ ਸ਼ੁਰੂ ਹੋ ਜਾਊਗਾ। ਮੇਰੀ ਕੋਸ਼ਿਸ਼ ਇਹ ਹੈ, ਕਿਉਂਕਿ ਬਹੁਤੇ ਸਾਡੀ ਬਰਾਦਰੀ ਵਿੱਚ ਵੀ ਕਈ ਬੰਦੇ ਇਹੋ ਜਿਹੇ ਹੈਗੇ ਜਿਹੜੇ ਟੀ ਵੀ ਸਕਰੀਨ 'ਤੇ ਕੁਛ ਹੋਰ ਹੈ ਅਤੇ ਆਫ ਸਕਰੀਨ ਕੁਛ ਹੋਰ ਹੁੰਦੇ ਆ। ਮੈਨੂੰ ਲੱਗਦਾ ਜੇ ਅਸੀਂ ਜੋ ਹੈਗੇ ਉਹੀ ਦਿਖੀਏ ਤਾਂ ਮੈਨੂੰ ਲੱਗਦਾ ਸਿਸਟਮ ਵਿੱਚ ਸਾਡੀ ਸਭ ਤੋਂ ਵੱਡੀ ਹਿੱਸੇਦਾਰੀ ਹੋਵੇਗੀ, ਮੈਨੂੰ ਇਹ ਲੱਗਦਾ ਰਕੇਸ਼ ਜੀ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ, ਬਿਲਕੁਲ ਬੰਦੇ ਨੂੰ ਸੂਡੋ ਨਹੀਂ ਹੋਣਾ ਚਾਹੀਦਾ, ਸੱਚ ਬੋਲਣਾ ਚਾਹੀਦਾ, ਪਰ ਉਹਨਾਂ ਸਿਸਟਮ ਇੱਕ ਵੱਡੇ ਲੈਵਲ ਤੱਕ ਤੁਹਾਨੂੰ ਲੱਗਦਾ ਵੀ ਚੇਂਜ ਹੋ ਸਕਦਾ ਜੀ? ਮੈਂ ਨਾ ਉਮੀਦ ਨਹੀਂ ਹੈਗਾ ਜੀ, ਮੈਂ ਉਮੀਦ ਦੇ ਸਹਾਰੇ ਰਹਿੰਦਾ ਅਤੇ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਜੋ ਸੋਚਿਆ ਮੈਂ ਉਹ ਹਾਸਲ ਨਾ ਕੀਤਾ ਹੋਵੇ ਜਾਂ ਤੁਸੀਂ ਨਾ ਹਾਸਲ ਕੀਤਾ ਹੋਵੇ, ਮੈਨੂੰ ਲੱਗਦਾ ਨਹੀਂ ਇੱਦਾਂ ਹੋਊਗਾ। ਨਹੀਂ ਹਾਂਜੀ, ਪਰ ਮੇਰਾ ਥੋੜਾ ਜਿਹਾ ਜਲ ਬਹੁਤਾ ਸਮਾਂ ਨਾ ਲੈਂਦਾ ਭਾਜੀ ਸਵਾਲ। ਨਹੀਂ ਨਹੀਂ, ਲਓ ਸਮਾਂ ਲਓ, ਅੱਜ ਸਮਾਂ ਲਓ, ਅੱਜ ਸਮਾਂ ਖੁੱਲ੍ਹਾ ਮੇਰੇ ਕੋਲ ਤੁਹਾਡੇ ਲਈ। ਪਤਾ ਕੀ ਹੈ ਭਾਜੀ, ਜਿਹੜੇ ਆਪਾਂ ਨਾ ਜਿੱਦਾਂ ਇੱਕ ਜਦੋਂ ਆਪਣੇ ਹੁਣ ਸ਼ੋਅ ਦੀ ਵਿਊਅਰਸ਼ਿਪ ਹੈ ਜਾਂ ਆਪਣਾ ਇੱਕ ਮੈਸੇਜ ਹੈ ਨਾ ਜੀ, ਉਹ ਇੱਕ ਸਿਲੈਕਟ ਇੰਟੈਲੀਜੈਂਸੀਆ ਤੱਕ ਲਿਮਿਟਿਡ ਰਹਿ ਜਾਂਦਾ ਹੈ, ਇੱਕ ਆਮ ਬੰਦੇ ਤੱਕ ਜਿਹੜੀ ਆਪਣੀ ਲੈਵਲ ਤੇ ਇੰਪੈਕਟ ਚਾਹੀਦਾ ਨਾ ਜੀ, ਗ੍ਰਾਸ ਰੂਟ ਲੈਵਲ ਤੱਕ, ਜੇ ਉੱਥੇ ਤੱਕ ਆਪਾਂ ਇੰਪੈਕਟ ਭੇਜਣਾ ਨਾ, ਉਸ ਗ੍ਰਾਸ ਰੂਟ ਲੈਵਲ ਦੇ ਮਸਲੇ ਹੋਰ ਨੇ। ਮੈਂ ਹੁਣ ਤੁਹਾਡਾ ਸਵਾਲ ਸਮਝ ਗਿਆ, ਜਿਹੜਾ ਸਵਾਲ ਤੁਸੀਂ ਕਰਨਾ ਚਾਹ ਰਹੇ ਹੋ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਠੀਕ ਹੈ ਤੁਹਾਡੀ ਬੇਸਿਕ ਨੈਸੈਸਿਟੀਜ਼ ਦਾ ਮਸਲਾ ਹੈ, ਉੱਥੇ ਕਿੱਦਾਂ ਹੋਊਗਾ? ਮੈਂ ਤੁਹਾਡਾ ਸਵਾਲ ਸਮਝ ਗਿਆ। ਗਰਾਊਂਡ ਰਿਪੋਰਟਸ ਹੈ ਜਿਹੜੀ ਅਸੀਂ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ, ਅਸੀਂ ਉਸ ਨੂੰ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਜ਼ਿਆਦਾ ਸੰਜੀਦਗੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਸਵਾਲ ਤੁਹਾਡਾ ਹੈਗਾ, ਇੱਕ ਸਵਾਲ ਜਿਹੜਾ ਤੁਸੀਂ ਕਰ ਰਹੇ ਹੋ ਵਾਰ ਵਾਰ ਕਿ ਟੀ ਵੀ ਸ਼ੋਜ਼ ਹੈ, ਡਿਬੇਟ ਸ਼ੋਜ਼ ਹੈ, ਇਹ ਕੁਝ ਦਾਇਰੇ ਤੱਕ ਸੀਮਤ ਹੈ ਕਿ ਹੈ, ਧਰਾਤਲ ਤੱਕ ਨਹੀਂ ਜਾ ਪਾ ਰਹੇ। ਮੈਂ ਤੁਹਾਡੇ ਇਸ ਸਵਾਲ ਨਾਲ ਵੀ ਇਤਫਾਕ ਰੱਖਦਾ, ਬਹੁਤ ਸੋਹਣਾ ਸਵਾਲ ਹੈ ਤੁਹਾਡਾ ਰਕੇਸ਼ ਜੀ, ਅਸੀਂ ਉਸ ਲਈ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਜਿਹੜੇ ਯੁੱਗ ਵਿੱਚ ਅਸੀਂ ਹੈਗੇ ਹਾਂ ਉੱਥੇ ਤਕਰੀਬਨ ਹਰ ਇਨਸਾਨ ਦੀ ਗੱਲ ਇਸ ਪਲੇਟਫਾਰਮ 'ਤੇ ਤਾਂ ਘੱਟੋ ਘੱਟ ਜ਼ਰੂਰ ਹੋ ਰਹੀ ਹੈ, ਚਾਹੇ ਉਹ ਦੱਬਿਆ ਕੁਚਲਿਆ, ਚਾਹੇ ਉਹ ਅਮੀਰ ਹੈ, ਚਾਹੇ ਉਹ ਮੱਧ ਵਰਗੀ ਪਰਿਵਾਰ ਦਾ, ਅਸੀਂ ਹਰ ਵਰਗ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮੈਨੂੰ ਲੱਗਦਾ ਨਹੀਂ ਅਸੀਂ ਕੋਈ ਵਰਗ ਛੱਡਦੇ ਹੈਗੇ ਹਾਂ ਰਕੇਸ਼ ਜੀ, ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈਗੀ ਹੈ। ਫਿਰ ਵੀ ਜੇ ਤੁਹਾਡਾ ਕੋਈ ਹੋਰ ਸੁਝਾਅ ਹੈਗਾ ਕਿ ਗਰਾਊਂਡ 'ਤੇ ਅਸੀਂ ਹੋਰ ਜਾਈਏ ਤਾਂ ਹੋਰ ਵੀ ਚੱਲ ਜਾਵਾਂਗੇ, ਕੋਈ ਦਿੱਕਤ ਨਹੀਂ। ਨਹੀਂ, ਬਹੁਤ ਵਧੀਆ, ਬਹੁਤ ਸ਼ਲਾਘਾ ਜੋ ਕੰਮ ਹੈ ਭਾਜੀ ਤੁਹਾਡਾ, ਬਸ ਜਿਹੜੀ ਤੁਹਾਡੀ ਨਾ ਤੁਹਾਡਾ ਮੈਸੇਜ ਗ੍ਰਾਸ ਰੂਟ ਲੈਵਲ ਤੱਕ ਮਾਸਿਸ ਤੱਕ ਪਹੁੰਚਦੇ ਨਾ ਜੀ, ਤਾਂ ਮੈਨੂੰ ਲੱਗਦਾ ਵੀ ਇਹ ਵੱਡੇ ਜੇ ਬਦਲਾਅ ਨਾ ਵੀ ਲਿਆ ਸਕਿਆ ਤਾਂ ਇੱਕ ਬਹੁਤ ਚੰਗਾ ਤੇ ਸੁਹਰਦ ਓਪੀਨੀਅਨ ਕ੍ਰੀਏਟ ਕਰਨ ਚ ਬਹੁਤ ਲਾਹੇਮੰਦ ਹੋਊਗਾ ਤੁਹਾਡਾ ਸ਼ੋਅ। ਚਲੋ, ਜੇ ਤੁਹਾਡੇ ਵਰਗੇ ਹੋਰ ਸੱਜਣ ਇਸ ਲਾਈਨ ਨੂੰ ਫੋਲੋ ਕਰਨ ਤੇ ਮੋਹਰੇ ਆਣ ਤਾਂ ਇਟ ਕੈਨ ਮੇਕ ਅ ਪੋਜ਼ਿਟਿਵ ਇੰਪੈਕਟ, ਸਿਰਫ ਇਹਦਾ ਜਿਹੜਾ ਬੇਸ ਹੈ ਜੇ ਬਹੁਤ ਜ਼ਿਆਦਾ ਬਰੋਡ ਹੋ ਜਾਏ ਨਾ ਜੀ, ਕਾਫੀ ਆਮ ਬੰਦੇ ਤੱਕ ਪਹੁੰਚੇ ਇਹ ਮੈਸੇਜ ਵੀ ਇਹ ਆਹ ਕੁਛ ਹੋ ਰਿਹਾ, ਔਰ ਮੀਡੀਆ ਚੰਗਾ ਸ਼ਲਾਘਾ ਜੋ ਕੰਮ ਕਰਕੇ ਹਾਈਲਾਈਟ ਕਰ ਵੀ ਰਿਹਾ, ਤਾਂ ਇਹਨੂੰ ਇੱਕ ਇੱਕ ਲੌਜੀਕਲ ਕਨਕਲੂਜਨ ਜਾਂ ਇੱਕ ਸਾਰਥਕ ਐਂਡ ਤੇ ਵੀ ਲਿਜਾਇਆ ਜਾ ਸਕਦਾ ਜੀ। ਚਲੋ, ਬਹੁਤ 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 ਸ਼ੁਕਰੀਆ ਰਕੇਸ਼ ਜੀ, ਤੁਸੀਂ ਇਹ ਸੋਚ ਦੇ ਧਾਰਨੀ ਹੋ ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰੀਏ। ਜਿਹੜੀ ਗੱਲ ਤੁਸੀਂ ਗਰਾਊਂਡ 'ਤੇ ਜਾਣ ਦੀ ਕਹੀ ਹੈ, ਮੈਂ ਖੁਦ ਵੀ ਕੋਸ਼ਿਸ਼ ਕਰਦਾ ਗਰਾਊਂਡ 'ਤੇ ਜਾਵਾਂ, ਪਰ ਜਿੰਨਾ ਕੁ ਜਾ ਸਕਦਾ ਅਤੇ ਉਸ ਤੋਂ ਵੱਧ ਮੈਂ ਇਸ ਸਾਲ ਹੋਰ ਕੋਸ਼ਿਸ਼ ਕਰੂੰਗਾ ਉਸ ਤੋਂ ਵੱਧ ਜਾਵਾਂ। ਬਹੁਤ ਧੰਨਵਾਦ ਰਕੇਸ਼ ਜੀ, ਬਹੁਤ ਧੰਨਵਾਦ, ਮਿਹਰਬਾਨੀ, ਬਹੁਤ ਸ਼ੁਕਰੀਆ। ਤੁਹਾਡੇ ਫੋਨਸ ਲਗਾਤਾਰ ਆ ਰਹੇ ਆ, ਇਹਨਾਂ ਫੋਨਸ ਦੇ ਵਿਚਾਲੇ ਕੁਝ ਸੁਝਾਅ ਚੰਗੇ ਮਿਲ ਰਹੇ ਆ, ਕੁਝ ਤੁਹਾਡੇ ਮਨਾਂ ਵਿੱਚ ਸਵਾਲ ਹੈ, ਅਸੀਂ ਉਹਨਾਂ ਦੇ ਜਵਾਬ ਵੀ ਦੇ ਰਹੇ। ਇੱਕ ਹੋਰ ਫੋਨ ਆ ਗਿਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੇ ਪੀ ਸਿੰਘ ਬੋਲ ਰਹੇ ਹਾਂ। ਹਾਂਜੀ, ਸਵਾਗਤ ਜੀ ਸਰ, ਤੁਹਾਡਾ ਸਵਾਗਤ ਹੈ ਜੀ। ਮੈਂ ਨਾ ਇੱਕ ਕੁਐਸਚਨ ਦੇਣਾ ਸੀਗਾ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਦਾਰਨਾਥ ਹੈ ਜੀ, ਮੈਂ ਸੈਕਰਮੈਂਟ ਤੋਂ ਬੋਲਦਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬੋਲੋ ਸਰ, ਬੋਲੋ। ਉਹਨਾਂ ਨੂੰ ਕਈ ਵਾਰ ਕਿਹਾ ਸੀਗਾ ਜੱਗੀ ਹਰਾਂ ਨੂੰ ਕਿ ਤੁਸੀਂ ਆਪਣੀ ਜਿਹੜੀ ਆਪਣੀ ਪੰਜਾਬੀ ਨਿਊਜ਼ ਆਉਂਦੀ ਹੈ ਨਾ, ਹਾਂਜੀ, ਉਹਦੇ ਵਿੱਚ ਤੁਸੀਂ ਉਹ ਦਿਆ ਕਰੋ ਆਪਣਾ ਮਨੀ ਮਾਰਕੀਟ ਜਿਹੜੀ ਹੁੰਦੀ ਹੈ ਪੈਸੇ ਪੁਸੇ ਦਾ, ਡਾਲਰ ਡੂਲਰ ਦੇ ਪੈਸੇ ਇੰਨੇ ਜੇ ਆ ਵੋ ਆ। ਅੱਛਾ ਜੀ, ਉਹਨਾਂ ਕਦੇ ਜਵਾਬ ਹੀ ਨਹੀਂ ਦਿੱਤਾ, ਪਤਾ ਨਹੀਂ ਕੀ ਗੱਲ ਹੈਗੀ ਉਹਨਾਂ ਨੂੰ। ਮਨੀ ਮੈਜਿਕ ਕੀ ਚਾਹੁੰਦੇ ਹੋ ਤੁਸੀਂ ਕਦਾਰ ਜੀ? ਜਿੱਦਾਂ ਡਾਲਰ ਦੇ ਕਿੰਨੇ ਪੈਸੇ ਅੱਜ ਵਾ, ਕੱਲ੍ਹ ਕਿੰਨੇ ਆ, ਪਰ ਅੱਛਾ ਚਲੋ, ਉਹ ਅਸੀਂ ਕੋਸ਼ਿਸ਼ ਕਹਿ ਰਹੇ ਹੋ ਨਾ, ਕੋਸ਼ਿਸ਼ ਕਰਾਂਗੇ ਅਸੀਂ ਨਿਊਜ਼ ਦੇ ਵਿੱਚ ਉਹ ਦੱਸਿਆ ਕਰੀਏ।
ਪਹਿਲਾਂ ਅਗਲੇ ਸਾਲ ਕਿ ਇਸ ਸਾਲ? ਆ ਇਸ ਸਾਲ ਜੀ ਸ਼ੁਰੂ ਹੋਣ ਬਾਕੀ ਆ, ਸ਼ੁਰੂ ਕਰ ਦੇਣੀ। ਸਾਨੂੰ ਪਤਾ ਅਸੀਂ ਅਸੀਂ ਜਾਣਾ ਆਏ ਤੇ ਉੱਥੇ ਕੋਈ ਅਸੀਂ ਕੰਮ ਖੋਲਣਾ ਚਾਹੁੰਦੇ ਹਾਂ। ਅੱਛਾ ਜੀ, ਸਾਨੂੰ ਪਤਾ ਹੀ ਨਹੀਂ ਆ ਵੀ ਪੈਸੇ ਦਾ ਕੀ ਰੇਟ ਚੱਲ ਰਿਹਾ। ਆਪਾਂ ਕਰੰਸੀ ਦਾ ਤੁਹਾਨੂੰ ਦੱਸਿਆ ਕਰਾਂਗੇ, ਇਨਫੋਰਮੇਸ਼ਨ ਦਿਆ ਕਰਾਂਗੇ ਜ਼ਰੂਰ ਨਿਊਜ਼ ਦੇ ਵਿੱਚ। ਤੁਹਾਡਾ ਸੁਝਾਅ ਮੈਂ ਨੋਟ ਕਰ ਲਿਆ ਜੀ ਕੇਦਾਰ ਜੀ, ਤੁਹਾਡਾ ਸੁਝਾਅ ਠੀਕ ਹੈ ਜੀ। ਨਹੀਂ ਕਦੋਂ ਕਰੋਗੇ? ਬਾਈ ਇਸੇ ਸਾਲ ਤੋਂ ਸ਼ੁਰੂ ਕਰ ਰਹੇ ਜੀ ਆਪਾਂ, ਜਲਦੀ ਜਲਦੀ ਇਸ ਮਹੀਨੇ ਦੇ ਵਿੱਚ, ਤੁਹਾਨੂੰ ਪਹਿਲੇ ਮਹੀਨੇ ਦੇ ਵਿੱਚ ਇਨਫੋਰਮੇਸ਼ਨ ਮਿਲਣੀ ਸ਼ੁਰੂ ਹੋ ਜੂਗੀ, ਚਿੰਤਾ ਨਾ ਕਰੋ। ਇੱਕ ਫੋਨ ਹੋਰ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਕੁਲਵਿੰਦਰ ਸਿੰਘ, ਮੈਂ ਬੋਲਦਾ ਨਿਊਯਾਰਕ ਤੋਂ ਵੀਰ ਜੀ। ਹਾਂਜੀ ਹਾਂਜੀ, ਸਵਾਗਤ ਹੈ ਜੀ, ਬੋਲੋ ਜੀ। ਤੁਹਾਨੂੰ ਇੱਕ ਰਿਕੁਐਸਟ ਹੈ ਜੀ। ਹਾਂਜੀ ਹਾਂਜੀ, ਬੇਨਤੀ ਕਰੋ ਬੇਨਤੀ ਕਰੋ, ਤੁਸੀਂ ਹੁਕਮ ਲਾ ਸਕਦੇ ਹੋ ਅੱਜ ਸਾਨੂੰ। ਨਹੀਂ ਨਹੀਂ ਵੀਰ ਜੀ, ਹੁਕਮ ਦੀ ਉਹ ਗੱਲ ਨਹੀਂ, ਉਹ ਬਹੁਤ ਜ਼ਰੂਰੀ ਆ ਸਾਨੂੰ, ਸਾਡਾ ਟਾਈਮ ਬਹੁਤ ਥੋੜਾ ਹੁੰਦਾ ਟੂ ਦਾ ਪੁਆਇੰਟ। ਅੱਛਾ ਜੀ, ਥੋੜਾ ਜਿਹਾ ਵਧਾਓ, ਥੋੜੇ ਥੋੜੀ ਖੁੱਲ੍ਹ ਕੇ ਗੱਲਬਾਤ ਉਹਨਾਂ ਤੋਂ ਪਤਾ ਲੱਗੇ, ਉਹ ਕਰਨੇ ਤਾਂ ਉਹਨਾਂ ਨੇ ਮਰਜ਼ੀ ਆ, ਸਾਨੂੰ ਪਤਾ ਹੀ ਆ, ਮੈਨੂੰ ਸਾਨੂੰ ਹੀ ਪਤਾ ਹੀ ਆ। ਦੂਜੀ ਗੱਲ ਆ ਜਿਹੜਾ ਯੂਪੀ ਦੇ ਵਿੱਚ ਹੋਇਆ ਆ, ਨਗਰ ਕੀਰਤਨ ਰੋਕਿਆ ਉਹਨਾਂ ਨੇ, ਇਹਦੇ ਬਾਰੇ ਕਦੋਂ ਨੂੰ ਤੁਸੀਂ ਟੂ ਦਾ ਪੁਆਇੰਟ ਲਿਆ? ਜਲਦੀ ਕਰਾਂਗੇ ਜੀ, ਜਲਦੀ ਕਰਾਂਗੇ। ਇਹ ਮੁੱਦਾ ਬਹੁਤ ਸੰਜੀਦਗੀ ਵਾਲਾ ਹੈਗਾ, ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ ਯੂਪੀ ਵਾਲਾ, ਇਹ ਕਰਾਂਗੇ, ਜ਼ਰੂਰ ਕਰਾਂਗੇ ਜੀ, ਜ਼ਰੂਰ ਕਰਾਂਗੇ। ਜਿਹੜੀ ਗੱਲ ਤੁਸੀਂ ਇੱਕ ਹੋਰ ਕਹੀ ਆ ਨਾ, ਟਾਈਮ ਘੱਟ ਹੁੰਦਾ ਸ਼ੋਅ ਦਾ, ਮੈਂ ਬੜੀ ਇਮਾਨਦਾਰੀ ਨਾਲ ਗੱਲ ਕਰਨਾ ਚਾਹੁੰਦਾ, ਮੈਨੂੰ ਲੱਗਦਾ ਅੱਜ ਕੱਲ੍ਹ ਸਾਡੇ ਕੋਲ ਜਿਹੜੇ ਸੁਝਾਅ ਆ ਰਹੇ ਆ ਜਾਂ ਹੋਰ ਲੋਕ ਕਹਿ ਰਹੇ ਆ, ਉਹ ਕਹਿੰਦੇ ਵੀ ਟਾਈਮ ਘੱਟ ਰੱਖਿਆ ਕਰੋ ਤਾਂ ਬਿਹਤਰ ਹੈਗਾ, ਜੇ ਤੁਸੀਂ ਚਾਹੁੰਦੇ ਹੋ ਟਾਈਮ ਵਧਾਇਆ ਜਾਵੇ ਤਾਂ ਫਿਰ ਉਹਨੂੰ ਕਿਸ ਤਰੀਕੇ ਨਾਲ ਸਮਝਾਂ ਜੀ ਮੈਂ? ਚਲੋ ਠੀਕ ਹੈ, ਬਾਕੀਆਂ ਦੇ ਨਾਲ ਹੀ ਆ ਮੈਂ ਵੀ, ਪਰ ਉਹਦੇ ਵਿੱਚ ਨਾ ਜਦੋਂ ਤੁਸੀਂ ਕੁਐਸਚਨ ਕਰਦੇ ਆ ਉਦੋਂ ਫਿਰ ਉਹ ਉਦਾਂ ਇੱਕ ਦੂਜੇ ਤੇ ਦੋਸ਼ ਹੀ ਲਾਉਂਦੇ ਰਹਿ ਜਾਂਦੇ ਆ, ਗੱਲ ਉਹ ਦੱਸਦੇ ਕੁਛ ਨਹੀਂ ਸਾਨੂੰ। ਕੁਲਵਿੰਦਰ ਜੀ, ਤੁਹਾਡੀ ਗੱਲ ਠੀਕ ਹੈਗੀ ਹੈ ਕਿ ਦੋਸ਼ ਇੱਕ ਦੂਜੇ 'ਤੇ ਲਾਉਂਦੇ ਰਹਿੰਦੇ ਹੈਗੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਉਹਨਾਂ ਦੋਸ਼ਾਂ ਦੇ ਵਿਚਾਲੇ ਜਿਹੜਾ ਤੱਥ ਹੈਗਾ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ, ਅਸੀਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕੁਲਵਿੰਦਰ ਜੀ। ਹਾਂਜੀ, ਤੁਹਾਡੀ ਕੋਸ਼ਿਸ਼ ਬਹੁਤ ਸਹੀ ਆ ਭਾਜੀ, ਵੀਰ ਜੀ ਮੈਂ ਸਾਡਿਆਂ ਨੂੰ ਸਾਰਾ ਕੁਝ ਦੇਖਦਾ, ਮੈਂ ਫੇਸਬੁੱਕ 'ਤੇ ਵੀ ਦੇਖਦਾ ਉਹਨਾਂ, ਤੁਹਾਨੂੰ ਸਾਰੇ ਪਾਸੇ ਦੇਖਦਾ ਮੈਂ, ਉਹ ਟੂ ਦਾ ਪੁਆਇੰਟ ਸ਼ੋਅ ਨਹੀਂ ਛੱਡ ਸਕਦਾ, ਬਾਕੀ ਸਾਰੇ ਕੋਲ ਰਹਿੰਦਾ ਰਹਿ ਜਾਏ ਮੈਨੂੰ, ਮੈਂ ਕੋਈ ਨਹੀਂ ਸ਼ੋਰ ਦੇ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ, ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ, ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਹੈ ਕੁਲਵਿੰਦਰ ਜੀ, ਤੁਸੀਂ ਇੰਨਾ ਵਕਤ ਕੱਢਦੇ ਹੋ ਸਾਡੇ ਲਈ, ਬਹੁਤ ਧੰਨਵਾਦ ਹੈ ਤੁਹਾਡਾ। ਬਸ ਨਹੀਂ, ਸਾਡੇ ਤੱਕ ਸਾਨੂੰ ਸਿੱਖਣ ਨੂੰ ਮਿਲਦਾ ਕੁਛ, ਥੈਂਕ ਯੂ ਵੀਰ ਜੀ, ਮੈਂ ਤੁਹਾਡੇ ਤੋਂ ਸਿੱਖ ਰਿਹਾ ਜੀ, ਮੈਂ ਤੁਹਾਡੇ ਤੋਂ ਸਿੱਖ ਰਿਹਾ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ। ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗੇ, ਤੁਹਾਡੇ ਫੋਨ ਕਾਲਸ ਲਗਾਤਾਰ ਆ ਰਹੇ ਆ, ਅਤੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਅੱਜ ਪੂਰਾ ਵਕਤ ਤੁਹਾਡਾ ਹੈਗਾ, ਜਿਹੜੀ ਗੱਲ ਹੁਣ ਇਹਨਾਂ ਨੇ ਭਾਈ ਸਾਹਿਬ ਨੇ ਕਹੀ ਹੈ ਕੁਲਵਿੰਦਰ ਸਿੰਘ ਹਰਾ ਨੇ, ਕਿ ਵਕਤ ਘੱਟ ਮਿਲਦਾ ਹੈਗਾ ਟੂ ਦਾ ਪੁਆਇੰਟ ਵਿੱਚ ਗੱਲਬਾਤ ਕਰਨ ਦਾ, ਅੱਜ ਇਸੇ ਲਈ ਵਕਤ ਜ਼ਿਆਦਾ ਲੈ ਕੇ ਆਇਆ ਮੈਂ ਕਿ ਤੁਹਾਨੂੰ ਕੋਈ ਸ਼ਿਕਵਾ ਨਾ ਰਹੇ, ਅਤੇ ਜੇ ਸ਼ਿਕਵਾ ਰਹਿ ਗਿਆ, ਤੁਹਾਡੇ ਮਨ ਵਿੱਚ ਕੋਈ ਤਾਂਘ ਰਹਿ ਗਈ, ਤਾਂ ਫਿਰ ਮੈਂ ਆਪਦੇ ਆਪ ਨੂੰ ਸਵਾਲ ਪੁੱਛਦਾ ਰਹਾਂਗਾ, ਅਤੇ ਮੈਂ ਚਾਹੁੰਦਾ ਨਹੀਂ ਮੈਂ ਆਪਦੇ ਆਪ ਨੂੰ ਸਵਾਲ ਕਰਾਂ, ਮੈਂ ਚਾਹੁੰਦਾ ਕਿ ਅਸੀਂ ਗੱਲਾਂ ਕਰੀਏ ਇੱਕ ਦੂਜੇ ਨਾਲ, ਅਤੇ ਗੱਲਾਂ ਹੋਰ ਵੀ ਜਾਰੀ ਰਹਿਣਗੀਆਂ, ਵਕਫੇ ਤੋਂ ਬਾਅਦ ਮਿਲਦੇ ਹਾਂ, ਵੈਲਕਮ 2020 ਇਕੱਠੇ ਕਵਾਂਗੇ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਜਿਸ ਨੇ ਸਿੱਖਿਆ ਹੀ ਨਹੀਂ ਰਾਹ 'ਚ ਰੁਕਣਾ, ਉਸ ਨੇ ਕਿੱਥੇ ਪਰਛਾਵਾਂ ਦੇਖਿਆ ਹੋਵੇਗਾ, ਅਤੇ ਮੈਂ ਨਹੀਂ ਚਾਹੁੰਦਾ ਤੁਸੀਂ ਕੋਈ ਪਰਛਾਵਾਂ ਦੇਖੋ, ਤੁਸੀਂ ਚੱਲਦੇ ਚਲੋ ਅਤੇ ਅਸੀਂ ਵੀ ਤੁਹਾਡੇ ਨਾਲ ਕਦਮ ਨਾਲ ਕਦਮ ਲਾਉਂਦੇ ਰਹਾਂਗੇ। ਫੋਨ ਕਾਲਸ ਲਗਾਤਾਰ ਆ ਰਹੀਆਂ, ਤੁਹਾਡੇ ਫੋਨ ਕਾਲਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ, ਕੇ ਪੀ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਅਤੇ ਮੈਂ ਆਪਦਾ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਟੂ ਦਾ ਪੁਆਇੰਟ ਜਿਹੜਾ ਪ੍ਰੋਗਰਾਮ ਜਿਹੜਾ ਲੈ ਕੇ ਆਉਂਦਾ ਜੀ, ਕਿਉਂਕਿ ਮੈਂ ਬੋਲਦਾ ਜੀ ਪ੍ਰਿਤਪਾਲ ਸਿੰਘ ਫਿਲਾਡੈਲਫੀਆ ਤੋਂ। ਹਾਂਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰਿਤਪਾਲ ਜੀ, ਸ਼ੁਕਰੀਆ ਤੁਹਾਡਾ। ਅਤੇ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਹੈ ਕਿ ਵੀ ਜਿਹੜਾ ਟੂ ਦਾ ਪੁਆਇੰਟ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਇੰਨੇ ਬੈਨੀਫਿਟ ਆ ਸਾਨੂੰ ਜੀ, ਨੰਬਰ ਇੱਕ 'ਤੇ ਕਿ ਜਿਹੜੀ ਚੀਜ਼ ਅਸੀਂ ਕਿਤਾਬਾਂ 'ਚੋਂ ਮੰਨ ਲਓ ਰੀਡ ਕਰਕੇ ਉਹ ਨਹੀਂ ਅਬਜ਼ੋਰਵ ਕਰ ਸਕਦੇ ਹਾਂ, ਜਿੰਨੀ ਸਾਨੂੰ ਦੇਖਣ ਨਾਲ ਅਤੇ ਲਿਸਨ ਨਾਲ ਜਲਦੀ ਅਬਜ਼ੋਰਵ ਹੁੰਦੀ ਆ, ਸਭ ਤੋਂ ਵੱਡੀ ਚੀਜ਼ ਹੈਗੀ ਆ। ਚਲੋ ਬਹੁਤ ਧੰਨਵਾਦ ਜੀ, ਇਹ ਤਾਂ ਸਾਰਾ ਪੈਨਲ ਆ ਜਿਹੜਾ ਉਹ ਰਿਪੋਰਟ ਕਰਦਾ। ਦੂਜੀ ਚੀਜ਼ ਆ ਸਾਨੂੰ ਪੰਜਾਬ ਦੇ ਜਿਹੜੇ ਜੋ ਇਸ਼ੂ ਆ ਉਹਦੇ ਬਾਰੇ ਪਤਾ ਲੱਗਦਾ ਹੈਗਾ, ਉਹਨੂੰ ਕਿੱਦਾਂ ਰਿਜ਼ੋਲਵ ਕਰਨਾ ਉਹਨਾਂ ਬਾਰੇ ਪਤਾ ਲੱਗਦਾ ਹੈਗਾ ਤੁਹਾਡੇ ਜ਼ਰੀਏ। ਤੀਜੀ ਗੱਲ ਆ ਵੀ ਤੁਹਾਡੀ ਇਸ ਪ੍ਰੋਗਰਾਮ ਵਿੱਚ ਬਹੁਤ ਯੋਗਦਾਨ ਹੈਗਾ, ਵੀ ਕਹਿੰਦਾ ਵੀ ਕੁਐਸਚਨ ਇਜ਼ ਵੈਰੀ ਇੰਪੋਰਟੈਂਟ ਦੈਨ ਆਨਸਰ, ਉਹ ਤੁਹਾਡਾ ਜਿਹੜਾ ਬਹੁਤ ਬਹੁਤ ਯੋਗਦਾਨ ਹੈਗਾ ਵੀ ਕੁਐਸਚਨ ਜਿਹੜੇ ਤੁਸੀਂ ਪੁੱਟ ਕਰਦੇ ਹੋ ਨਾ ਉਹ ਕੁਐਸਚਨ ਇਜ਼ ਵੈਰੀ ਇੰਪੋਰਟੈਂਟ
ਇੰਪੋਰਟੈਂਟ ਦਾ ਆਨਸਰ। ਪ੍ਰਿਤਪਾਲ ਜੀ ਉਹ ਸਵਾਲ ਤੁਹਾਡੇ ਹੁੰਦੇ ਆ ਸਾਰੇ, ਮੇਰੇ ਨਹੀਂ ਹੁੰਦੇ, ਤੁਹਾਡੇ ਹੁੰਦੇ ਆ ਉਹ। ਦੇਖੋ ਉਹ ਜਿਹੜਾ ਕੁਐਸਚਨ ਪੁੱਟ ਜਿਹੜਾ ਤੁਸੀਂ ਕਰਦੇ ਉਹਨਾਂ ਜਿਹੜੀ ਸਾਨੂੰ ਆਨਸਰ ਸਾਰੇ ਸਾਰੇ ਮਿਲਦੀਆਂ ਨਾ ਉਹ ਬਹੁਤ ਜ਼ਰੂਰੀ ਆ, ਉਹਦੇ ਲਈ ਸਾਨੂੰ ਸਭ ਕੋਲ ਪਤਾ ਲੱਗਦਾ ਜੀ। ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਟੂ ਦਾ ਪੁਆਇੰਟ ਪੁਆਇੰਟ ਪ੍ਰੋਗਰਾਮ ਇਜ਼ ਮਾਈ ਬੈਸਟ ਪ੍ਰੋਗਰਾਮ। ਥੈਂਕ ਯੂ ਸਰ, ਥੈਂਕ ਯੂ ਸੋ ਨਾਈਸ ਆਫ ਯੂ। ਪ੍ਰਿਤਪਾਲ ਜੀ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨੇ ਸੋਹਣੇ ਸ਼ਬਦ ਵਰਤੇ ਸਾਡੇ ਲਈ, ਬਹੁਤ ਧੰਨਵਾਦ, ਬਹੁਤ ਧੰਨਵਾਦ। ਥੈਂਕ ਯੂ ਜੀ, ਹੈਪੀ ਨਿਊ ਈਅਰ ਟੂ ਐਵਰੀਵਨ। ਥੈਂਕ ਯੂ ਜੀ, ਥੈਂਕ ਯੂ, ਸੇਮ ਟੂ ਯੂ, ਸੇਮ ਟੂ ਯੂ। ਲਗਾਤਾਰ ਕਾਲਸ ਆ ਰਹੀਆਂ ਹੈਗੀਆਂ ਨਵੇਂ ਵਰੇ ਦੇ ਚੜ੍ਹਨ ਦੇ ਨਾਲ ਨਾਲ, ਜਿਹੜਾ ਪਿਛਲਾ ਵਰਾ ਬੀਤ ਰਿਹਾ ਹੈਗਾ ਉਦੋਂ ਵੀ ਬੜਾ ਕੁਛ ਬਦਲਿਆ ਹੈਗਾ। ਇੱਕ ਹੋਰ ਫੋਨ ਕਾਲਸ ਆ ਗਈ ਆ, ਹਾਂਜੀ ਕੋਸ਼ਿਸ਼ ਕਰਾਂਗੇ ਲਵਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਅਸੀਂ ਕੈਲਗਰੀ ਤੋਂ ਬੋਲਦੇ ਹਾਂ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਅੱਛਾ, ਮੇਰਾ ਨਾਮ ਜੀ ਸੁਖਵਿੰਦਰ ਕੌਰ ਆ। ਹਾਂਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਮੈਂ ਇਹ ਚਾਹੁੰਦਾ ਕਹਿਣਾ ਚਾਹੁੰਦੀ ਹਾਂ ਵੀ ਇੰਡੀਆ ਵਾਲੇ ਕਿੱਥੋਂ ਖੁਸ਼ ਰਹਿਣਗੇ ਤੇ ਕਿੱਥੇ ਕਿਵੇਂ ਉਹ ਖੁਸ਼ ਹੋਣਗੇ। ਪਹਿਲਾਂ ਤਾਂ ਉਹਨੂੰ ਪਰਾਲੀ ਸੀ, ਉਹਨਾਂ ਨੂੰ ਰੋਡ ਛੱਡਿਆ, ਰੋਡ ਛੱਡਿਆ, ਰੋਡ ਛੱਡਿਆ, ਦਿੱਤਾ ਲੈਣਾ ਦੇਣਾ ਤਾਂ ਡੱਕਾ ਨਹੀਂ ਸੀ ਹਨਾ। ਉਦੋਂ ਬਾਅਦ ਕਣਕ ਵੀ ਖਰਾਬ ਹੋ ਗਈ ਉਹਨਾਂ ਦਾ, ਸਭ ਕੁਛ ਹੋ ਗਿਆ। ਫਿਰ ਉਦੋਂ ਬਾਅਦ ਬਿਜਲੀ ਮਹਿੰਗੀ ਕਰਤੀ, ਅੱਜ ਉਹਨਾਂ ਨੂੰ ਕਿਰਾਏ ਦੇ ਤੇ ਨਵੇਂ ਬਣਾ ਨਵਾਂ ਸਵਾਗਤ ਕਰਤਾ ਉਹਨਾਂ ਦਾ ਹਨਾ, ਉਹਨਾਂ ਨੂੰ ਕਿਰਾਏ ਵਧਾ ਕੇ। ਠੀਕ ਹੈ ਤੁਹਾਡੀ ਗੱਲ ਠੀਕ ਹੈ, ਮਹਿੰਗਾਈ ਵੱਧਦੀ ਪਈ ਹੈ, ਬਿਜਲੀ ਦੀ ਕੀਮਤਾਂ ਤੁਸੀਂ ਗੱਲ ਕੀਤੀ ਹੈ, ਬਿਜਲੀ ਦੀਆਂ ਕੀਮਤਾਂ ਬਹੁਤ ਜ਼ਿਆਦਾ ਇੱਥੇ, ਬਹੁਤ ਜ਼ਿਆਦਾ ਹੈਗੀਆਂ। ਕਿਸਾਨੀ ਦੀ ਸਮੱਸਿਆ ਵੀ ਬਹੁਤ ਹੈਗੀ ਆ, ਤੁਸੀਂ ਠੀਕ ਕਹਿ ਰਹੇ। ਚਲੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਇਸ ਸਾਲ ਜਿਹੜੇ ਜਿਹੜੇ ਵਰੇ ਨੂੰ ਅਸੀਂ ਅਲਵਿਦਾ ਕਹਿ ਰਹੇ ਹਾਂ, ਇਸ ਵਰੇ ਵਿੱਚ ਬਹੁਤ ਕੁਛ ਬਦਲਿਆ। ਇੱਕ ਹੋਰ ਕਾਲ ਆ ਗਈ ਆ, ਮੈਂ ਉਹਦੀ ਗੱਲ ਵੀ ਪੂਰੀ ਨਹੀਂ ਕਰ ਪਾ ਰਿਹਾ, ਅੱਜ ਤੁਹਾਡੀਆਂ ਗੱਲਾਂ ਸੁਣਨੀਆਂ ਅਸੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਕੇਪੀ ਸਿੰਘ ਜੀ। ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਹਾਂਜੀ ਮੇਰਾ ਭਾਈ ਹਰਪਾਲ ਸਿੰਘ ਰਾਏ ਆ। ਹਾਂਜੀ ਤੇ ਮੈਨੂੰ ਸਾਹਿਬ ਨੂੰ ਕੋਈ ਆਲਮੋਸਟ 32 ਸਾਲ ਹੋ ਗਏ ਜੀ। ਅੱਛਾ ਜੀ। ਸੋ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਜਿਹੜੀ ਪੰਜਾਬੀ ਭਾਸ਼ਾ ਹੈ ਆਪਣੀ, ਉਹਦੇ ਬਾਰੇ ਅਸੀਂ ਮਤਲਬ ਕਿ ਆਪਣੇ ਜਿੰਨੀ ਕੋਸ਼ਿਸ਼ ਹੋ ਸਕਦੀ ਸੀ ਆਪਣੇ ਪਿੰਡ ਦਾ ਸਕੂਲ ਪੂਰਾ ਰੈਨੋਵੇਟ ਕਰਵਾ ਤਾ, ਤੇ ਤਾਂ ਕਿ ਬੱਚਿਆਂ ਨੂੰ ਪੜ੍ਹਨ ਲਈ ਵਧੀਆ ਸਕੂਲ ਹੋਣਾ ਚਾਹੀਦਾ। ਕਿ ਇਹਦੇ ਪਿੱਛੇ ਆਪਣੀ ਜਿਹੜੀ ਸਭ ਤੋਂ ਜਿਹੜੀ ਬਦਕਿਸਮਤੀ ਆ ਉਹ ਆਪਾਂ 1947 ਤੋਂ ਪਹਿਲਾਂ ਵੀ ਚੱਲਦੀਏ ਤੇ ਪੰਜਾਬ ਨੂੰ ਤਕਸੀਮ ਕੀਤਾ ਗਿਆ, ਪੰਜਾਬੀ ਨੂੰ ਤਕਸੀਮ ਕੀਤਾ ਗਿਆ, ਫਿਰ ਉਸ ਤੋਂ ਬਾਅਦ ਕਰਦੇ ਕਰਦੇ ਹਰਿਆਣਾ ਰਾਜਸਥਾਨ ਸਭ ਕੁਛ ਨਿਕਲ ਤੋਂ ਬਾਅਦ ਅੱਜ ਦੀ ਤਰੀਕ ਵਿੱਚ ਸਭ ਤੋਂ ਜੇ ਜਿਹੜਾ ਪੰਜਾਬ ਆ ਨੰਬਰ 1 ਤੋਂ ਹੁਣ 16-17 ਨੰਬਰ ਤੇ ਚੱਲ ਗਿਆ। ਸੋ ਆਪਾਂ ਨੂੰ ਜੇ ਆਪਣੇ ਬੱਚੇ ਪੜ੍ਹੇ ਲਿਖੇ ਹੋਣਗੇ, ਜੇ ਆਪਾਂ ਨੂੰ ਜਮ੍ਹਾਂ ਉੱਥੇ ਹੋਣਗੀਆਂ ਤਾਂ ਆਪਾਂ ਨੂੰ ਆਪਣਾ ਘਰ ਛੱਡਣ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਠੀਕ ਹੈ ਜੀ। ਤੇ ਦੂਜੀ ਗੱਲ ਇਹ ਕਿ ਜੇ ਹੁਣ ਆਪਾਂ ਗੱਲਾਂ ਤਾਂ ਸਾਰੇ ਕਰੀਏ, ਕੰਪਲੇਂਟ ਸਾਰੇ ਕਰੀਏ, ਪਰ ਉਹਦੇ ਲਈ ਜਿੰਦੇ ਜਿੱਥੇ ਵੀ ਹਰੇਕ ਬੰਦਾ ਆਪਣੇ ਆਪਣੇ ਥਾਂ ਤੇ ਜਿੰਨੀ ਵੀ ਮਦਦ ਕਰ ਸਕਦਾ, ਜਾਂ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਆਲਮੋਸਟ ਘਰ ਪਰ ਸੀ ਸਾਰੇ ਬੰਦੇ ਬਾਹਰ ਆਏ ਹੋਏ, ਜੇ ਆਪਾਂ ਆਪਣੇ ਆਪਣੇ ਪਿੰਡ ਨੂੰ ਸਮਝ ਕੇ ਬਜਾਏ ਕਿ ਨੇਤਾ ਤੋਂ ਜਾਂ ਕਿਸੇ ਹੋਰ ਤੋਂ ਕੀ ਐਕਸਪੈਕਟ ਕਰ ਸਕਦੇ ਜੀ, ਆਪਾਂ ਕੁਛ ਨਹੀਂ ਆਪ ਵੀ ਕੁਛ ਕਰ ਸਕਦੇ। ਤੁਹਾਡੇ ਵਰਗੀ ਸੋਚ ਹਰਪਾਲ ਜੀ ਸਾਰਿਆਂ ਦੀ ਹੋ ਜਾਵੇ ਤਾਂ ਮੈਨੂੰ ਲੱਗਦਾ ਸਰਕਾਰੀ ਸਿਸਟਮ ਨੂੰ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਕਰ ਕੀ ਸਕਦੇ ਹਾਂ। ਤੇ ਤੁਸੀਂ ਹੁਣ ਭਾਜੀ ਬੇਸ਼ੱਕ 18 ਜਨਵਰੀ ਨੂੰ ਅਸੀਂ ਉੱਥੇ ਬੁਲਾ ਰਹੇ ਹਾਂ, ਕੁਛ ਨੇਤਾ ਨੂੰ ਬੁਲਾ ਰਹੇ ਹਾਂ, ਖੁਸਰੂਪੁਰ ਪਿੰਡ ਆ ਸਾਡਾ ਸੰਸਾਰਪੁਰ ਦੇ ਨਾਲ, ਤੇ ਪੂਰਾ ਜਾ ਕੇ ਤੁਸੀਂ ਉਹਨੂੰ ਫੇਸਬੁੱਕ ਤੇ ਖੁਸਰੂਪੁਰ ਪਿੰਡ ਦਾ ਸਾਰਾ ਇੱਕ ਵਾਰੀ ਤੁਸੀਂ ਦਿਖਾ ਦਿਓ ਨਕਸ਼ਾ ਵੀ ਸਾਰਿਆਂ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਦਿਖਾਵਾਂਗੇ ਜੀ, ਤੁਹਾਡੇ ਤੁਹਾਡੇ ਚੰਗੇ ਕਦਮ ਅਸੀਂ ਜ਼ਰੂਰ ਸਾਂਝੇ ਕਰਾਂਗੇ ਸਾਰਿਆਂ ਨਾਲ। ਬਹੁਤ ਧੰਨਵਾਦ ਜੀ ਤੁਹਾਡਾ ਹਰਪਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਹਾਂ ਮੈਂ ਗੱਲ ਕਰ ਰਿਹਾ ਸੀਗਾ ਇਸ ਵਰੇ ਦੇ ਵਿੱਚ, ਜਿਹੜੇ ਵਰੇ ਨੂੰ ਅਸੀਂ ਅਲਵਿਦਾ ਕਹਿਣ ਜਾ ਰਹੇ ਹਾਂ, ਉਸ ਵਰੇ ਦੇ ਵਿੱਚ ਬਹੁਤ ਕੁਛ ਬਦਲਿਆ, ਸਰਕਾਰਾਂ ਬਦਲ ਚੁੱਕੀਆਂ ਹੈਗੀਆਂ, ਬਸ ਸਰਕਾਰਾਂ ਬਦਲਦੇ ਨਾਲ ਆ ਜਿਹੜਾ ਹਾਲਾਤ ਹੈ ਉਹ ਕਿੰਨੇ ਬਦਲੇ ਹੈਗੇ ਆ। ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਾਈਮ ਸਕੇਅਰ ਤੋਂ, ਜਿੱਥੇ ਘੜੀ ਦੀਆਂ ਸੂਈਆਂ ਦੀ ਟਿਕ ਟਿਕ ਦੱਸ ਰਹੀ ਹੈ ਕਿ ਕਿੰਨਾ ਸਮਾਂ ਬਾਕੀ ਰਹਿ ਗਿਆ ਹੈਗਾ ਨਵਾਂ ਸਾਲ ਚੜ੍ਹਨ ਦੇ ਵਿੱਚ, ਤਰੀਕ ਬਦਲ ਰਹੀ ਹੈਗੀ ਆ, ਤਰੀਕ ਬਲ ਦੇ ਨਾਲ ਅਸੀਂ ਕਿੰਨਾ ਬਦਲਾਂਗੇ, ਸਵਾਲ ਇਹ ਵੀ ਹੈਗਾ, ਆਪਣੇ ਆਪ ਨੂੰ ਅਸੀਂ ਸਵਾਲ ਪੁੱਛਦੇ ਰਹਿੰਦੇ ਹੈਗੇ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਾਹਿਬ ਜੀ, ਸਤਿ ਸ਼੍ਰੀ ਅਕਾਲ, ਨਾਮ ਹੈ ਸਾਰੀਆਂ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਵੀ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਵਿੰਦਰ ਸਿੰਘ ਹੈ ਜੀ। ਹਾਂਜੀ ਮੈਂ ਸੈਕਰਾਮੈਂਟੋ ਐਲਗਰੋਰੀਨਾ। ਹਾਂਜੀ ਹਾਂਜੀ ਮੈਂ ਨਾ ਪ੍ਰੋਗਰਾਮ ਸੁਣ ਰਿਹਾ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਆ, ਲੋਕ ਰਾਏ ਬੜੇ ਵਧੀਆ ਦਿੰਦੇ ਨੇ। ਨਾਲ ਵੀ
ਮੈਂ ਇੱਕ ਜੇ ਅਸੀਂ ਆਖਣਾ ਵੀ ਜ਼ਿਮੀਦਾਰ ਬਹੁਤ ਘੱਟ ਜਾਣ ਡੇ, ਸਾਰੀਆਂ ਗੱਲਾਂ ਬਿਲਕੁਲ ਸਹੀ ਨੇ, ਕੋਈ ਇਹ 'ਚ ਸ਼ੱਕ ਵਾਲੀ ਗੱਲ ਨਹੀਂ। ਇਹ 'ਚ ਮਤਲਬ ਵੀ ਜੇ ਆਪਾਂ ਇਕੱਲੀ ਸਰਕਾਰ ਦਾ ਕਸੂਰ ਕਹਿ ਦੀਏ, ਉਹ ਨਹੀਂ, ਸਾਡਾ ਸਾਰਿਆਂ ਦਾ ਕਸੂਰ ਹੈ। ਇੱਕ ਤਾਂ ਹੈਲੋ ਜੀ ਜੀ ਸੁਣ ਰਿਹਾ, ਮੈਂ ਤੁਹਾਨੂੰ ਸੁਣ ਰਿਹਾ। ਅੱਛਾ, ਇੱਕ ਤਾਂ ਨਾ ਪਤਾ ਕੀ ਆ, ਮਤਲਬ ਵੀ ਵੇਖੋ ਜਿਹੜਾ ਇੱਕ ਤਾਂ ਪਹਿਲੀ ਗੱਲ ਤਾਂ ਰੇਟ ਵੀ ਪੂਰਾ ਨਹੀਂ ਜ਼ਿਮੀਦਾਰ ਨੂੰ ਮਿਲਦਾ, ਦੂਜੀ ਵੇਖੋ ਸਮੇਂ ਦੀ ਮਾਰ ਵੀ ਪੈਂਦੀ ਆ, ਇਹ ਵੀ ਦੂਜਾ ਅਸੀਂ ਜਦੋਂ ਖਰਚ ਕਰਨ ਲੱਗੇ ਹਾਂ ਨਾ, ਅਤੇ ਖਰਚ ਕਰਨ ਲੱਗੇ ਵੀ ਅਸੀਂ ਵਹਿੰਦੇ ਨਹੀਂ, ਹਾਂਜੀ, ਭਾਵੇਂ ਸਾਨੂੰ ਜ਼ਮੀਨ ਕਹਿਣੀ ਪਵੇ, ਕਰਨੀ ਪਵੇ, ਵਿਆਜੀ ਪੈਸੇ ਚੁੱਕਣੇ ਪੈਣ। ਅਤੇ ਹੁਣ ਅਸੀਂ ਜੋ ਨਿੱਕੇ ਨਿੱਕੇ ਹੁੰਦੇ ਹਾਂ ਨਾ, ਅਤੇ ਸਾਨੂੰ ਨਿੱਕੇ ਹੁੰਦਿਆਂ ਨੂੰ ਕੰਮਾਂ 'ਚ ਵੜ ਦਿੰਦੇ ਹੁੰਦੇ ਸੀ, ਹਾਂਜੀ, ਅਤੇ ਹੁਣ ਮਸ਼ੀਨਰੀ ਆ ਗਈ ਆ, ਖਰਚੇ ਵੱਧ ਗਏ ਨੇ, ਹਾਂਜੀ, ਅਤੇ ਲੇਕਿਨ ਖਰਚਿਆਂ ਦਾ ਕੰਟਰੋਲ ਕੋਈ ਨਹੀਂ ਸਾਡਾ, ਹਾਂਜੀ, ਅਤੇ ਹੁਣ ਜਿਸ ਭੜੋਲੀ 'ਚ ਆਪਾਂ ਦਾਣੇ ਪਾਵਾਂਗੇ ਨਾ, ਅਤੇ ਕੱਢਾਂਗੇ ਕਿੱਥੋਂ। ਇਸ ਕਰਕੇ ਸਰਕਾਰਾਂ ਨੇ ਮਤਲਬ ਇਹ 'ਚ ਸਰਕਾਰਾਂ ਦਾ ਵੱਡਾ ਕਸੂਰ ਹੈ ਕਿ ਸਾਨੂੰ ਉਹਨਾਂ ਨੇ ਮੰਗਤੇ ਬਣਾ ਦਿੱਤਾ, ਸਾਨੂੰ ਅੱਜ ਖਰਚੇ ਘਟਾਉਣੇ ਪੈਣਗੇ, ਤੁਸੀਂ ਇਹ ਕਹਿ ਰਹੇ ਹੋ ਹਰਵਿੰਦਰ ਜੀ। ਨਹੀਂ ਮਤਲਬ ਖਰਚੇ ਵੇਖੋ ਗੱਲ ਨੂੰ, ਮੈਂ ਤਾਂ ਦੱਸਾਂ, ਮੈਂ ਸਾਡੇ ਬਜ਼ੁਰਗਾਂ ਕੋਲ 100 ਏਕੜ ਪੈਲੀ ਸੀ, ਹਾਂਜੀ, ਅਸੀਂ ਨਾ ਮੈਂ ਬਚਪਨ ਦੀ ਲੱਗਾਂ ਗੱਲ ਦੱਸਣ, ਅਸੀਂ ਨਾ ਡੰਗਰਾਂ ਵਾਸਤੇ ਕੋਠਾ ਪਾਉਣ ਡੇ, ਅਤੇ ਕੱਚੀਆਂ ਇੱਟਾਂ ਦਾ ਕੋਠਾ ਪਾਉਣ ਡੇ ਬਜ਼ੁਰਗ, ਅਤੇ ਕੋਈ ਬੰਦਾ ਆਣ ਕੇ ਆਉਂਦਾ, ਸਾਡੀ ਜਾਇਦਾਦ ਮਾਰ ਕੇ ਉਹ ਆ ਕੀ ਕਰਨ ਡੇ, ਉਹ ਆਉਂਦੇ ਵੀ ਮੈਂ ਆਪਣੀ ਜੇਬ ਵੇਖਣੀ, ਮੇਰੀ ਜੇਬ 'ਚ ਕੀ ਆ, ਅਤੇ ਮੈਂ ਜਾਇਦਾਦ ਵੇਚ ਕੇ ਕੋਠੇ ਥੋੜ੍ਹਾ ਪਾਉਣੇ ਆ ਜੀ, ਹਾਂਜੀ। ਅੱਛਾ, ਹੁਣ ਕਿਉਂਕਿ ਬਜ਼ੁਰਗਾਂ ਦੀਆਂ ਗੱਲਾਂ ਬੜੀਆਂ ਸਮਝਦਾਰ ਅਤੇ ਚੰਗੀਆਂ ਹੁੰਦੀਆਂ ਨੇ, ਉਹ ਆਉਂਦੇ ਵੀ ਜਦੋਂ ਆਪਾਂ ਰਿਸ਼ਤਾ ਕਰਨ ਜਾਂਦੇ ਹਾਂ ਨਾ, ਪੁਰਾਣੇ ਜਮਾਨੇ ਦੀ ਗੱਲ ਹੈ, ਆਉਂਦੇ ਵੀ ਵੇਖਣਾ ਅਸੀਂ ਮੁੰਡੇ ਦਾ ਰਿਸ਼ਤਾ, ਆਪਣਾ ਲੜਕੀ ਦਾ ਰਿਸ਼ਤਾ ਕਰਨ ਗਏ ਹਾਂ, ਕਿ ਅਗਲੇ ਜਿਹੜੇ ਆ ਉਹ ਸਕੂਲ ਬੱਚਾ ਪੜ੍ਹਦਾ ਕਿ ਉਹਦੀ ਫੀਸ ਦਿੰਦੇ ਆ ਕਿ ਮਾਫ਼ ਕਰਾਈ ਆ। ਅੱਛਾ, ਉਹਨਾਂ ਦੇ ਵੇਖਣਾ ਜੇ ਬੱਚੇ ਨੇ ਉਹਦੀ ਫੀਸ ਮਾਫ਼ ਆ, ਉਹਨਾਂ ਵੀ ਇਹ ਬੱਚਾ ਇਹਦੇ ਫੀਸ ਨਹੀਂ ਦੇ ਸਕਦਾ, ਇਹਨਾਂ ਮੇਰੀ ਲੜਕੀ ਨੂੰ ਕੀ ਰੋਟੀ ਦੇਣੀ ਹੈ। ਅਤੇ ਅੱਜ ਕੱਲ੍ਹ ਦੀ ਸੋਚ ਇਹ ਆ ਵੀ ਜਾਣਾ ਵੇਖਣਾ ਕਿ ਇਹਨਾਂ ਦੀ ਫੀਸ ਮਾਫ਼ ਹੈ, ਕਿੰਨੀ ਕੁ ਪਹੁੰਚ ਹੈ ਇਹਨਾਂ ਦੀ। ਇਹ ਕਰਕੇ ਨਾ ਇਹ ਬੜੀਆਂ ਸਾਰਾ ਕੰਮ ਜਿਹੜਾ ਰਲ ਮਿਲ ਕੇ ਹੁੰਦਾ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਸਾਰਿਆਂ ਨੂੰ ਹਮਲਾ ਮਾਰਨ ਦੀ ਲੋੜ ਹੈਗੀ ਹੈ, ਬਹੁਤ ਧੰਨਵਾਦ ਤੁਹਾਡਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬੜਾ ਅੱਛਾ ਸੁਝਾਅ ਤੁਹਾਡਾ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ, ਥੈਂਕ ਯੂ। ਹਾਂ, ਤੁਸੀਂ ਜਿਹੜੇ ਸੁਝਾਅ ਦੇ ਰਹੇ ਹੋ, ਦਿਲ ਤੋਂ ਸੁਝਾਅ ਦੇ ਰਹੇ ਹੋ, ਅਤੇ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਦਿਲ ਤੋਂ ਸਾਂਝੀਆਂ ਕਰ ਰਹੇ ਹੋ, ਪਰ ਦਿਲਾਂ ਦੀ ਸਾਂਝ ਦੇ ਲਈ ਸਰਕਾਰੀ ਸਿਸਟਮ ਦੇ ਨਾਲ ਸਾਨੂੰ ਵੀ ਸਿਰ ਜੋੜਨਾ ਪਵੇਗਾ, ਜਿਵੇਂ ਹਰਵਿੰਦਰ ਜੀ ਗੱਲ ਕਹਿ ਰਹੇ ਸੀਗੇ ਕਿ ਸਾਨੂੰ ਆਪਣੇ ਖਰਚੇ ਸੋਚ ਸਮਝ ਕੇ ਕਰਨੇ ਪੈਣਗੇ, ਸਰਕਾਰਾਂ ਕਿਸ ਤਰੀਕੇ ਨਾਲ ਇਸ ਪੂਰੇ ਸਿਸਟਮ ਨੂੰ ਚਲਾਉਂਦੀਆਂ, ਅਤੇ ਅਸੀਂ ਉਸ ਸਿਸਟਮ ਦੇ ਵਿਚਾਲੇ ਆਪਦੇ ਆਪ ਨੂੰ ਕਿੱਥੇ ਰੱਖ ਪਾਉਂਦੇ ਹੈਗੇ ਹਾਂ। ਬਹੁਤ ਸਾਰੇ ਸਵਾਲ ਹੈਗੇ ਆ, ਇਹੋ ਜਿਹੇ ਸਵਾਲ ਅਕਸਰ ਅਸੀਂ ਆਪਣੇ ਲਗਾਤਾਰ ਸ਼ੋਅਸ ਦੇ ਵਿੱਚ ਜ਼ਿਕਰ ਵੀ ਕਰਦੇ ਰਹਿੰਦੇ ਹਾਂ। ਸਰਕਾਰਾਂ ਬਦਲੀਆਂ, ਇੱਥੇ ਕੇਂਦਰ ਸਰਕਾਰ ਬਦਲੀ ਹੈਗੀ ਹੈ ਭਾਰਤ ਦੇ ਵਿੱਚ, ਅਤੇ ਕੈਨੇਡਾ ਦੇ ਵਿੱਚ ਸਰਕਾਰ ਬਦਲੀ ਹੈ, ਸਾਰੇ ਕਿਤੇ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਉਹ ਆਪਣੇ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ। ਅਮੈਰੀਕਾ ਵਿੱਚ ਟਰੰਪ ਹਰਾਂ ਦੀ ਨੀਤੀ ਕੁਛ ਹੋਰ ਹੈ, ਭਾਰਤ ਵਿੱਚ ਮੋਦੀ ਹਰਾਂ ਦੀ ਨੀਤੀ ਕੁਛ ਹੋਰ ਹੈ, ਪਾਕਿਸਤਾਨ ਵਿੱਚ ਇਮਰਾਨ ਖਾਨ ਹਰਾਂ ਦੀ ਨੀਤੀ ਕੁਛ ਹੋਰ ਹੈ, ਅਤੇ ਇਹਨਾਂ ਨੀਤੀਆਂ ਦੇ ਵਿਚਾਲੇ ਸਾਨੂੰ ਇੱਕ ਨੀਤੀ ਬਣਾਉਣੀ ਪਵੇਗੀ ਕਿ ਅਸੀਂ ਇਹਨਾਂ ਨੀਤੀਆਂ ਤੋਂ ਸਵਾਲ ਕਰ ਸਕੀਏ। ਇਹਨਾਂ ਨੀਤੀਆਂ ਦੇ ਅੱਗੇ ਅਸੀਂ ਸਵਾਲ ਨਹੀਂ ਕਰਾਂਗੇ ਤਾਂ ਫਿਰ ਇਹ ਪੋਲੀਟੀਕਲ ਸਿਸਟਮ ਸਾਨੂੰ ਜਿਸ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਉਸੇ ਸਿਸਟਮ ਵਿੱਚ ਵਹਿੰਦੇ ਜਾਵਾਂਗੇ। ਸਾਨੂੰ ਸਿਸਟਮ ਦੇ ਵਿੱਚ ਰਹਿ ਕੇ ਸਾਨੂੰ ਸਵਾਲ ਪੁੱਛਣੇ ਪੈਣਗੇ, ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਸਾਂਝੇ ਕਰੋ ਸਵਾਲ ਜਿਨ੍ਹਾਂ ਦੇ ਜਵਾਬ ਤੁਹਾਨੂੰ ਨਹੀਂ ਮਿਲ ਪਾ ਰਹੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਅਮਰਜੀਤ ਬੋਲ ਰਹੀ, ਮੈਰੀਲੈਂਡ ਤੋਂ। ਹਾਂਜੀ ਅਮਰਜੀਤ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਮੈਂ ਆਪਣਾ ਥੋੜਾ ਸੁਜੈਸ਼ਨ ਦੇਣਾ ਚਾਹੁੰਦੀ ਸੀ ਜੋ ਅੱਜ ਪੁੱਛੇ ਗੱਲਬਾਤ ਹੋ ਰਹੀ ਹੈ। ਜੀ ਜੀ। ਹਾਂਜੀ, ਮੇਰਾ ਇਹ ਕਿ ਲੋਕਲ ਡਿਵੈਲਪਮੈਂਟ ਲਈ ਸਮਾਲ ਸਕੇਲ ਇੰਡਸਟਰੀਜ਼ ਨੂੰ ਪਿੰਡਾਂ ਸ਼ਹਿਰਾਂ ਵਿੱਚ ਹਰ ਲੋਕਲ ਲੈਵਲ 'ਤੇ ਖੋਲ੍ਹਣ ਲਈ ਇਨਕਰੇਜ ਕੀਤਾ ਜਾਏ, ਜਿਸ ਵਿੱਚ ਮੈਨੂਫੈਕਚਰ, ਸਪਲਾਈ, ਮਾਰਕੀਟਿੰਗ ਆਦਿ ਦਾ ਪੂਰਾ ਇੰਤਜ਼ਾਮ ਹੋਏ, ਪੂਰੀ ਸ਼ੋਰਟੀ ਹੋਵੇ। ਤਾਂ ਇਸ ਤਰ੍ਹਾਂ ਡਿਵੈਲਪਮੈਂਟ ਕਰਨੀ ਥੋੜ੍ਹੀ ਆਸਾਨ ਹੈ ਜੀ। ਗਵਰਨਮੈਂਟ ਵੱਲੋਂ ਲੋਨ ਦਿੱਤਾ ਜਾਵੇ, ਇਸ ਨਾਲ ਲੋਕਲ ਲੈਵਲ 'ਤੇ ਇੰਪਲਾਇਮੈਂਟ ਮਿਲ ਸਕਦੀ।
ਪਾਲਿਸੀ ਬਣਾਉਣੀਆਂ ਲੋਕਲ ਲੈਵਲ ਲਈ ਪਹਿਲਾਂ ਜ਼ਰੂਰੀ ਨੇ, ਤਾਂ ਲੋਕ ਖੋਲੀਆਂ ਜਾਣ, ਜਿਵੇਂ ਅੱਜ ਕੱਲ੍ਹ ਹਰਸਿਮਰਤ ਹੈ, ਇਹ ਜੂਸ ਦੀਆਂ, ਹੋਰ ਲੋਕਲ ਲੈਵਲ 'ਤੇ, ਹਰ ਲੋਕਲ ਲੈਵਲ 'ਤੇ ਜਿਸ ਕਿਸਮ ਦਾ ਕੋਈ ਏਰੀਆ ਹੁੰਦਾ, ਜਿਵੇਂ ਮਾਲਵੇ 'ਚ ਕੋਟਨ ਬੈਲਟ ਹੈ, ਉੱਥੇ ਕੋਟਨ ਟਾਈਪ ਦੀਆਂ ਹੋਣ, ਹੋਰ ਜਿੱਥੇ ਜਿਹੜੀ ਚੀਜ਼ ਈਜ਼ੀਲੀ ਅਵੇਲੇਬਲ ਹੈ, ਜਿਵੇਂ ਹੁਣ ਵੇਰਕਾ ਡੇਅਰੀ ਹੈ, ਇੱਥੇ ਇਸ ਤਰ੍ਹਾਂ ਦੀਆਂ ਹੋਣ, ਮਿਲਕ ਐਂਡ ਮਿਲਕ ਪ੍ਰੋਡਕਟਸ, ਜਾਂ ਹੋਰ ਜਿਸ ਤਰ੍ਹਾਂ ਦਾ ਏਰੀਆ ਹੋਵੇ ਜਿੱਥੇ ਜਿਹੜੀ ਲੋਕਲ ਲੈਵਲ 'ਤੇ ਕੱਚਾ ਮਾਲ ਮਿਲਣਾ ਵੀ ਆਸਾਨ ਹੋਵੇ, ਅਤੇ ਲੇਕਿਨ ਉਹਦੀ ਫਿਰ ਮਾਰਕੀਟਿੰਗ ਦੀ ਜ਼ਰੂਰ ਛੋਟੀ ਹੋਣੀ ਚਾਹੀਦੀ ਹੈ। ਜੀ ਅਮਰਜੀਤ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਸ ਨਵੇਂ ਵਰ੍ਹੇ ਦੇ ਵਿੱਚ ਛੋਟੀਆਂ ਸਨਅਤਾਂ ਵੱਲ ਧਿਆਨ ਦੇਣਾ ਪਊਗਾ, ਤਾਂ ਹੀ ਵਿਕਾਸ ਆ ਜਿਹੜਾ ਹੋ ਸਕਦਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਹਾਂ ਹਾਂਜੀ, ਕਿਉਂਕਿ ਬਹੁਤ ਵੱਡੀ ਇੰਡਸਟਰੀਜ਼ ਚਲਾਉਣ ਲਈ ਜ਼ਿਆਦਾ ਲੋਨ ਲੈਣਾ ਪੈਂਦਾ, ਫਿਰ ਜ਼ਿਆਦਾ ਲੇਬਰ ਚਾਹੀਦੀ ਹੈ, ਇੰਤਜ਼ਾਮ ਕਰਨੇ ਔਖੇ ਹੋ ਜਾਂਦੇ ਨੇ, ਲੋਕਲੀ ਲੈਵਲ 'ਤੇ ਹੋਣ, ਟਾਊਨ ਸਿਸਟਮ 'ਤੇ, ਸ਼ਹਿਰਾਂ ਵਿੱਚ ਆਪਣੇ ਹਿਸਾਬ ਨਾਲ, ਸ਼ਹਿਰਾਂ ਵਿੱਚ ਆਪਣੇ ਹਿਸਾਬ ਨਾਲ, ਲੇਕਿਨ ਉਹਨਾਂ ਦੀ ਸਪਲਾਈ, ਮੈਨੂਫੈਕਚਰ ਸਪਲਾਈ, ਉਹ ਸਾਰੀਆਂ ਬਕਾਇਦਾ ਪਾਲਿਸੀ ਹੋਵੇ ਗੌਰਮੈਂਟ ਦੀ, ਬਕਾਇਦਾ ਪੂਰੀ ਸ਼ੋਰਟੀ ਹੋਵੇ, ਇਹ ਨਾ ਕਿ ਤੁਸੀਂ ਸਮਾਨ ਬਣਾ ਕੇ ਬੈਠ ਜਾਓ ਔਰ ਤੁਹਾਡੀ ਸਪਲਾਈ ਨਾ ਹੋਵੇ, ਮਾਰਕੀਟ ਨਾ ਹੋਏ, ਤੇ ਫਿਰ ਤੁਸੀਂ ਪੇਮੈਂਟ ਕਿਸ ਤਰ੍ਹਾਂ ਕਰੋਗੇ, ਤਾਂ ਉਹ ਸਮਾਨ ਖਰਾਬ ਹੋ ਜਾਵੇ, ਠੀਕ ਹੈ, ਤੇ ਉਹਦੀ ਕਿਸ ਤਰ੍ਹਾਂ ਕਰਨੀ, ਉਹਦੀ ਪੂਰੀ ਐਕਸਪਾਇਰੀ ਦੀ ਹਿਸਾਬ ਹੋਵੇ, ਹਰ ਚੀਜ਼ ਸਰਕਾਰਾਂ ਨੂੰ ਇਹ ਵੀ ਭਰੋਸਾ ਦੇਣਾ ਪਵੇਗਾ ਕਿ ਛੋਟੀਆਂ ਸਨਅਤਾਂ ਦੀ ਜਿਹੜੀ ਮਾਰਕੀਟਿੰਗ ਹੈਗੀ ਹੈ ਉਹ ਇੱਕ ਚੰਗੇ ਤਰੀਕੇ ਨਾਲ ਹੋਵੇ, ਤੇ ਇੱਕ ਚੰਗੀ ਨੀਤੀ ਹੈ ਜਿਹੜੀ ਉਸਦੇ ਤਹਿਤ ਹੋਵੇ, ਇੱਕ ਵਧੀਆ ਪਾਲਿਸੀ ਜਿਹੜੀ ਬਣਨੀ ਚਾਹੀਦੀ ਹੈ ਕਿ ਇਹੋ ਜਿਹੇ ਸੁਝਾਅ ਆ ਰਹੇ ਹੈਗੇ ਆ, ਇਹ ਸੁਝਾਵਾਂ ਦੇ ਵਿਚਾਲੇ ਇੱਕ ਛੋਟਾ ਜਿਹਾ ਵਕਫਾ ਲੈਣਾ ਪਵੇਗਾ, ਜ਼ਰੂਰੀ ਹੈ। ਬ੍ਰੇਕ ਤੋਂ ਬਾਅਦ ਆ ਰਿਹਾ ਵਾਪਸ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਅਤੇ ਇਸ ਸਵਾਗਤ ਦੇ ਨਾਲ ਵੈਲਕਮ 2020 ਅਸੀਂ ਸਾਰੇ ਰਲ ਕੇ ਕਹਿ ਰਹੇ ਹਾਂ, ਅਤੇ ਫੋਨ ਕਾਲਸ ਤੁਹਾਡੇ ਲਗਾਤਾਰ ਆ ਰਹੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਗਰੇਵਾਲ ਬੋਲਦਾ ਜੀ, USA ਤੋਂ। ਹਾਂਜੀ, ਪੂਰਾ ਨਾਮ ਕੀ ਗਰੇਵਾਲ ਜੀ ਤੁਹਾਡਾ? ਅਜੀਤ ਸਿੰਘ। ਹਾਂਜੀ ਹਾਂਜੀ, ਗਰੇਵਾਲ ਸਾਹਿਬ ਸਵਾਗਤ ਹੈ, ਬੋਲੋ ਜੀ। ਹਾਂਜੀ, ਇਹ ਵੀ ਜੀ ਤੁਹਾਡਾ ਪ੍ਰੋਗਰਾਮ ਹੈਗਾ ਨੰਬਰ 1, ਅਸੀਂ ਹਰ ਰੋਜ਼ ਤਕਰੀਬਨ ਦੇਖਦੇ ਹੁੰਦੇ ਆ, ਤੇ ਮੇਰੀ ਇੱਕ ਵੀ ਜੀ ਸੁਜੈਸ਼ਨ ਆ ਵੀ ਜਦੋਂ ਤੁਸੀਂ ਟਾਕ ਸ਼ੋ ਤੇ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨਾਲੋਂ ਜੇ ਇੰਟੈਲੈਕਚੁਅਲ ਬੰਦੇ ਜਿਹੜੇ ਜਾਂ ਜਿਹਨਾਂ ਨੂੰ ਡੇਲੀ ਪ੍ਰੋਬਲਮ ਨੇ ਉਹਨਾਂ ਬੰਦਿਆਂ ਨੂੰ ਲਿਆਂਦਾ ਜਾਵੇ, ਤਾਂ ਉਹਨਾਂ ਦੇ ਜਿਹੜੇ ਪਾਰਟੀ ਦੇ ਬੰਦੇ ਉਹਨਾਂ ਪਾਰਟੀ ਦੀ ਗੱਲ ਕਰਨੀ ਆ, ਆਮ ਲੋਕਾਂ ਦੀ ਗੱਲ ਨਹੀਂ ਕਰਦੇ ਹੋ। ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਗਰੇਵਾਲ ਸਾਹਿਬ, ਪਰ ਇੱਕ ਸਵਾਲ ਇਹ ਵੀ ਹੈਗਾ ਗਰੇਵਾਲ ਸਾਹਿਬ, ਜੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਬੁਲਾਉਂਦੇ ਤਾਂ ਜਿਹੜੇ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਤੋਂ ਲੈਣੇ ਆ ਤੇ ਉਹਨਾਂ ਦੀ ਪਾਰਟੀ ਤੱਕ ਪਹੁੰਚਦੇ ਨਹੀਂ ਫਿਰ ਉਹ। ਹਾਂਜੀ, ਤੇ ਜੇ ਤੁਸੀਂ ਕਹਿੰਦੇ ਹੋ ਕਿ ਸਿਰਫ ਇੰਟਲੈਕਚੁਅਲ ਨਾਲ ਡਿਬੇਟ ਕਰਿਆ ਕਰੀਏ, ਉਸ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ, ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਕੋਈ ਮੁਸ਼ਕਲ ਨਹੀਂ ਹੈਗੀ, ਪਰ ਸਵਾਲ ਇਹ ਹੈ ਕਿ ਜੇ ਅਸੀਂ ਪੋਲੀਟੀਕਲ ਪਾਰਟੀ ਤੱਕ ਮਸਲੇ ਤੁਹਾਡੇ ਨਹੀਂ ਪਹੁੰਚਾਵਾਂਗੇ ਫਿਰ ਉਹ ਹੱਲ ਨਹੀਂ ਲੱਭਣਗੇ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਮੈਂ ਇਸ ਨਾਲ ਇਤਫਾਕ ਰੱਖਦਾ। ਮੈਂ ਇਸ ਨਾਲ ਇਤਫਾਕ, ਵੈਸੇ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਜ਼ਿਆਦਾ ਇੰਟਲੈਕਚੁਅਲਸ ਨਾਲ ਗੱਲ ਕੀਤੀ ਜਾਵੇ, ਉਸ ਸ਼ੋਅ ਵਿੱਚ ਵੀ ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਓਨਾ ਹੀ ਵਕਤ ਦਿੰਦੇ ਹਾਂ ਜਿੰਨੀ ਜ਼ਰੂਰਤ ਹੁੰਦੀ ਹੈ। ਬਾਕੀ ਤੁਹਾਡਾ ਸੁਝਾਅ ਬਿਹਤਰ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਗਰੇਵਾਲ ਸਾਹਿਬ, ਬਹੁਤ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੈਂ ਨਿਊਯਾਰਕ ਤੋਂ ਸੁਰਿੰਦਰ ਬੋਲ ਰਹੀ ਹਾਂ। ਹਾਂਜੀ ਹਾਂਜੀ, ਸਵਾਗਤ ਹੈ ਜੀ, ਬੋਲੋ ਜੀ। ਹਾਂਜੀ, ਹੁਣੇ ਵੀ ਕਿ ਜਿਵੇਂ ਕਈ ਕੋਲਰਾਂ ਨੇ ਕਿਹਾ ਨਾ ਕਿ ਪੰਜਾਬ ਦੇ ਵਿੱਚ ਖਰਚੇ ਬਹੁਤ ਕਰਦੇ ਨੇ, ਜ਼ਮੀਨਾਂ ਵੀ ਰੱਖ ਕੇ ਜਾਂ ਕੁਛ ਵੀ ਰੱਖ ਕੇ ਜਦੋਂ ਉਹ ਆਪਣੇ ਕਿਸੇ ਬੇਟੇ ਦਾ ਜਾਂ ਬੇਟੀ ਦਾ ਵਿਆਹ ਕਰਦੇ ਆ, ਉਹ ਕੀ ਹੁੰਦਾ ਕਿ ਇੱਕ ਦੂਸਰੇ ਨੂੰ ਦੇਖ ਦੇਖ ਕੇ ਨਾ ਵੱਧ ਤੋਂ ਵੱਧ ਖਰਚਾ ਕਰਨਾ ਚਾਹੁੰਦੇ ਆ, ਤੇ ਫਿਰ ਉਹ ਆਪਣੀ ਜਗ੍ਹਾ ਤੇ ਕਿਵੇਂ ਪੈਰਾਂ ਤੇ ਖੜੋ ਸਕਦੇ ਆ ਜੇਕਰ ਤੁਸੀਂ ਦੂਸਰੇ ਵੱਲ ਦੇਖ ਕੇ ਆਪਣਾ ਖਰਚਾ ਇੰਨਾ ਕਰੋਗੇ, ਫਿਰ ਮੁਸ਼ਕਿਲ ਆਉਂਦੀ ਆ, ਕਿਉਂਕਿ ਅਗਰ ਹਰ ਕਿਸੇ ਕੋਲ ਇੰਨਾ ਪੈਸਾ ਨਹੀਂ ਉੱਥੇ ਹੋਏਗਾ
ਜਿਹੜਾ ਕੋਈ ਬਾਹਰ ਗਿਆ ਠੀਕ ਆ ਉਹਦੇ ਕੋਲ ਹੈਗਾ, ਜਿਹੜਾ ਉੱਥੇ ਹੀ ਕੰਮ ਕਰਦਾ ਉਹ ਦੂਸਰੇ ਬੰਦੇ ਨਾਲ ਕੰਪੇਅਰ ਕਰਕੇ ਕਿਵੇਂ ਆਪਣੇ ਖਰਚੇ ਪੂਰੇ ਕਰ ਸਕੇਗਾ। ਬਿਲਕੁਲ ਠੀਕ ਹੈ ਜੀ, ਕਿਸੇ ਨੂੰ ਵੇਖ ਕੇ ਅੱਡੀਆਂ ਨਹੀਂ ਚੁੱਕਣੀਆਂ ਚਾਹੀਦੀਆਂ, ਤੁਹਾਡੀ ਗੱਲ ਠੀਕ ਹੈ। ਪਰ ਇਸੇ ਕਰਕੇ ਹੀ ਦੇਖੋ ਕਿਸਾਨ ਕਿੰਨੀ ਜਗ੍ਹਾ ਹੈਗਾ ਕਿ ਸੁਸਾਈਡ ਕਰ ਰਹੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਕਾਰਜ ਰੱਖਿਆ ਹੁੰਦਾ ਤੇ ਉਹ ਵਿਚਾਰੇ ਸੁਸਾਈਡ ਕਰਕੇ ਮਰ ਜਾਂਦੇ। ਸੁਰਿੰਦਰ ਜੀ, ਸੁਰਿੰਦਰ ਜੀ, ਸੁਸਾਈਡ ਦਾ ਮਸਲਾ, ਸੁਸਾਈਡ ਦਾ ਮਸਲਾ ਕੱਲੇ ਖਰਚਿਆਂ ਨਾਲ ਨਹੀਂ ਜੁੜਿਆ ਹੋਇਆ ਹੈਗਾ, ਇੱਥੋਂ ਤਸਵੀਰ ਕੁਛ ਹੋਰ ਹੈ, ਇੱਥੋਂ ਤਸਵੀਰ ਕੁਛ ਹੋਰ ਹੈ। ਸੁਰਿੰਦਰ ਜੀ, ਮੈਂ ਜੇ ਤੁਸੀਂ ਬੜਾ ਸੰਜੀਦਗੀ ਨਾਲ ਇਹ ਵਿਸ਼ਾ ਚੁੱਕਿਆ ਤਾਂ ਸੰਜੀਦਗੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਥੇ ਉਹਨਾਂ ਨੂੰ ਸਿਹਤ ਸੇਵਾਵਾਂ, ਉਹਨਾਂ ਵਿੱਚ ਦਿੱਕਤਾਂ ਹੈਗੀਆਂ, ਉਹਨਾਂ ਨੂੰ MSP ਨਹੀਂ ਮਿਲਦੀ ਵੀ, ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲਦਾ ਪਿਆ ਹੈਗਾ। ਸਾਰਾ ਮਸਲਾ ਸਿਰਫ ਖਰਚਿਆਂ ਤੱਕ ਸੀਮਤ ਨਹੀਂ ਹੈਗਾ, ਬਹੁਤ ਦਿੱਕਤਾਂ ਹੋਰ ਵੀ ਹੈਗੀਆਂ। ਮੈਂ ਮੰਨਦੀ ਹਾਂ ਤੁਹਾਡੀ ਗੱਲ ਇਹ, ਪਰ ਜਦੋਂ ਆਪਾਂ ਨਾ ਕਦੀ ਨਿਊਜ਼ ਵੀ ਸੁਣਦੇ ਹਾਂ ਉਹ ਇਹੀ ਕਹਿ ਦਿੰਦੇ ਨੇ ਕਿ ਉਹਦੇ ਸਿਰ ਇੰਨਾ ਕਰਜ਼ਾ ਸੀਗਾ। ਅਗਰ ਉਹਦੇ ਸਿਰ ਇੰਨਾ ਕਰਜ਼ਾ ਸੀਗਾ, ਉਹਨੂੰ ਪਹਿਲਾਂ ਵੀ ਪਤਾ ਸੀ ਮੇਰੇ ਸਿਰ ਤੇ ਇੰਨਾ ਕਰਜ਼ਾ ਹੈ, ਫਿਰ ਉਹ ਆਪਣੇ ਖਰਚੇ ਨੂੰ ਜਿਨ੍ਹਾਂ ਦੇ ਵੀ ਇਹ ਕੰਮ ਹੁੰਦਾ ਤੇ ਉਹ ਲਿਮਿਟ 'ਚ ਕਿਉਂ ਨਹੀਂ ਪਹਿਲਾਂ ਤੋਂ ਕਰਦੇ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਸਾਰੇ ਅੰਨਦਾਤਾ, ਸਾਰੇ ਖੇਤ ਮਜ਼ਦੂਰ, ਸਾਰੇ ਕਿਸਾਨ ਇਸ ਕੈਟਾਗਰੀ ਵਿੱਚ ਨਹੀਂ ਆਉਂਦੇਗੇ ਕਿ ਉਹਨਾਂ ਦੇ ਸਿਰ 'ਤੇ ਕਰਜ਼ਾ ਇਸ ਕਰਕੇ ਚੜਿਆ ਕਿ ਉਹਨਾਂ ਨੇ ਆਪਣੇ ਘਰ ਵਿਆਹ ਕਰਨੇ ਸੀ ਜਾਂ ਹੋਰ ਸਮਾਰੋਹ ਕਰਨੇ ਸੀ, ਇਸ ਕਰਕੇ ਨਹੀਂ, ਫਸਲਾਂ ਕਰਕੇ ਵੀ ਕਰਜ਼ੇ ਚੜੇ, ਕੋਈ ਕੁਦਰਤੀ ਕਰੋਪੀ ਕਰਕੇ ਜਿਹੜੇ ਨੁਕਸਾਨ ਹੁੰਦੇ ਫਸਲਾਂ ਦੇ, ਉਸ ਕਰਕੇ ਵੀ ਖਰਚੇ ਉਹਨਾਂ ਨੂੰ ਲੈਣੇ ਪੈਂਦੇ ਆ। ਇਹ ਇਹੋ ਜਿਹੇ ਬਹੁਤ ਮਸਲੇ ਹੈਗੇ। ਜ਼ਮੀਨ 'ਤੇ ਕੋਈ ਤਸਵੀਰ ਹੋਰ ਹੈ, ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਸੁਰਿੰਦਰ ਜੀ ਕਹਿਣਾ ਚਾਹੁੰਦਾ, ਅਕਸਰ ਅਸੀਂ ਮੀਡੀਆ ਵਾਲੇ ਆਪਦੇ ਭਾਈਚਾਰੇ ਬਾਰੇ ਸਵਾਲ ਨਹੀਂ ਖੜੇ ਕਰਦੇ ਗੇ, ਪਰ ਸਾਡੇ ਭਾਈਚਾਰੇ ਵਿੱਚ ਵੀ ਸਵਾਲ ਹੈ ਕਿ ਬਹੁਤੇ ਸਾਡੇ ਜਿਹੜੇ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਹੈ ਕਿ ਉਹਨਾਂ ਨੂੰ ਕਿਸਾਨੀ ਬਾਰੇ ਸਮਝ ਨਹੀਂ ਹੈਗੀ ਅਤੇ ਉਹੋ ਜਿਹੀ ਖਬਰ ਤੁਹਾਡੇ ਅੱਗੇ ਰੱਖਦੇ ਆ, ਉਹਦੇ ਪਿੱਛੇ ਕਾਰਨ ਨਹੀਂ ਰੱਖ ਪਾਉਂਦੇ ਗੇ, ਉਹਨਾਂ ਉਹ ਉਸ ਕਰਕੇ ਵੀ ਦਿੱਕਤ ਹੈਗੀ ਹੈ, ਤੁਹਾਡੇ ਕਰਕੇ ਸਹੀ ਜਾਣਕਾਰੀ ਨਹੀਂ ਪਹੁੰਚ ਪਾ ਰਹੀ। ਹਾਂਜੀ, ਪਰ ਕਿਉਂਕਿ ਆਪਾਂ ਤਾਂ ਨਿਊਜ਼ ਵਿੱਚ ਸਿਰਫ ਇਹੀ ਦੇਖਦੇ ਹੁੰਦੇ ਹਾਂ, ਇਹੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਉਹਦੇ ਸਿਰ ਇੰਨਾ ਕਰਜ਼ਾ ਸੀਗਾ, ਇੱਦਾਂ ਹੋਇਆ, ਇੱਦਾਂ ਹੋਇਆ। ਹਾਂ ਠੀਕ ਆ, ਸਾਨੂੰ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੁੰਦੀ ਕਿ ਵਿੱਚੋਂ ਪਿੱਛੋਂ ਗੱਲ ਕੀ ਹੈਗੀ। ਬਿਲਕੁਲ ਜੀ, ਬਿਲਕੁਲ। ਹਾਂ, ਬਾਕੀ ਬਾਕੀ ਖਰਚੇ ਤਾਂ ਸਾਰਿਆਂ ਨੂੰ ਕੰਟਰੋਲ ਕਰਨੇ ਚਾਹੀਦੇ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹਾਂ ਜੀ, ਕੌਣ ਬੋਲ ਰਹੇ ਹੋ ਜੀ, ਕੀ ਨਾਮ ਤੁਹਾਡਾ? ਮੈਂ ਸ਼ਮਸ਼ੇਰ ਸਿੰਘ ਰੰਧਾਵਾ ਬੋਲਦਾ, ਮਲਵਾਕੀ ਤੋਂ। ਹਾਂ ਜੀ ਸ਼ਮਸ਼ੇਰ ਜੀ, ਸਵਾਗਤ ਹੈ। ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਥੈਂਕ ਯੂ। ਪਰ ਇਹ ਆਪਣਾ ਟੀਵੀ ਚੈਨਲ ਇੰਡੀਆ ਕਦੋਂ ਫ੍ਰੀਲੀ ਰਿਲੇ ਹੋਊਗਾ? ਇਸ ਸਵਾਲ ਦਾ ਜਵਾਬ ਮੇਰੇ ਕੋਲ ਅੱਜ ਦੀ ਤਰੀਕ 'ਚ ਨਹੀਂ ਹੈਗਾ ਵੀ ਇੰਡੀਆ 'ਚ ਕਦੋਂ ਇਹ ਪ੍ਰੋਗਰਾਮ ਚੱਲਿਆ ਕਰਨਗੇ। ਬਾਕੀ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਚੱਲ ਰਹੇ ਆ, ਜੀਓ ਟੀਵੀ ਐਪ 'ਤੇ ਪ੍ਰੋਗਰਾਮ ਆਉਂਦੇ ਆ ਸਾਰੇ ਸਾਡੇ ਅਤੇ। ਹਾਂ, ਜਿਹੜਾ ਤੁਸੀਂ DTH ਜਾਂ ਕੇਬਲ ਪਲੇਟਫਾਰਮ ਦੀ ਗੱਲ ਕਰ ਰਹੇ ਹੋ, ਫਿਲਹਾਲ ਉਹਦੇ ਬਾਰੇ ਕੋਈ ਪਲਾਨਿੰਗ ਨਹੀਂ ਹੈਗੀ ਜੀ, ਐਵੇਂ ਤੁਹਾਨੂੰ ਮੈਂ ਗਲਤ ਵਾਅਦਾ ਕਰਾਂ, ਉਹ ਚੰਗਾ ਨਹੀਂ ਲੱਗਦਾ ਮੈਨੂੰ। ਠੀਕ ਠੀਕ, ਹਾਂ ਹਾਂਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸ਼ਮਸ਼ੇਰ ਜੀ, ਬਹੁਤ ਧੰਨਵਾਦ ਤੁਹਾਡਾ। ਅੱਜ ਤੁਸੀਂ ਸਾਰੇ ਆਪਣੇ ਆਪਣੇ ਦਿਲ ਦੀ ਗੱਲ ਕਰਦੇ ਪਏ ਹੋ, ਪ੍ਰੋਗਰਾਮ ਕਿੱਥੇ ਦੇਖਣਾ ਚਾਹੁੰਦੇ ਹੋ, ਕਿਵੇਂ ਚੱਲੇਗਾ, ਕਿਵੇਂ ਆਵੇਗਾ, ਇਹੋ ਜਿਹਾ ਸਵਾਲ ਵੀ ਤੁਹਾਡੇ ਮਨ ਵਿੱਚ ਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਟੀਵੀ ਦੀ ਵੋਲੀਅਮ ਘੱਟ ਕਰ ਲਓ ਜੀ, ਤਾਂ ਹੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚੇਗੀ। ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰ ਲਓ ਜੀ ਕਿਰਪਾ ਕਰਕੇ। ਹਾਂਜੀ, ਮੈਂ ਮਲਾਇਆ ਕੇਪੀ ਸਿੰਘ ਬੋਲਦੇ ਨੇ। ਹਾਂਜੀ ਹਾਂਜੀ, ਬੋਲ ਰਿਹਾ ਜੀ, ਬੋਲ ਰਿਹਾ ਜੀ, ਤੁਹਾਡਾ ਕੀ ਨਾਮ ਹੈ ਜੀ? ਮੈਂ ਹਰਭਜਨ ਸਿੰਘ ਉੱਭੀ ਬੋਲ ਰਿਹਾ ਜੀ, ਮਰਕਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਉੱਭੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਦੁਆਵਾਂ ਤੁਹਾਡੀਆਂ। ਮੈਂ ਇੱਕ ਸੋਚਦਾ ਹੁੰਦਾ, ਇੱਥੇ ਬੈਠਾ ਮੈਨੂੰ ਤਕਰੀਬਨ 40 ਸਾਲ ਹੋ ਗਏ ਇੱਥੇ ਅਮਰੀਕਾ 'ਚ ਆਏ ਨੂੰ। ਅੱਛਾ ਜੀ। ਇੰਡੀਆ ਛੱਡੇ ਨੂੰ ਮੈਨੂੰ ਤਕਰੀਬਨ 75 'ਚ ਮੈਂ ਛੱਡਿਆ ਸੀ ਇੰਡੀਆ, ਪਹਿਲਾਂ ਮੈਂ ਸਿੰਗਾਪੁਰ ਸੀ। ਹਾਂਜੀ, ਮੈਂ ਇਹੀ ਸੋਚਦਾ ਹੁੰਦਾ ਵੀ ਜਦੋਂ ਅਸੀਂ ਇੰਡੀਆ ਸੀਗੇ ਤੇ ਅਸੀਂ ਜਿਸ ਵੇਲੇ ਮਰਜ਼ੀ ਕਿਸੇ MP ਨੂੰ, ਕਿਸੇ MLA ਨੂੰ ਜਾ ਕੇ ਮਿਲ ਲੈਂਦੇ ਸੀ ਜੀ। ਉਸ ਵੇਲੇ ਦੁਨੀਆ ਬੜੀ ਖੁਸ਼ ਹੁੰਦੀ ਸੀ, ਨਾ ਕਿਸੇ ਤੇ ਕੋਈ ਕਰਜ਼ਾ ਹੁੰਦਾ ਸੀ, ਕਿੰਨਾ ਆਪਸ 'ਚ ਪਿਆਰ ਹੁੰਦਾ ਸੀ, ਕਾਨੂੰਨ ਵੀ ਵਧੀਆ ਹੁੰਦੇ ਸੀ, ਨਾ ਕੋਈ ਕਿਸੇ ਨੂੰ ਕੋਈ ਮਤਲਬ ਏਦਾਂ ਦੀ ਗੱਲ ਕਹਿੰਦਾ ਸੀ ਜਿਹੜਾ ਕਿ ਕਿਸੇ ਨੂੰ ਕੋਈ ਹਰਟਫੁਲ ਹੋਵੇ। ਅੱਜ ਮਤਲਬ ਇਹਨਾਂ ਜਿਹੜੇ ਸਿਆਸਤੀ ਬਣੇ ਆ, MP ਜਾਂ MLA ਜਾਂ ਮਿਨਿਸਟਰ, ਇਹ ਭੁੱਲ ਗਏ ਆ ਮਤਲਬ ਇਹ ਆਪਣੇ ਆਪ ਨੂੰ ਰੱਬ ਬਣ ਜਾਂਦੇ ਆ।
ਉਬੀ ਸਾਹਿਬ, ਜਿਹੜੀ ਇਹ ਗੱਲ ਤੁਸੀਂ ਕਹੀ ਹੈ ਕਿ ਜਦੋਂ ਤੁਸੀਂ ਇੱਥੇ ਹੁੰਦੇ ਸੀਗੇ ਤੇ ਸਭ ਕੁਝ ਵਧੀਆ ਹੁੰਦਾ ਸੀਗਾ, ਤੁਸੀਂ ਫਿਰ ਕਿਉਂ ਚਲੇ ਗਏ? ਸਭ ਕੁਝ ਵਧੀਆ ਸੀ ਤਾਂ। ਚਲੋ ਅਸੀਂ ਕੋਈ ਖਾਸ ਕੰਮ ਕਰਕੇ ਨਹੀਂ ਗਏ ਸੀਗੇ, ਇਸ ਕਰਕੇ ਗਏ ਸੀਗੇ ਕਿਉਂਕਿ ਉਸ ਟਾਈਮ ਦੇ ਉੱਤੇ ਨੌਜਵਾਨਾਂ ਨੂੰ ਫੜ ਫੜ ਕੇ ਮਾਰਨ ਦੀ ਲਹਿਰ ਚੱਲ ਪਈ ਸੀ। ਠੀਕ ਹੈ, ਠੀਕ ਹੈ, ਤੁਹਾਡੀ ਗੱਲ ਮੈਂ ਤੁਹਾਡਾ ਰੀਜ਼ਨ ਸਮਝ ਗਿਆ। ਅਤੇ ਉਹ ਵੀ ਸਾਹਿਬ, ਜਿਹੜਾ ਇੱਕ ਸਵਾਲ ਤੁਸੀਂ ਕੀਤਾ ਕਿ ਜਿਹੜੇ ਅੱਜ ਦੇ ਸਿਆਸਤਦਾਨ ਹੈਗੇ ਉਹ ਪਹਿਲਾਂ ਵਰਗੇ ਸਿਆਸਤਦਾਨਾਂ ਵਰਗੇ ਨਹੀਂ ਹੈਗੇ ਗੇ, ਠੀਕ ਹੈ ਤੁਹਾਡਾ ਸਵਾਲ, ਪਰ ਸਾਰੇ ਸਿਆਸਤਦਾਨ ਵੀ ਇੱਦਾਂ ਨਹੀਂ ਹੈਗੇ ਗੇ। ਬਹੁਤੇ ਸਿਆਸਤਦਾਨ ਅੱਜ ਵੀ ਉਵੇਂ ਮਿਲਦੇ ਆ ਜਿਵੇਂ ਤੁਹਾਡੇ ਵੇਲੇ 'ਚ ਮਿਲਦੇ ਹੁੰਦੇ ਸੀਗੇ, ਪਰ ਅੱਜ ਜਿਹੜੀ ਪਹੁੰਚ ਹੈ ਉਹ ਹੋਰ ਪਲੇਟਫਾਰਮ ਦੇ ਜ਼ਰੀਏ ਜ਼ਿਆਦਾ ਹੋਣ ਲੱਗ ਪਈ ਹੈ, ਜਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ। ਕਈ ਲੋਕ ਤਾਂ ਇਹੋ ਜਿਹੇ ਆ ਉਹ ਵੀ ਸਾਹਿਬ ਕਿ ਪਹਿਲਾਂ ਇਕੱਲੇ ਇਕੱਲੇ ਸਿਆਸਤਦਾਨ ਨੂੰ ਆਪਣੇ ਵੋਟਰਾਂ ਦਾ ਪਤਾ ਹੁੰਦਾ ਸੀਗਾ, ਕਿਹੜਾ ਵੋਟਰ ਹੈ, ਕਿੱਥੇ ਰਹਿੰਦਾ, ਉਹਦਾ ਘਰ ਕੀ ਹੈ। ਹੁਣ ਉਹ ਫੇਸਬੁੱਕ 'ਤੇ ਜਾਂ ਟਵਿੱਟਰ 'ਤੇ ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹਿੰਦੇ ਆ, ਪਰ ਜੋ ਸਾਹਮਣੇ ਹੁੰਦੇ ਇੱਕ ਦੂਜੇ ਨੂੰ ਪਛਾਣ ਨਹੀਂ ਪਾਉਂਦੇ ਗੇ। ਉਹ ਵੀ ਸਾਹਿਬ, ਅਸੀਂ ਗੂਗਲ ਵਾਲੀ ਜ਼ਿੰਦਗੀ 'ਚ ਰਹਿ ਰਹੇ ਹਾਂ ਹੁਣ। ਮੈਂ ਕਈ ਵਾਰੀ ਵੀ ਦੇਖੋ, ਮੈਂ ਇਹ ਚੀਜ਼ ਸੋਚਦਾ ਹੁੰਦਾ, ਦੇਖੋ ਫੋਰ ਐਗਜ਼ਾਮਪਲ ਕਿ ਤੁਸੀਂ ਅੱਜ ਟੀਵੀ ਦੇ ਉੱਤੇ ਆ, ਤੁਸੀਂ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ, ਟੂ ਦਾ ਪੁਆਇੰਟ। ਮੈਂ ਇਸ ਪ੍ਰੋਗਰਾਮ ਨੂੰ ਯਕੀਨ ਕਰੋ ਮੈਂ ਸਾਰੀ ਚੀਜ਼ ਮਿਸ ਕਰ ਲੂੰਗਾ, ਪਰ ਇਸ ਪ੍ਰੋਗਰਾਮ ਨੂੰ ਮਿਸ ਨਹੀਂ ਕਰਦਾ। ਇੱਕ ਤੁਹਾਡਾ ਪ੍ਰੋਗਰਾਮ, ਇੱਕ ਰਿਆੜ ਭਾਜੀ ਮੇਰੇ ਇੱਥੇ ਦੋਸਤ ਹੈ, ਬਹੁਤ ਮਸ਼ਹੂਰ ਹੈ ਜਸ ਪੰਜਾਬੀ ਟੀਮ, ਤੁਹਾਡਾ ਬਹੁਤ ਧੰਨਵਾਦ ਕਰਦੀ ਹੈ ਜੀ। ਹਾਂਜੀ ਨਹੀਂ, ਇਹ ਮਤਲਬ ਕਹਿੰਦੇ ਇੱਕ ਰਿਆੜ ਭਾਜੀ ਅਤੇ ਇੱਕ ਤੁਸੀਂ ਬੇਵਾਕ ਕੁਐਸਚਨ ਪੁੱਛਦੇ ਹੋ, ਬੇਵਾਕ ਗੱਲਾਂ, ਬੇਫਿਕਰ ਹੋ ਕੇ ਗੱਲਾਂ ਪੁੱਛਦੇ ਹੋ, ਬੇਫਿਕਰ ਹੋ ਕੇ ਕੁਐਸਚਨ ਪੁੱਛਦੇ ਹੋ। ਪਰ ਕਹਿਣ ਦਾ ਮਤਲਬ ਇਹ ਆ ਕਿ ਸਾਡਾ ਪੰਜਾਬ ਜੋ ਪੰਜਾਬ ਸੀ, ਜਿਸ ਪੰਜਾਬ ਦੇ ਵਿੱਚ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀਗਾ, ਅੱਧੀ ਰਾਤ ਨੂੰ ਤੁਰੇ ਫਿਰਦੇ ਸੀਗੇ, ਕੁਕੜੀ ਹੋਵੇ, ਕੋਈ ਮੁੰਡਾ ਹੋਵੇ, ਜਿੱਥੇ ਮਰਜ਼ੀ ਤੁਰੇ ਫਿਰਦੇ ਸੀਗੇ ਜੀ, ਉਹ ਕਿੱਥੇ ਚਲਾ ਗਿਆ? ਇਹ ਬਹੁਤ ਵੱਡਾ ਸਵਾਲ ਹੈਗਾ, ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਉਹ ਪੰਜਾਬ ਕਿੱਥੇ ਚਲਾ ਗਿਆ, ਜਿਸ ਪੰਜਾਬ ਵਿੱਚ ਕੋਈ ਫਿਕਰ ਨਹੀਂ ਹੁੰਦਾ ਸੀ, ਫਾਕਾ ਨਹੀਂ ਹੁੰਦਾ ਸੀਗਾ, ਜਿੱਥੇ ਮਰਜ਼ੀ ਅਸੀਂ ਘੁੰਮ ਸਕਦੇ ਸੀਗੇ। ਉਸ ਸਵਾਲ ਦਾ ਜਵਾਬ ਇਸ ਪੋਲੀਟੀਕਲ ਸਿਸਟਮ ਵੀ ਨਹੀਂ ਦੇ ਪਾਊਗਾ, ਮੇਰਾ ਤਾਂ ਉਹ ਵੀ ਸਾਹਿਬ, ਜੇ ਮੈਂ ਗਲਤ ਨਹੀਂ ਹੈਗਾ, ਕਿਉਂਕਿ ਉਸ ਸਿਸਟਮ ਨੇ ਹੀ ਸਾਨੂੰ ਵੰਡਿਆ, ਉਸ ਸਿਸਟਮ ਨੇ ਹੀ ਸਾਂਝੀਵਾਲਤਾ ਦੇ ਫਲਸਫੇ ਦੇ ਵਿੱਚ ਤਰੇੜ ਪਾਈ ਹੈ, ਉਹ ਸਿਸਟਮ ਨਹੀਂ ਚਾਹੁੰਦਾ ਅਸੀਂ ਇਕੱਠੇ ਹੋਈਏ, ਉਹ ਸਿਸਟਮ ਨਹੀਂ ਚਾਹੁੰਦਾ ਅਸੀਂ ਖੁੱਲ੍ਹੇਆਮ ਘੁੰਮ ਸਕੀਏ, ਉਹ ਸਿਸਟਮ ਚਾਹੁੰਦਾ ਕਿ ਅਸੀਂ ਹਮੇਸ਼ਾ ਖੌਫ ਦੇ ਵਿੱਚ ਰਹੀਏ, ਡਰ ਵਿੱਚ ਰਹੀਏ, ਫਿਕਰ ਵਿੱਚ ਰਹੀਏ। ਉਹ ਵੀ ਸਾਹਿਬ, ਮੈਂ ਪੂਰੇ ਪੋਲੀਟੀਕਲ ਸਿਸਟਮ 'ਤੇ ਸਵਾਲ ਚੁੱਕ ਰਿਹਾ। ਹਾਂਜੀ ਹਾਂਜੀ, ਉਹ ਭਾਜੀ ਉਹੀ ਗੱਲ ਤਾਂ ਆਉਂਦੀ ਨਾ, ਮਤਲਬ ਜੇ ਇੱਕ ਬੰਦਾ ਲੀਡਰ ਬਣ ਜਾਂਦਾ ਆ ਜੀ, ਠੀਕ ਹੈ ਜੀ, ਇੱਕ ਬੰਦਾ ਲੀਡਰ ਬਣ ਜਾਂਦਾ ਆ, ਕੀ ਉਹ ਲੀਡਰ ਜਿਹੜਾ ਉਹ ਲੀਡਰ ਜੰਮਦਿਆਂ ਨੀ ਲੀਡਰ ਬਣਿਆ, ਉਹ 35-40 ਸਾਲ ਦੁਨੀਆਂ 'ਚ ਧੱਕੇ ਖਾ ਕੇ ਲੀਡਰ ਬਣਿਆ, ਉਹ ਆਪਣੀ ਆਪਣੀ ਭੁੱਲ ਜਾਂਦੀ ਹੈ ਆਪਣੀ ਜ਼ਿੰਦਗੀ, ਕਿ ਮੈਂ ਕਿਹੜੇ ਦੁੱਖਾਂ 'ਚੋਂ ਬਣ ਕੇ ਮੈਂ ਲੀਡਰ ਬਣਿਆ, ਅਤੇ ਮੈਂ ਦੁੱਖਾਂ ਨੂੰ ਸੁੱਖ ਦੇਵਾਂ ਨਾ ਕਿ ਦੁੱਖ ਦੇਵਾਂ। ਬਹੁਤੇ ਲੋਕ ਉਹ ਵੀ ਸਾਹਿਬ ਆਪਣੇ ਸੰਘਰਸ਼ ਦੇ ਦਿਨਾਂ ਨੂੰ ਭੁੱਲ ਰਹੇ ਅੱਜ ਕੱਲ੍ਹ, ਬਹੁਤੇ ਲੋਕ ਭੁੱਲ ਰਹੇ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਹਾਸਲ ਕਿਵੇਂ ਹੋਈਆਂ, ਉਹ ਕਿਵੇਂ ਇੱਥੋਂ ਤੱਕ ਪਹੁੰਚੇ ਆ, ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ, ਜਿਹੜਾ ਪਿਛੋਕੜ ਸਾਨੂੰ ਯਾਦ ਰੱਖਣਾ ਚਾਹੀਦਾ, ਉਹ ਅਸੀਂ ਭੁੱਲਦੇ ਪਏ ਹਾਂ। ਤੁਹਾਡੀ ਚਿੰਤਾ ਜਾਇਜ਼ ਆ ਉਹ ਵੀ ਸਾਹਿਬ, ਤੁਹਾਡੇ ਸਵਾਲ ਅਸੀਂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਜਿਹੜਾ ਆ ਬਹੁਤ ਹੀ ਨਾਈਸ ਹੈ, ਮੈਂ ਜਿੰਨੀ ਪ੍ਰਸ਼ੰਸਾ ਕਰਾਂ ਉਨੀ ਥੋੜੀ ਆ। ਬਹੁਤ ਸ਼ੁਕਰੀਆ ਜੀ, ਬੜਾ ਪਿਆਰ ਦੇ ਰਹੇ ਹੋ ਤੁਸੀਂ, ਤੁਹਾਡਾ ਸਵਾਲ ਮੈਂ ਸਿਆਸਤਦਾਨਾਂ ਤੱਕ ਲਾਊਂਗਾ ਜ਼ਰੂਰ, ਵੀ ਭਾਈ ਤੁਸੀਂ ਮਿਲਦੇ ਕੋਈ ਨਹੀਂ ਲੋਕਾਂ ਨੂੰ, ਆਮ ਲੋਕਾਂ ਨੂੰ ਨਹੀਂ ਮਿਲਦੇ ਗੇ ਤੁਸੀਂ, ਬਹੁਤ ਧੰਨਵਾਦ ਤੁਹਾਡਾ। ਮੈਂ ਉਹ ਦੱਸ ਦਿੰਦਾ, ਸਾਡੇ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਸੀ, ਜਾ ਕੇ ਉਹਦੇ ਫਲਾਨੇ ਕੋਲ ਜਾ ਕੇ ਮਿਲਿਆ, ਉਹ ਸਾਈਨ ਕਰਾ ਲਿਓ ਪੇਪਰ 'ਤੇ ਜੀ, ਬਿਲਕੁਲ ਠੀਕ ਹੈ। ਤੁਹਾਡੇ ਸਵਾਲ ਲਾਵਾਂਗੇ ਜੀ, ਉਹ ਵੀ ਸਾਹਿਬ ਲਾਵਾਂਗੇ, ਤੁਹਾਡੇ ਸਵਾਲ ਜ਼ਰੂਰ ਲਾਵਾਂਗੇ, ਬਹੁਤ ਧੰਨਵਾਦ ਤੁਹਾਡਾ, ਲਗਾਤਾਰ ਫੋਨ ਕਾਲਸ ਆ ਰਹੀਆਂ, ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਨਾਲ ਖੁੱਲ੍ਹੀਆਂ ਗੱਲਾਂ ਕਰ ਸਕਾਂ, ਪਰ ਵਕਤ ਇੰਨਾ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਮੈਂ ਵੀ ਨਹੀਂ ਚਾਹੁੰਦਾ ਗਾ ਕਿ ਤੁਹਾਡੇ ਫੋਨ ਆ ਜਿਹੜੇ ਮੈਂ ਮਿਸ ਕਰਾਂ, ਬੜੇ ਲੰਬੇ ਵਕਫੇ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਟਾਈਮ ਸਕੇਅਰ ਦੀਆਂ ਨੇ, ਘੜੀ ਦੀਆਂ ਸੂਈਆਂ ਲਗਾਤਾਰ ਅੱਗੇ ਵੱਧਦੀਆਂ ਪਈਆਂ, ਇੰਤਜ਼ਾਰ ਤੁਸੀਂ ਕਰ ਰਹੇ ਹੋ ਨਵੀਂ ਸਵੇਰ ਦਾ। ਕਈ ਮੇਰੇ ਮਿੱਤਰਾਂ ਨੂੰ, ਮੇਰੇ ਸਾਥੀਆਂ ਨੂੰ, ਮੇਰੇ ਦੋਸਤਾਂ ਨੂੰ, ਮੇਰੇ ਨੇੜਲਿਆਂ ਨੂੰ ਇਹ ਵੀ ਗਿਲਾ ਹੋਵੇਗਾ ਕਿ ਸੂਰਜ ਸਾਡੇ ਪਹਿਲਾਂ ਕਿਉਂ ਨਹੀਂ ਚੜ੍ਹਦਾ ਗਾ, ਇਸ ਗਿਲੇ ਦਾ ਕੋਈ ਜਵਾਬ ਨਹੀਂ ਹੈਗਾ। ਇੱਕ ਹੋਰ ਕਾਲ ਆ ਗਈ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਟੀਵੀ ਦੀ ਵੋਲੀਅਮ ਜ਼ਰੂਰ ਘੱਟ ਕਰ ਲਿਆ ਕਰੋ ਜੀ, ਮੈਂ ਵਾਰ ਵਾਰ ਤਕੀਦ ਕਰ ਰਿਹਾ, ਅੱਜ ਮੇਰੀ ਗੱਲ ਮੰਨ ਲਓ ਤੁਸੀਂ, ਇੱਕ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੂੰਗਾ ਅੱਜ।
हाँ जी स्वागत है जी, स्वागत है तुहाडा जी। कौन बोल रहे हो, कित्थों बोल रहे हो? मैं जी वनिंदर सिंह बोल रहा हूं जी, मिडल टाउन दी यार। तुम तुसी केपी सिंह बोल रहे हो? हां हां जी, हां जी, हां जी, सत श्री अकाल जी, बोलो जी, बोलो। हां जी मैं जी तुहाडा प्रोग्राम जिहड़ा टू द पॉइंट मैं हर रोज ही देखदा, काम तो भी मैनूं पहलां छुट्टी लैणी पई तां मैं लैणा ते जरूर देखदा। बहुत शुक्रिया जी। थोड़ी जी एक शिकायत है, शिकायत यह है कि मैं अज ही अज घर एक कल देख रहा सी तुहाडा प्रोग्राम। हां जी ਜਿਹਦੇ ਵਿੱਚ ਬਰਾੜ ਸਾਹਿਬ ਬੈਠੇ ਸੀ ਅਕਾਲੀ ਦਲ ਤੋਂ, ਰੋੜੀ ਸਾਹਿਬ ਸੀ ਮੇਰੇ ਖਿਆਲ 'ਚ ਆਪ ਤੋਂ, ਤੇ ਮਿੱਡਾ ਜੀ ਬੈਠੇ ਸੀ ਕਾਂਗਰਸ ਤੋਂ। ਔਰ ਰੋੜੀ ਸਾਹਿਬ ਨੇ ਘੱਟੋ ਘੱਟ 2-3 ਵਾਰੀ ਇਹ ਸਵਾਲ ਪੁੱਛਿਆ ਆਪਣੇ ਟਰਨ ਓਵਰ 'ਚ ਕਿ ਬਰਾੜ ਸਾਹਿਬ ਨੇ ਆਖਿਆ ਕਿ ਉਹਨੇ ਪੁੱਛਿਆ ਸੀ ਵੀ ਤੁਸੀਂ ਅਕਾਲੀਆਂ ਨੂੰ ਪੁੱਛਿਆ ਕਿ ਤੁਸੀਂ ਬਹੁਤ ਲੁੱਟਿਆ ਪੰਜਾਬ ਨੂੰ, ਤੇ ਉਹ ਪੁੱਛ ਰਿਹਾ ਸੀ ਵੀ ਅੱਗੋਂ ਅਕਾਲੀਆਂ ਨੇ ਕਿਹਾ ਸੀ, ਬਰਾੜ ਸਾਹਿਬ ਨੇ ਕਿਹਾ ਸੀ ਵੀ ਜੇ ਅਸੀਂ ਲੁੱਟਿਆ ਹੈ ਤੇ ਜੇ ਅਸੀਂ ਕੋਈ ਗਲਤੀਆਂ ਕੀਤੀਆਂ ਤਾਂ ਸਾਨੂੰ ਅੱਜ ਤੱਕ ਕਾਂਗਰਸ ਵਾਲੇ ਨੂੰ ਕਿਹਾ ਸੀ ਕਿ ਤੁਹਾਨੂੰ 3 ਸਾਲ ਹੋ ਗਏ ਨੇ ਆਇਆਂ ਨੂੰ, ਸਾਨੂੰ ਅੱਜ ਤੱਕ ਕੋਈ ਸਜ਼ਾ ਕਿਉਂ ਨਹੀਂ ਦਿੱਤੀ? ਔਰ ਉਹ ਮਿੱਡਾ ਸਾਹਿਬ ਨੂੰ 3 ਵਾਰੀ ਘੱਟੋ ਘੱਟ ਕੁਸਚਨ ਪੁੱਛਿਆ, ਲੇਕਿਨ ਮਿੱਡਾ ਸਾਹਿਬ ਉਸ ਪੁਆਇੰਟ ਦੇ ਉੱਤੇ ਆਏ ਨਹੀਂ। ਮੇਰੀ ਸੁਜੈਸ਼ਨ ਹੈ ਤੁਹਾਨੂੰ ਕਿ ਇੱਕ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਸਵਾਲ ਪੁੱਛਦਾ ਹੈ ਤੇ ਜਿਹੜਾ ਜਵਾਬ ਦੇਰ ਹੁੰਦਾ ਹੈ ਉਹ ਆਪਣੇ ਆਪ ਨੂੰ ਉੱਧਰ ਉੱਧਰ ਸਲਿਪ ਕਰਦਾ ਹੈ, ਉਸ ਪੁਆਇੰਟ ਦੇ ਉੱਤੇ ਆਉਂਦਾ ਨਹੀਂ। ਤਾਂ ਤੁਸੀਂ ਉਹਨੂੰ ਫੋਰਸ ਕਰਿਆ ਕਰੋ ਵੀ ਬਈ ਇਸ ਸਵਾਲ ਦਾ ਜਵਾਬ ਦਿਓ ਤੇ ਅੱਜ ਤੱਕ ਤੁਸੀਂ ਕਿਉਂ ਨੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਦਿੱਤੀ, ਕਿਉਂ ਨੀ ਫੜਿਆ ਜੇ ਉਹ ਤੁਸੀਂ ਕਹਿੰਦੇ ਹੋ, ਜਾਂ ਜੇ ਕੋਈ ਕੰਪਲੇਂਟ ਕਰਦਾ ਕਿ ਉਹਨਾਂ ਬੰਦਿਆਂ ਨੂੰ ਲੁੱਟਿਆ, ਔਰ ਉਹ ਬੰਦੇ ਛਾਤੀ ਦਾ ਹੱਥ ਮਾਰ ਕੇ ਕੱਲ ਵੀ ਕਹਿ ਰਹੇ ਨੇ ਕਿ ਸਾਨੂੰ ਫੜਿਆ ਕਿਉਂ ਨੀ, ਫੜਦੇ ਕਿਉਂ ਨੀ ਤੁਸੀਂ? ਬਿਲਕੁਲ ਤੁਹਾਡੇ ਬਿਲਕੁਲ ਤੁਹਾਡੇ ਸੁਝਾਅ ਸਾਡੇ ਲਈ ਸਵਾਗਤਯੋਗ ਹੈ। ਇੱਕ ਤਾਂ ਸਵਾਲ ਇਹ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਰੋੜੀ ਸਾਹਿਬ ਨਹੀਂ ਸੀ, ਮਿਸਟਰ ਮੁੰਡੀ ਸੀ। ਦੂਜਾ ਇਹ ਉਹਨਾਂ ਦਾ ਪਿਛੋਕੜ ਵੀ ਅਕਾਲੀ ਦਲ ਦਾ ਹੈ। ਤੀਜੀ ਗੱਲ ਇਹ ਹੈਗੀ ਹੈ ਜਿਹੜਾ ਸਵਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਦੇਗੇ, ਜੇ ਸ਼ਾਇਦ ਤੁਸੀਂ ਸਾਰੇ ਪ੍ਰੋਗਰਾਮ ਦੇਖਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ ਕਿ ਕਿੰਨੇ ਉਹਨਾਂ ਨੂੰ ਅਸੀਂ ਸਖਤ ਲਹਿਜੇ ਵਿੱਚ ਵੀ ਸਵਾਲ ਕਰਦੇ ਹਾਂ, ਪਰ ਇਹ ਸੰਵਿਧਾਨ ਸਾਡਾ ਉਹਨਾਂ ਨੂੰ ਹੱਕ ਦਿੰਦਾ ਹੈ ਕਿ ਉਹ ਸਵਾਲ ਦਾ ਜਵਾਬ ਆਪਣੇ ਤਰੀਕੇ ਨਾਲ ਦੇ ਸਕਦੇ ਹੈ, ਉਸ ਲਈ ਅਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਗੇ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਨ੍ਹਾਂ ਨੇ ਲੁੱਟਿਆ ਹੈਗਾ ਉਹਨਾਂ ਨੂੰ ਅੰਦਰ ਕਿਉਂ ਨਹੀਂ ਦਿੰਦੇਗੇ, ਇਹ ਪੋਲੀਟੀਕਲ ਸਿਸਟਮ ਹੈ। ਆਪਸ ਵਿੱਚ ਜਿਸ ਤਰੀਕੇ ਨਾਲ ਇਹ ਪੋਲੀਟੀਕਲ ਸਿਸਟਮ ਚੱਲ ਰਿਹਾ, ਤੁਸੀਂ ਵੀ ਬਿਹਤਰ ਜਾਣਦੇ ਹੋ, ਅਸੀਂ ਵੀ ਸਾਰੇ ਬਿਹਤਰ ਜਾਣਦੇ ਹਾਂ। ਤੁਹਾਡਾ ਗਿਲਾ ਜਾਇਜ਼ ਹੈਗਾ ਉਹਨਾਂ ਲੋਕਾਂ ਨੂੰ ਫੜਨਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਹੈਗਾ। ਹਾਂਜੀ, ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਸਾਡੀ ਤੇ ਉਹੀ ਸੋਚਣੀ ਹੁਣ ਕਿ ਫਿਕਸਿੰਗ ਮੈਚ ਚੱਲ ਰਿਹਾ, ਜੇ ਜਿਹੜਾ ਕਿ ਫਿਕਸਿੰਗ ਹੋ ਰਿਹਾ, ਕਾਂਗਰਸ ਨੂੰ ਅਕਾਲੀਆਂ ਨੂੰ ਨਹੀਂ ਫੜਨੀ ਚਾਹੀਦੀ, ਅਕਾਲੀ ਕਾਂਗਰਸ ਨੂੰ। ਜੇ ਤੁਹਾਨੂੰ ਇਹ ਲੱਗਦਾ ਕਿ ਮੈਚ ਫਿਕਸ ਚੱਲ ਰਿਹਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਸ ਫਿਕਸਿੰਗ ਵਿੱਚ ਕੁਝ ਸਵਾਲ ਆ ਜਿਹੜੇ ਤੁਹਾਡੇ ਰੱਖੇ ਜਾਣ, ਇਸ ਲਈ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ। ਵਰਿੰਦਰ ਜੀ ਬਸ ਮੇਰਾ ਇਹੋ ਕਹਿਣਾ, ਬਾਕੀ ਹੈਪੀ ਨਿਊ ਈਅਰ। ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਵੀ ਬਹੁਤ ਮੁਬਾਰਕਾਂ, ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ, ਬਹੁਤ ਧੰਨਵਾਦ ਤੁਹਾਡਾ। ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗੇ, ਤੁਸੀਂ ਅੱਜ ਦਿਲ ਦੀਆਂ ਗੱਲਾਂ ਕਰਦੇ ਪਏ ਹੋ ਅਤੇ ਉਹਨਾਂ ਸਵਾਲਾਂ ਦੇ ਵਿਚਾਲੇ ਤੁਹਾਡੇ ਕੁਝ ਸ਼ਿਕਾਇਤਾਂ, ਕੁਝ ਸ਼ਿਕਵੇ, ਉਹ ਵੀ ਸਾਡੇ ਲਈ ਸਵਾਗਤਯੋਗ ਹੈ। ਅਸੀਂ ਤੁਹਾਡੇ ਤੋਂ ਸਿੱਖਦੇ ਹਾਂ, ਤੁਹਾਡੇ ਸਵਾਲ ਹੀ ਪੁੱਛਦੇ ਹਾਂ, ਤੁਹਾਡੇ ਤੋਂ ਸਿੱਖਦੇ ਰਹਾਂਗੇ, ਕਿਉਂਕਿ ਜਿਹੜਾ ਬੰਦਾ ਸਿੱਖਣਾ ਛੱਡ ਦਿੰਦਾ ਮੈਨੂੰ ਲੱਗਦਾ ਉਹ ਅੱਗੇ ਵਧਣਾ ਛੱਡ ਦਿੰਦਾ, ਜਿਹੜਾ ਬੰਦਾ ਸੁਣਨਾ ਛੱਡ ਦਿੰਦਾ ਉਹ ਸਵਾਲ ਪੁੱਛਣਾ ਬੰਦ ਕਰ ਦਿੰਦਾ, ਕਿਉਂਕਿ ਉਹ ਸੁਣਨਾ ਨਹੀਂ ਚਾਹੁੰਦਾ। ਜੇ ਸੁਣਾਂਗੇ ਤਾਂ ਹੀ ਪਤਾ ਲੱਗੇਗਾ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ। ਜੇ ਅਸੀਂ ਸੁਣਦਾ ਨਹੀਂ ਸੁਣਾਂਗੇ ਨਹੀਂ, ਮੈਂ ਹੀ ਮੈਂ ਹੋਵੇਗੀ, ਫਿਰ ਅਸੀਂ ਤੁਸੀਂ ਸਾਂਝੀਵਾਲਤਾ ਦਾ ਸੁਨੇਹਾ ਬਹੁਤ ਦੂਰ ਹੋ ਜਾਵੇਗਾ। ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗੇ, ਇੰਤਜ਼ਾਰ ਤੁਸੀਂ ਵੀ ਕਰੋ, ਮੈਂ ਵੀ ਇੰਤਜ਼ਾਰ ਕਰ ਰਿਹਾ। ਮੈਂ ਵੀ ਵਕਫਾ ਲੰਬਾ ਨਹੀਂ ਲੈਣਾ ਚਾਹੁੰਦਾ ਗਾ, ਪਰ ਕੀ ਕਰੀਏ, ਜ਼ਰੂਰੀ ਵੀ ਹੈ, ਮਜਬੂਰੀ ਵੀ ਹੈ। ਸੋਚਾਂ ਚੜ੍ਹਦੇ ਸਾਲ ਨੂੰ ਕੀ ਦਵਾਂ ਤਸ਼ਬੀਹ, ਸੋਚਾਂ ਚੜ੍ਹਦੇ ਸਾਲ ਨੂੰ ਕੀ ਦਵਾਂ ਤਸ਼ਬੀਹ, ਰੋਟੀ ਰੋਜ਼ੀ ਨੌਕਰੀ ਕੀ 19 ਕੀ 20 ਤੋਂ ਬਾਅਦ 20 ਆ ਜਾਵੇਗਾ, ਪਰ ਮਸਲੇ ਉਹੀ ਖੜ੍ਹੇ ਆ। ਤੁਹਾਡੇ ਵਰਗੇ ਦਰਸ਼ਕ ਆ ਜਿਹੜੇ ਬਹੁਤ ਸਾਰੇ ਇਹੋ ਜਿਹੇ ਮਸਲੇ ਚੁੱਕ ਰਹੇ ਆ ਜਿਹੜੇ ਸਾਡੇ ਦਿਲਾਂ ਦੇ ਬੜੇ ਨੇੜੇ ਹੈਗੇ ਆ, ਸਾਨੂੰ ਉਹਨਾਂ ਮਸਲਿਆਂ ਨੂੰ ਨਜਿੱਠਣਾ ਪਵੇਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਕੇ ਹਾਂ ਅਤੇ ਫੋਨ ਕਾਲਸ ਲਗਾਤਾਰ ਆ ਰਹੀਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਰਜੀਤ ਜੀ, ਸਵਾਗਤ ਹੈ ਤੁਹਾਡਾ ਜੀ। ਹਾਂਜੀ, ਤੇ ਪਹਿਲੀ ਗੱਲ ਤਾਂ ਨਵੇਂ ਸਾਲ ਦੀਆਂ ਵਧਾਈਆਂ, ਮੁਬਾਰਕਾਂ ਪੂਰੇ ਸਭ ਨੂੰ।
ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ, ਤੁਹਾਡੇ ਪਰਿਵਾਰ ਨੂੰ ਵੀ ਮੁਬਾਰਕਾਂ ਜੀ। ਸੁਣਦੇ ਆ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਆ ਤੇ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਹੀ ਕੁਐਸਚਨ ਕਰਦੇ ਆ ਤੇ ਸਹੀ ਜਵਾਬ ਚਾਹੁੰਦੇ ਆ, ਉਹ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਤੁਹਾਨੂੰ ਨਹੀਂ ਮਿਲਣਾ ਜੀ ਸਹੀ ਜਵਾਬ, ਕਿਉਂਕਿ ਉਹਨੂੰ ਟ੍ਰੇਨ ਕਰਕੇ ਭੇਜੇ ਦੇ ਹੁੰਦੇ ਬੰਦੇ, ਤੁਸੀਂ ਰੋਟੀ ਨੂੰ ਫੋਨ ਕਰਦੇ ਉਹਨਾਂ ਨੂੰ ਪਤਾ ਵੀ ਅੱਜ ਕੀ ਟੋਪਿਕ ਆ ਤੇ ਕਿਹੜਾ ਭੇਜਣਾ ਕਿਹੜਾ ਜਾਰੀ ਬਹਿਸ ਕਰ ਸਕਦਾ। ਤੁਸੀਂ ਸਭ ਕੁਝ ਜਾਣਦੇ ਹੋ ਹਰਜੀਤ ਜੀ, ਤੁਸੀਂ ਸਭ ਕੁਝ ਜਾਣਦੇ ਹੋ, ਚਲੋ ਹਰਜੀਤ ਜੀ, ਹਰਜੀਤ ਜੀ ਸਭ ਕੁਝ ਤੁਸੀਂ ਜਾਣਦੇ ਹੋ, ਆਪਾਂ ਨਵਾਂ ਕੀ ਕਰੀਏ, ਇਕੱਠੇ ਹੋ ਕੇ ਨਵਾਂ ਕੀ ਕਰੀਏ ਅੱਜ? ਤੁਸੀਂ ਕਹਿ ਰਹੇ ਹੋ ਹਰਜੀਤ ਜੀ ਨਵਾਂ ਨਵਾਂ ਨਵੇਂ ਲੀਡਰ ਚਾਹੀਦੇ, ਨਵੀਂ ਸੋਚ ਚਾਹੀਦੀ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਚਲੋ ਨਵੀਂ ਨਵੀਂ ਸੋਚ ਦਾ, ਨਵੀਂ ਸੋਚ ਦਾ ਇੰਤਜ਼ਾਰ ਕਰਦੇ ਹਾਂ ਹਰਜੀਤ ਜੀ, ਤੁਹਾਡਾ ਬਹੁਤ ਧੰਨਵਾਦ 2020 ਵਿੱਚ ਨਵੀਂ ਸੋਚ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਤੁਹਾਨੂੰ ਵੀ ਬਹੁਤ ਮੁਬਾਰਕ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਬਲਦੇਵ ਕਲੀਅਰ ਬੋਲਦਾ ਐਲਏ ਤੋਂ, ਲਾਸ ਏਂਜਲਸ ਤੋਂ। ਹਾਂ ਜੀ ਸਵਾਗਤ ਹੈ ਜੀ ਤੁਹਾਡਾ ਜੀ ਬਲਦੇਵ ਜੀ। ਪਹਿਲਾਂ ਦੋ ਵਾਰੀ ਆਖਿਆ ਆਪਣੇ ਨਾ ਜਿਹੜੇ ਡਾਲਰ ਦਾ ਭਾਅ ਤੁਸੀਂ ਉਹ ਚਲਾਓ ਸ਼ੁਰੂ ਕਰਿਓ ਹਨਾ, ਕਿੰਨੇ ਰੁਪਈਏ ਬਣਦੇ ਆ? ਠੀਕ ਹੈ ਜੀ, ਠੀਕ ਹੈ, ਜ਼ਰੂਰ ਚਲਾਵਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਦੇਣਾ ਚਾਹੁੰਦਾ ਸੀਗਾ ਤੇ ਫੋਨ ਨਹੀਂ ਲੱਗ ਰਿਹਾ ਸੀਗਾ। ਬੋਲੋ ਜੀ, ਬੋਲੋ ਬੋਲੋ ਬੋਲੋ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ, ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਜਸ ਪਰਿਵਾਰ ਵੱਲੋਂ। ਤੇ ਦੂਜੀ ਗੱਲ ਵੀ ਅਸੀਂ ਵਿਸ਼ ਕਰਦੇ ਹਾਂ ਵੀ ਜਸ ਪੰਜਾਬੀ ਇਸੇ ਤਰ੍ਹਾਂ ਜਿਹੜਾ ਹੈਗਾ ਰਾਤ ਮਤਲਬ ਤਰੱਕੀ ਕਰਦਾ ਰਹੇ ਤੇ ਸਾਡੇ ਜਿਹੜੇ ਖਾਸ ਕਰ ਜਿਹੜੇ ਪੰਜਾਬੀਆਂ ਦੇ ਮਸਲੇ ਹੈਗੇ ਆ ਉਹ ਮਤਲਬ ਉਠਾਉਂਦਾ ਰਹੇ। ਤੁਹਾਡੀਆਂ ਦੁਆਵਾਂ ਲਈ ਧੰਨਵਾਦ। ਇਸ ਗੱਲ ਮੈਂ ਕੇਪੀ ਸਿੰਘ ਹੁਣ ਇੱਕ ਵਧਾਈ ਦੇਣਾ ਚਾਹੁੰਦਾ ਹਾਂ ਵੀ ਉਹ ਮੈਂ ਖਾਸ ਕਰ ਉਹਨਾਂ ਦਾ ਜੱਟੂ ਦਾ ਪੁਆਇੰਟ ਹੈਗਾ ਉਹ ਹਰ ਰੋਜ਼ ਦੇਖਦਾ ਨੇ ਤੇ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਵੀ ਮੈਂ ਨਹੀਂ ਕਰ ਰਿਹਾ ਹੈਗਾ ਤੇ ਵਾਈਫ ਮੇਰੀ ਹੈਗੀ ਆ ਉਹ ਤੁਹਾਡਾ ਪ੍ਰੋਗਰਾਮ ਰਿਕਾਰਡ ਕਰਦੀ ਤੇ ਮੈਂ ਜਦੋਂ ਖਾਣਾ ਖਾਂਦਾ ਤੇ ਨਾਲ ਉਹ ਤੁਹਾਡਾ ਪ੍ਰੋਗਰਾਮ ਦੇਖਦਾ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਇਸ ਗੱਲ ਮਿਹਰਬਾਨੀ। ਤੇ ਕੇਪੀ ਸਿੰਘ ਉਹਨਾਂ ਨੂੰ ਮੇਰੇ ਵੱਲੋਂ ਇੱਕ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਦੇ ਜੋ ਮੈਂ ਦੇਖਿਆ ਸਵਾਲ ਬਹੁਤ ਬੇਫਿਕਰ ਹੋ ਕੇ ਜਿਹੜੇ ਜਿੰਨੇ ਵੀ ਸਵਾਲ ਕਰਦੇ ਆ ਉਹ ਉਹਨਾਂ ਨੂੰ ਤੇ ਮਤਲਬ ਹੋਰ ਕੋਈ ਮੈਂ ਨਹੀਂ ਅੱਜ ਤੱਕ ਦੇਖਿਆ ਵੀ ਟੀ ਵੀ ਚੈਨਲ 'ਤੇ ਇਸ
ਸੰਜੀਦਗੀ ਦੇ ਨਾਲ ਬੇਵਾਕ ਹੋ ਕੇ ਬਿਨਾਂ ਕਿਸੇ ਡਰ ਦੇ ਤੁਸੀਂ ਮਤਲਬ ਸਵਾਲ ਕਰਦੇ ਆ। ਬਹੁਤ ਧੰਨਵਾਦ ਜੀ ਸੁਰਿੰਦਰ ਜੀ, ਤੁਹਾਡਾ ਵੀ ਧੰਨਵਾਦ ਅਤੇ ਆਂਟੀ ਜੀ ਦਾ ਵੀ ਧੰਨਵਾਦ। ਮੈਨੂੰ ਲੱਗਦਾ ਵੀ ਤੁਸੀਂ ਉਮਰ ਦੇ ਵਿੱਚ ਬਹੁਤ ਵੱਡੇ ਹੋ ਮੇਰੇ ਤੋਂ। ਉਹਨਾਂ ਦਾ ਧੰਨਵਾਦ ਇਸ ਲਈ ਕਿਉਂਕਿ ਉਹ ਮੇਰਾ ਪ੍ਰੋਗਰਾਮ ਰਿਕਾਰਡ ਕਰਕੇ ਤੁਹਾਨੂੰ ਦਿਖਾ ਰਹੇ ਆ ਖਾਣਾ ਖਾਂਦੇ ਟਾਈਮ। ਮਿਹਰਬਾਨੀ ਮਿਹਰਬਾਨੀ। ਮੈਂ ਤਕਰੀਬਨ ਆਲਮੋਸਟ 67 ਦਾ ਅਤੇ ਮੈਨੂੰ ਤਕਰੀਬਨ 20-30 ਸਾਲ ਹੋ ਗਏ ਅਤੇ ਯੂਐਸ ਦੇ ਵਿੱਚ। ਪਰ ਮੈਂ ਹਰ ਮਤਲਬ ਕੋਸ਼ਿਸ਼ ਕਰੀ ਦੀ ਆ ਵੀ ਹਰ ਸਾਲ ਜਾਂ 2 ਸਾਲ ਬਾਅਦ ਪੰਜਾਬ ਜਾਇਆ ਜਾਏ ਅਤੇ ਆਪਣੇ ਮੁਲਕ ਦੇ ਨਾਲ ਮਤਲਬ ਜੁੜਿਆ ਜਾਵੇ। ਚਲੋ ਜਦੋਂ ਇੱਥੇ ਆਉਂਗੇ ਮਿਲਿਓ ਸਾਨੂੰ ਜੀ। ਜ਼ਰੂਰ 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 ਜੀ ਜ਼ਰੂਰ ਜ਼ਰੂਰ ਮਿਲਿਓ ਜ਼ਰੂਰ ਮਿਲਿਓ। ਅਤੇ ਇੱਕ ਮੇਰੀ ਮੈਂ ਕੁਛ ਕਹਿਣਾ ਚਾਹੁੰਦਾ ਵੀ ਅਸੀਂ ਜਦੋਂ ਵੀ ਇੰਡੀਆ ਜਾਈਦਾ ਪੰਜਾਬ ਜਾਈਦਾ ਅਸੀਂ ਆਪਣੇ ਆਪ ਨੂੰ ਆਪਣੇ ਦੇਸ਼ ਦੇ ਵਿੱਚ ਵੀ ਪਰਦੇਸੀ ਵਾਂਗੂ ਅਸੀਂ ਫੀਲ ਕਰਦੇ ਹਾਂ ਜੀ। ਵਜ੍ਹਾ ਵਜ੍ਹਾ ਇਹ ਹੈ ਵੀ ਜਿਹੜੇ ਹੁਣ ਜਿਹੜੇ ਕਹਿ ਲਓ ਵੀ ਆਪਣੇ ਬੰਦੇ ਹੈਗੇ ਆ, ਜਿਸ ਅੱਜ ਕੱਲ੍ਹ ਅਸੀਂ ਕਿਸੇ ਸ਼ੋਪ 'ਤੇ ਵੀ ਜਾਂਦੇ ਹਾਂ ਤਾਂ ਉਹਦੇ ਪਹਿਲਾਂ ਹੀ ਦੇਖਦੇ ਵੀ ਇਹ ਹੈਗੇ ਪਰਦੇਸੀ ਹੈਗੇ ਅਤੇ ਇਹਨਾਂ ਨੂੰ ਜਿੱਦਾਂ ਕਹਿ ਲਓ ਵੀ ਜੇਬ ਕੱਟਣ ਦੀ ਕੋਸ਼ਿਸ਼ ਕਰਦੇ ਆ। ਸੁਰਿੰਦਰ ਜੀ ਸਾਰੀਆਂ ਥਾਵਾਂ 'ਤੇ ਨਹੀਂ ਇੱਦਾਂ ਹੈਗਾ ਕਿ ਸਾਰੀਆਂ ਥਾਵਾਂ 'ਤੇ ਇੱਦਾਂ ਹੋਣ ਲੱਗ ਪਿਆ ਤੁਹਾਡੇ ਨਾਲ? ਮੈਂ ਤਾਂ ਮੋਸਟਲੀ ਕਿਉਂਕਿ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਹਾਂ, ਜਲੰਧਰ ਵੀ ਮੈਂ ਇਹ ਹਾਲ ਦੇਖਿਆ, ਫਗਵਾੜੇ ਵੀ ਜਾਈਦਾ ਜਦੋਂ ਕਿਤੇ ਉੱਥੇ ਵੀ ਇਹ ਹਾਲ ਹੈ। ਬਾਕੀ ਮਤਲਬ ਮੋਸਟਲੀ ਮੇਰਾ ਇਹੀ ਐਕਸਪੀਰੀਅੰਸ ਹੈ ਵੀ ਲੁਧਿਆਣੇ ਵੀ ਮੈਂ ਪਿਛਲੀ ਵਾਰੀ ਹੁਣ ਥੋੜ੍ਹੀ ਦੇਰ ਗਿਆ ਸੀ ਤਾਂ ਉੱਥੇ ਵੀ ਇਹੀ ਹਾਲ ਹੈਗਾ। ਚਲੋ ਸੁਰਿੰਦਰ ਜੀ, ਵੈਸੇ ਤਾਂ ਤੁਹਾਡਾ ਬੜਾ ਤਜਰਬਾ ਹੈਗਾ। ਮੇਰੀ ਇੱਕ ਤੁਹਾਨੂੰ ਬੇਨਤੀ ਹੈਗੀ ਹੈ, ਜਦੋਂ ਵੀ ਤੁਸੀਂ ਕੋਈ ਸ਼ੋਪਿੰਗ ਕਰਦੇ ਹੋ ਖਰੀਦਦਾਰੀ ਕਰਦੇ ਹੋ ਤੇ 3-4 ਦੁਕਾਨਾਂ ਘੁੰਮ ਲਿਆ ਕਰੋ, ਰੇਟ ਪਤਾ ਲੱਗ ਜਾ ਕਰੂਗਾ, ਫਿਰ ਨਹੀਂ ਜੇਬ ਕੱਟੀ ਜਾਂਦੀ, ਚਿੰਤਾ ਨਾ ਕਰੋ। ਮਿਹਰਬਾਨੀ ਮਿਹਰਬਾਨੀ ਬਹੁਤ ਹਾਂਜੀ। ਬਸ ਉਹ ਬਸ ਜੀ ਮਿਹਰਬਾਨੀ ਵਾਲੀ ਇਸੇ ਤਰ੍ਹਾਂ ਮੈਂ ਵਿਸ਼ ਕਰਦੇ ਆ ਵੀ ਪੰਜਾਬੀ ਸਵਾਗਤ ਹੈ ਤੁਹਾਡਾ। ਸਤਿਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਹਾਂਜੀ ਹਾਂਜੀ ਬੋਲੋ ਜੀ ਬਲਵੀਰ ਅੰਕਲ ਜੀ ਬੋਲੋ ਜੀ। ਹਾਂਜੀ ਹਾਂਜੀ, ਤੁਹਾਡਾ ਰੋਜ਼ ਪ੍ਰੋਗਰਾਮ ਦੇ ਰਹੇ, ਤੁਹਾਡਾ ਪ੍ਰੋਗਰਾਮ ਬਹੁਤ ਨਾਇਸ ਹੁੰਦਾ, ਬਹੁਤ ਵਧੀਆ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ। ਹਾਂਜੀ, ਇੱਕ ਮੈਂ ਦੋ ਤਿੰਨ ਗੱਲਾਂ ਕਰਨੀਆਂ ਚਾਹੁੰਦਾ ਬਈ। ਇੱਕ ਜਦੀ ਸਾਡੀ ਸੋਚ ਸਮਝਦੀ ਆ ਬਈ, ਝੂਠ ਬਹੁਤ ਵੱਧ ਗਿਆ, ਝੂਠ ਹਾਂਜੀ ਬਹੁਤ ਜ਼ਿਆਦਾ 100% ਵੱਧ ਗਿਆ। ਅੱਗੇ ਲੋਕ ਝੂਠ ਘੱਟ ਬੋਲਦੇ ਸੀ, ਹੁਣ ਜੇ ਕੋਈ ਬੰਦਾ ਮਾਰਦਾ ਉੱਦਾਂ ਮਾਰਦਾ ਨੀ ਕਹਿੰਦੇ, ਕਰਜਾ ਸਿਰ ਚੜ ਗਿਆ ਉੱਦਾਂ ਉੱਦਾਂ ਕਿਸੇ ਨੂੰ ਬੋਲਦੇ ਨੀ, ਆਉਂਦੀ ਕਰਜੇ ਨਾ ਹੀ ਆਉਂਦੀ, ਉੱਦਾਂ ਨੀ ਆਉਂਦੀ, ਉੱਦਾਂ ਮਾਰਦੇ ਨੀ, ਸਾਰੇ ਕਰਜੇ ਨਾ ਹੀ ਮਾਰਦੇ ਆ। ਫਿਰ ਅੱਗੇ ਕਹਿੰਦੇ ਸੀ ਵੀ ਪੰਜਾਬ ਸੋਨੇ ਦੀ ਚਿੜੀ ਆ, ਉਹ ਤੁਹਾਨੂੰ ਮੈਂ ਹਾਲਤ ਦੱਸਦਾ ਸੀ, ਦੇਖੀ ਕਿਸੇ ਪੈਰਾਂ ਨੂੰ ਜੁੱਤੀ ਨੀ ਸੀ ਹੁੰਦੀ, ਸਿਆਲ ਨੂੰ ਦਾਣੇ ਆਮ ਹਰੀ ਜਿਹਨਾਂ ਦੇ ਮੁੱਕ ਜਾਂਦੇ ਸੀ, ਸਾਡਾ ਪਿੰਡ ਦੇ ਨੇੜੇ ਹੀ ਸਾਡਾ ਸੀਗਾ, ਜਿਹੜੀ ਸਾਡੀ ਜ਼ਮੀਨ ਸੀ ਪਿੰਡ ਦੇ ਨੇੜੇ ਸੀ, ਵੇਲਣਾ ਚੱਲਦਾ ਹੁੰਦਾ ਸੀ, ਸਾਰੇ ਚਮਾਰ ਜਿੰਨੇ ਬੇਚਾਰੇ ਹਰੀ ਜਾਣ ਸੀਗੇ, ਉਹ ਮਹਿਲ ਦੇ ਭਾਂਡਿਆਂ ਦਾ ਨੰਬਰ ਨੀ ਸੀ ਆਉਂਦਾ ਹੁੰਦਾ, ਜੇ ਉੱਥੇ ਉਹਨਾਂ ਨੂੰ ਰਾਸ ਪਾ ਦੇਣੀ ਤਾਂ ਬਜ਼ੁਰਗਾਂ ਨੂੰ ਗਾਲਾਂ ਕੱਢਦੇ ਸੀ, ਇੱਕ ਸਾਡੇ ਬਾਬਾ ਹੁੰਦਾ ਉਹਨੇ ਕਹਿੰਦਾ ਕੁੱਤਿਆਂ ਨੂੰ ਕੀ ਪਾਉਣਾ। ਇੰਨੀ ਜਾਣੀ ਮਾੜੀ ਹਾਲਤ ਸੀ ਪੰਜਾਬ ਦੀ, ਜਿਹੜੀ ਖੇਤੀ ਕਹਿੰਦੇ ਸੁਧੀ ਕਾਚੇ ਦੀ, ਇੱਕ ਖੇਤ ਚੋਂ 5-7 ਬੋਰੀਆਂ ਨਿਕਲਦੀਆਂ ਸੀਗੀਆਂ ਕਣਕ ਦੀਆਂ, ਹੁਣ 25 ਬੋਰੀਆਂ ਨਿਕਲਦੀਆਂ, ਹੁਣ ਹਾਲਤ ਮਾੜੀ ਨੀ, ਹੁਣ ਖਰਚੇ ਇੰਨੇ ਵਧਾ ਤੇ ਹੱਦ ਤੋਂ ਜ਼ਿਆਦਾ, ਅੱਗੇ ਲੋਕ ਕੰਮ ਅਸੀਂ ਆਪ ਕਣਕ ਵੱਢਣੀ, ਆਪੇ ਕੁਦਰਨੀ, ਆਪੇ ਗਾਲੇ ਲਾਉਣੇ, ਆਪੇ ਤਾਂ ਪਸ਼ੂਆਂ ਦਾ। ਹੁਣ ਬਹੁਤ ਕੁਛ ਬਦਲ ਗਿਆ ਬਲਵੀਰ ਜੀ, ਬਹੁਤ ਕੁਛ ਬਦਲ ਗਿਆ, ਤੁਸੀਂ ਸਹੀ ਫਿਕਰ ਜਤਾ ਰਹੇ ਹੋ, ਸਹੀ ਫਿਕਰ ਜਤਾ ਰਹੇ ਹੋ। ਕਰਜ਼ਾ ਕੋਈ ਸਹਿਰ ਨਹੀਂ ਸੀ, ਕਰਜ਼ੇ ਬਹੁਤ ਲੈਣ ਲੱਗ ਪਏ ਲੋਕ। ਇੱਕ ਤੁਸੀਂ ਹੋਰ ਗੱਲ ਕੀਤੀ ਹੈ ਕਿ ਝੂਠ ਬੋਲਦੇ ਪਏ ਲੋਕ, ਉਹ ਕਰਜ਼ਾ ਝੂਠ ਬੋਲਣ ਦਾ ਵੀ ਹੈਗਾ ਸਿਰ ਤੇ, ਉਹ ਵੀ ਨਹੀਂ ਜੀਣ ਦੇ ਰਿਹਾ ਬੰਦੇ ਨੂੰ। ਸਭ ਧਰਮਕਾ ਇੱਕੋ ਹੀ ਧਰਮ, ਹਲਕਾ ਨਾਮ ਜਪਰ ਤਾਂ ਕਿ ਨਿਰਮਲ ਕਰ, ਕੋਈ ਬੰਦਾ ਬੰਦੇ ਆਉਂਦੇ ਪਿੱਛੇ ਆਉਂਦੇ, ਉਹਦਾ ਇੱਕੋ ਰੂਪ ਆਉਂਦੇ, ਆ ਕੇ ਬੰਨੇ ਪਾ ਕੇ
ਝਗੜੇ ਜਦ ਤੋਂ ਰਾਸ਼ਟਰੀ ਹੋਇਆ ਉਹ ਤੋਂ ਝਗੜੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਉਹਨਾਂ ਝਗੜਿਆਂ ਦੁਨੀਆਂ ਏਦਾਂ ਦਰਬਾਰ ਚ ਦੁਨੀਆਂ ਸਹਿੰਦੀ ਪਈ ਆ ਬਹੁਤ ਜ਼ਿਆਦਾ ਲੋਕਾਂ ਦਹਿਸ਼ਤ ਦੇ ਵਿੱਚ ਬਹੁਤ ਜ਼ਿਆਦਾ ਬਿਲਕੁਲ ਠੀਕ ਹੈ ਬਲਵੀਰ ਜੀ ਤੁਹਾਡੀ ਗੱਲ ਬਹੁਤ ਬਹੁਤ ਧੰਨਵਾਦ ਜੀ ਬਲਵੀਰ ਜੀ ਤੁਸੀਂ ਇੰਨਾ ਫਿਕਰ ਜਿਹੜਾ ਸਾਂਝਾ ਕੀਤਾ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਫਿਕਰ ਨੂੰ ਫਿਕਰ ਦੇ ਬਾਰੇ ਸਵਾਲ ਵੀ ਅਸੀਂ ਸਾਰੇ ਇਸ ਸਿਸਟਮ ਨੂੰ ਕਰੀਏ ਇੱਕ ਮਿੰਟ ਹੋਰ ਹਾਂਜੀ ਸੁਣਨ ਨੂੰ ਸਹਿ ਨਹੀਂ ਪਸ਼ੂਆਂ ਦੇ ਅੰਦਰ ਹੀ ਸੁਣਦੇ ਹੁੰਦੇ ਸੀ ਜਿੱਥੇ ਪਸ਼ੂ ਆਪ ਸੁਣਦੇ ਰਹੇ ਆ ਜੀ ਨਹੀਂ ਠੀਕ ਹੈ ਠੀਕ ਹੈ ਪਸ਼ੂ ਬੰਨੇ ਉੱਥੇ ਆ 15 ਪਸ਼ੂ ਅੰਦਰ ਹੋਣੇ ਉਹਦੀ ਬੂਤਲਾ ਉਹਦੀ ਅਗਲਾ ਉੱਥੇ ਅਸੀਂ ਸਾਡੇ ਦੋ ਬੰਦੇ ਉੱਥੇ ਹੁੰਦੇ ਠੀਕ ਹੈ ਜੀ ਠੀਕ ਹੈ ਬਲਵੀਰ ਜੀ ਹਾਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਬਲਵੀਰ ਜੀ ਇੱਕ ਵਾਰ ਫਿਰ ਧੰਨਵਾਦ ਕਰਦਾ ਤੁਹਾਡਾ ਬਜ਼ੁਰਗਾਂ ਦੀ ਗੱਲ ਸੁਣਨੀ ਚਾਹੀਦੀ ਹੈ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਆ ਕਹਿੰਦੇ ਪੰਜਾਬੀ ਪੰਜਾਬੀਅਤ ਅਸੀਂ ਭਾਈਚਾਰਾ ਸਾਂਭਣਾ ਹੈਗਾ ਵਿਰਸਾ ਸਾਂਭਣਾ ਮੈਂ ਲੱਗਦਾ ਜੇ ਅਸੀਂ ਬਜ਼ੁਰਗਾਂ ਨੂੰ ਸਾਂਭ ਲਈ ਉਹਨਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਈਏ ਸਭ ਕੁਛ ਬਚ ਜਾਵੇਗਾ ਵਿਰਸਾ ਬਚ ਜਾਵੇਗਾ ਇੱਕ ਛੋਟਾ ਜਿਹਾ ਵਕਫਾ ਵਕਫੇ ਤੋਂ ਬਾਅਦ ਫਿਰ ਵਾਪਸ ਆਉਂਦੇ ਬਹੁਤ ਧੰਨਵਾਦ ਬਲਵੀਰ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਧੰਨਵਾਦ ਓਕੇ ਥੈਂਕ ਯੂ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵੈਲਕਮ 2020 ਜਿਹਦੇ ਵਿੱਚ ਅਸੀਂ ਸਭ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਪਏ ਹਾਂ ਮੈਂ ਕੁਝ ਸਮਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰੂੰਗਾ ਕੁਝ ਪਲ ਮੈਂ ਹੋਰ ਰੁਕੂੰਗਾ ਤੁਹਾਡੇ ਨਾਲ ਪਰ ਇਸ ਇਹਨਾਂ ਪਲਾਂ ਤੋਂ ਬਾਅਦ ਹੈਲੋ 2020 ਵੀ ਦੇਖਣਾ ਨਾ ਭੁੱਲਣਾ ਜਗਤਾਰ ਜੱਗੀ ਐਲਏ ਤੋਂ ਉਹ ਤੁਹਾਡੇ ਨਾਲ ਮੌਜੂਦ ਹੋਣਗੇ ਅਤੇ ਜਿਹਨਾਂ ਨੂੰ ਤੁਸੀਂ ਅਕਸਰ ਕਮੇਡੀ ਕਰਦੇ ਦੇਖਦੇ ਹੋ ਸੁਣਦੇ ਹੋ ਅਤੇ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ ਥੋੜ੍ਹਾ ਜਿਹਾ ਹਾਸਾ ਠੱਠਾ ਵੀ ਹੋਵੇਗਾ ਅਤੇ ਨਾਲ ਉਹਨਾਂ ਦੇ ਇੰਡੀਆ ਤੋਂ ਸਿਮਰਜੋਤ ਹੋਣਗੇ ਜਿਨ੍ਹਾਂ ਦੇ ਕੋਲੋਂ ਤੁਸੀਂ ਦਿਲ ਕੀ ਓਪਨ ਸਟੇਜ ਹੈ ਤੁਸੀਂ ਜਸ ਹਿੰਦੀ 'ਤੇ ਵੀ ਦੇਖਦੇ ਹੋ ਅਤੇ ਨਗਮੇ ਉਹਨਾਂ ਜ਼ਰੀਏ ਤੁਸੀਂ ਸੁਣਦੇ ਹੋ ਪੁਰਾਣੇ ਪੁਰਾਣੇ ਨਗਮੇ ਜਿਨ੍ਹਾਂ ਨੂੰ ਅਸੀਂ ਅੱਜ ਵਿਸਾਰ ਚੁੱਕੇ ਹਾਂ ਉਹ ਨਗਮੇ ਅੱਜ ਤੁਹਾਨੂੰ ਨਗਮੇ ਨਹੀਂ ਸੁਣਾਉਣਗੇ ਗੱਲਾਂ ਬਾਤਾਂ ਕਰਨਗੇ ਨਗਮੇ ਹੋ ਸਕਦਾ ਥੋੜ੍ਹੇ ਬਹੁਤ ਵਿੱਚ ਆ ਜਾਣ ਤੁਹਾਡੀ ਫਰਮਾਇਸ਼ ਹੋਊਗੀ ਤਾਂ ਅਤੇ ਉਹ ਸ਼ੋਅ ਵੀ ਜ਼ਰੂਰ ਦੇਖਿਓ ਤੁਸੀਂ ਹੈਲੋ 2020 ਲਗਾਤਾਰ ਜਾ ਰਹੀ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੈਂ ਸਾਊਥ ਕੈਰੋਲਾਈਨਾ ਤੋਂ ਮਨਜੀਤ ਸਿੰਘ ਬੋਲ ਰਿਹਾ ਹਾਂਜੀ ਮਨਜੀਤ ਜੀ ਸਵਾਗਤ ਹੈ ਤੁਹਾਡਾ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਹਾਂਜੀ ਪਹਿਲੀ ਵਾਰੀ ਕਾਲ ਕੀਤੀ ਹੈ ਤੁਹਾਡੇ ਗੈਸਟ ਪ੍ਰੋਗਰਾਮ ਵੇਖੀ ਹੈ ਮੈਂ ਕੇਪੀਸੀ ਨਾਲ ਗੱਲ ਕਰਨੀ ਸੀ ਜੀ ਮੈਂ ਗੱਲ ਕਰ ਰਿਹਾ ਕੇਪੀ ਸਿੰਘ ਹੀ ਬੋਲ ਰਿਹਾ ਜੀ ਹੁਕਮ ਕਰੋ ਹਾਂਜੀ ਕੇਪੀ ਸਿੰਘ ਜੀ ਮੈਂ ਰਾਈਟ ਹਾਂਜੀ ਮੈਂ ਤੁਹਾਨੂੰ ਸਿਰਫ ਇੱਕੋ ਕੁਐਸਚਨ ਪੁੱਛਣਾ ਸੀ ਤੇ ਜਦੋਂ ਤੁਸੀਂ ਡਿਬੇਟ ਕਰਦੇ ਹੋ ਅਸੀਂ ਬੜਾ ਮੈਂ ਤੁਹਾਡਾ ਪ੍ਰੋਗਰਾਮ ਵੇਖਦਾ ਡਿਬੇਟ ਹਾਂਜੀ ਤੇ ਜਦੋਂ ਤੁਸੀਂ ਹਾਂਜੀ ਕੇਪੀ ਸਿੰਘ ਜੀ ਜਦੋਂ ਤੁਸੀਂ ਕਾਂਗਰਸ ਤੇ ਅਕਾਲੀ ਦਲ ਉਹਨਾਂ ਨੂੰ ਪੂਰਾ ਟਾਈਮ ਦਿੰਦੇ ਜਦੋਂ ਆਪਣੇ ਬੁੱਧੀਜੀਵੀ ਆਉਂਦੇ ਆ ਨਾ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਕੋਲ ਤੁਸੀਂ ਅਨਸਰ ਪੁੱਛਦੇ ਹੋ ਜਾਂ ਇੱਕ ਡਾਕਟਰ ਸਿੱਧੂ ਹੈ ਤੇ ਉਹ ਨਾਲ ਹੀ ਤੁਸੀਂ ਆਪਣੀ ਬਾਂਹ ਖੜੀ ਕਰਕੇ ਤੇ ਉਹਨਾਂ ਨੂੰ ਤੁਹਾਡਾ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈਗਾ ਮਨਜੀਤ ਜੀ ਜਦੋਂ ਮੈਂ ਉਹਨਾਂ ਨੂੰ ਸਵਾਲ ਕਰਦਾ ਕਰਦਾ ਬ੍ਰੇਕ ਲੈਂਦਾ ਹੁੰਦਾ ਇਹਦਾ ਮਤਲਬ ਇਹ ਹੁੰਦਾ ਕਿ ਉਹ ਆਪਣਾ ਉਹ ਪੁਆਇੰਟ ਪੂਰਾ ਕਰ ਚੁੱਕੇ ਆ ਅਤੇ ਅਗਲੇ ਪੁਆਇੰਟ ਦੇ ਲਈ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਜਿਹੜਾ ਇੱਕ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਮੈਂ ਟਾਈਮ ਘੱਟ ਦਿੰਦਾ ਉਹ ਸਵਾਲ ਦਾ ਜਵਾਬ ਇਹ ਹੈਗਾ ਕਿ ਤੁਸੀਂ ਪੂਰਾ ਪ੍ਰੋਗਰਾਮ ਜੋ ਦੇਖੋਗੇ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਡਿਊਰੇਸ਼ਨ ਆ ਜਿਹੜੀ ਉਹ ਬੁੱਧੀਜੀਵੀਆਂ ਨੂੰ ਮਿਲਦੀ ਆ ਪੋਲੀਟੀਸ਼੨ ਨੂੰ ਘੱਟ ਮਿਲਦੀ ਹੈ ਕਿਉਂ ਪੋਲੀਟੀਸ਼ਨ ਤਾਂ ਪਹਿਲੇ ਸਾਡਾ ਇੰਨਾ ਸਮਾਂ ਲੈ ਚੁੱਕੇ ਆ ਜੀ ਮਨਜੀਤ ਸਿੰਘ ਜੀ ਅਸੀਂ ਉਹਨੂੰ ਵੱਧ ਵਕਤ ਦੇ ਕੇ ਕਰਨਾ ਕੀ ਹੈ ਅਸੀਂ ਤਾਂ ਉਹਨਾਂ ਨੂੰ ਪੁਆਇੰਟ ਟੂ ਪੁਆਇੰਟ ਸਵਾਲ ਲੈਂਦੇ ਹਾਂ ਨਹੀਂ ਉਹ ਤਾਂ ਸਾਰੀ ਉਹ ਸੇਧ ਦਿੰਦੇ ਆ ਜਿਹੜਾ ਕਾਂਗਰਸੀ ਤੇ ਜਿਹੜੇ ਅਕਾਲੀ ਹੈ ਨਾ ਜਿਹੜੇ ਬਾਦਲ ਦੜੀਏ ਉਹ ਤੇ ਓਦਾਂ ਹੀ ਹੈ ਬਸ ਜਿੱਦਾਂ ਬਰਾੜ ਹੋਣੀ ਹੈ ਜਾਂ ਹੋਰ ਜਿਹੜੇ ਬੀਜੇਪੀ ਵਾਲੇ ਆ ਤੇ ਬੁੱਧੀਜੀਵੀ ਵਾਲੇ ਜਿੱਦਾਂ ਮਨਜੀਤ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਤੇ ਇੱਕ ਹੋਰ ਆਉਂਦੇ ਆ ਆਪਣੇ ਜਿਹੜੇ ਵੀ ਦੂਜੇ ਆ ਹਾਂਜੀ ਹਾਂਜੀ ਨਹੀਂ ਉਹ ਕੋਸ਼ਿਸ਼ ਕਰੀ ਦੀ ਹੈ ਮਨਜੀਤ ਜੀ ਉਹਨਾਂ ਨੂੰ ਵੱਧ ਟਾਈਮ ਦੇਣ ਦੀ ਕੋਸ਼ਿਸ਼ ਕਰੀ ਦੀ ਹੋਰ ਟਾਈਮ ਦਿਆ ਕਰਾਂਗੇ ਤੁਹਾਡਾ ਸੁਝਾਅ ਨੋਟ ਕਰ ਲਿਆ ਜੀ ਨਹੀਂ ਤੁਸੀਂ ਉਹਨਾਂ ਪਹਿਲਾਂ ਜਦੋਂ ਨਾਲ ਹੀ ਕਹਿੰਦੇ ਵੀ ਜਵਾਬ ਦਿਓ ਤੇ ਨਾਲ ਹੀ ਆਪਣੀ ਬਾਹ ਖੜੀ ਕਰ ਦਿੰਦੇ ਹੋ ਤੁਸੀਂ ਕੋਈ ਨਹੀਂ ਹੁਣ ਮੈਂ ਬਾਹ ਘੱਟ ਖੜੀ ਕਰਿਆ ਕਰੂੰਗਾ ਜੀ ਮਨਜੀਤ ਜੀ ਘੱਟ ਖੜੀ ਕਰਿਆ ਕਰੂੰ ਬਾਹ ਤੁਹਾਡੀ ਮੈਂ ਆਪਣੀ ਅਸੀਂ ਤਾਂ ਪਹਿਲੇ ਸਾਊਥ ਕੈਰੋਲੀਨਾ ਚੋਂ ਤੁਹਾਨੂੰ ਕਦੀ ਕਾਲ ਨਹੀਂ ਆਈ ਮੈਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ ਵੀ ਤੁਸੀਂ ਉਹਨਾਂ ਨੂੰ ਘੱਟ ਕਰ ਮੈਂ ਤਾਂ ਅੱਜ ਹੀ ਕਾਲ ਪਹਿਲੀ ਵਾਰੀ ਸੁਣ ਰਿਹਾ ਜੀ ਖੁਦ ਹੀ ਪਹਿਲੀ ਵਾਰੀ ਮੈਂ ਬੈਠਾ ਕਾਲ ਸੁਣ ਲਈ ਬਹੁਤ ਧੰਨਵਾਦ ਤੁਹਾਡਾ ਤੁਸੀਂ ਫੋਨ ਕੀਤਾ ਤੁਹਾਡਾ ਸੁਝਾਅ ਮੈਂ ਨੋਟ ਕਰ ਲਿਆ ਜੇ ਅੱਗੇ ਤੋਂ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਫਿਰ ਫੋਨ ਕਰ ਲਿਓ ਕੋਈ ਦਿੱਕਤ ਨਹੀਂ ਮੈਂ ਹਰ ਸਮਾਂ ਤੁਹਾਡੇ ਲਈ ਹੈ ਵੱਧ ਵੱਧ ਵਕਤ ਦੇਵਾਂਗੇ ਜੀ ਵੱਧ ਦੇਵਾਂਗੇ ਹੋਰ ਦੱਸੋ
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬੜਾ ਧੰਨਵਾਦ ਤੁਹਾਡਾ, ਤੁਸੀਂ ਫੋਨ ਕੀਤਾ, ਥੈਂਕ ਯੂ ਜੀ, ਸੇਮ ਟੂ ਯੂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ, ਫਟਾਫਟ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ ਕਿਉਂਕਿ ਆਪਣੇ ਕੋਲ ਵਕਤ ਘਟਦਾ ਜਾ ਰਿਹਾ। ਮੈਂ ਕੇਪੀ ਸਿੰਘ ਜੀ, ਮੈਂ ਤੇ 2 ਮਿੰਟ ਦੀ ਗੱਲ ਨਵੇੜ ਦੇਣੀ ਆ। ਹਾਂਜੀ ਹਾਂਜੀ, ਅਸੀਂ ਐਵੇਂ ਨਿੰਦੀ ਜਾਂਦੇ ਆ, ਆਪਣੇ ਮੁਲਕ ਨੂੰ ਨਿੰਦਣਾ ਨਹੀਂ ਚਾਹੀਦਾ, ਇੰਨਾ ਠੀਕ ਚੱਲਦਾ ਆ, ਸਮੇਂ ਸਮੇਂ ਨਾਲ ਮਹਿੰਗਾਈ ਭਾਵੇਂ ਵਧੀ ਆ, ਪਰ ਪਿੰਡਾਂ 'ਚ ਦੇਖੀਦਾ ਜਾ ਕੇ ਘਰ ਘਰ ਕਾਰ ਖੜੀ ਆ, ਘਰ ਘਰ ਸਕੂਟਰ। ਕੀ ਨਾਮ ਹੈ ਜੀ ਤੁਹਾਡਾ, ਨਾਮ ਕੀ ਹੈ ਜੀ? ਮੇਰਾ ਨਾਮ ਗਿਆਨ ਸਿੰਘ ਹੈ ਜੀ, ਸ਼ਹਿਰੋਂ ਤੋਂ ਬੋਲਦਾ ਮੈਂ। ਮੈਂ ਹੁਣੇ ਇੰਡੀਆ ਜਾਂਦਾ ਜੇ ਨਾ, ਹੁਣੇ ਆਇਆ ਪਿਛਲੇ ਮਹੀਨੇ ਹੀ। ਅੱਛਾ ਜੀ। ਤੇ ਮੈਂ ਤਾਂ ਕੋਈ ਏਡੀ ਦੇਖੀ ਨਹੀਂ ਗੱਲ, ਤੇ ਜੇ ਕੋਈ ਜਿੱਦਾਂ ਸਿਆਣੇ ਕਿ ਏਡੀਆਂ ਚੱਕ ਕੇ ਫਾ ਲਵੇ, ਊਂ ਤਾਂ ਫਿਰ ਔਖੇ ਹੋਣਾ ਹੀ ਆ। ਆਪਣੇ ਆਪਣੇ ਚੱਦਰ ਦੇਖ ਕੇ ਪੈਰ ਪਸਾਰੋ, ਕੋਈ ਏਡੀ ਗੱਲ ਨੀ ਗੀ, ਲੰਘਣਾ ਮੁਸ਼ਕਲ ਹੋਇਆ, ਕਾਰਾਂ ਗੱਡੀਆਂ ਮੋਟਰ ਇੰਨੀਆਂ ਹੋ ਗਈਆਂ, ਕਿੱਥੋਂ ਆ ਗਈਆਂ ਜੇ ਜੇ ਹਾਲਤ ਮਾੜੇ ਆ ਤਾਂ ਠੀਕ ਨਹੀਂ। ਤੇ ਅਸੀਂ ਰੀਸਾਂ ਕਰਦੇ ਆ, ਜਿਹੜੇ ਉਹ ਲੋਕ ਦੁਖੀ ਹੁੰਦੇ ਆ, ਤੇ ਅਸੀਂ ਤਾਂ ਆਪਣੇ ਜ਼ਿਮੀਂਦਾਰਾ ਵੀ ਕੀਤਾ ਆ, ਸਾਰਾ ਟੱਬਰ ਅਸੀਂ ਖੇਤੀ ਚ ਆਪ ਕਰਦੇ ਹੁੰਦੇ ਸੀਗੇ, ਹੁਣ ਕਰਕੇ ਰਾਜੀ ਨੀ ਮੁੰਡੇ ਅੱਜ ਕੱਲ ਦੇ, ਤੇ ਸੋ ਇਸ ਕਰਕੇ ਇੰਨਾ ਨਿੰਦਣਾ ਨੀ ਚਾਹੀਦਾ। ਤੇ ਬਾਕੀ ਗੌਰਮੈਂਟਾਂ ਦੀ ਗੱਲ ਹੈ, ਇੱਥੇ ਕਿਹੜੀਆਂ ਗੌਰਮੈਂਟਾਂ ਇੱਕ ਦੂਜੇ ਨਹੀਂ ਲੰਖਾਰਬਾਜ਼ੀ ਕਰਦੀਆਂ, ਇੱਥੇ ਵੀ ਕਰਦੀਆਂ ਹੀ ਆ। ਆ ਹੁਣੇ ਭਾਈ ਸਾਹਿਬ ਨੇ ਭਾਅ ਦੀ ਗੱਲ ਕੀਤੀ, ਲੁੱਟਦੇ ਆ ਉੱਥੇ, ਇੱਥੇ ਕਿਹੜੇ ਇੱਕੋ ਭਾਅ, ਸਾਰੇ ਸਟੋਰਾਂ 'ਚ ਨਿੰਦਾ ਕਰਨ ਦੀ ਬਜਾਏ ਸਾਨੂੰ ਉਸ ਸਿਸਟਮ ਦੇ ਵਿਚਾਲੇ ਆਪ ਉਤਰ ਕੇ ਉਹਨੂੰ ਸੁਧਾਰਨਾ ਚਾਹੀਦਾ। ਦੇਖੋ ਜੀ, ਦੇਖੋ ਜੀ, 70 ਬਣਦੇ ਇੱਕ ਰੁਪਈਏ ਦੇ ਜਾ ਕੇ ਕਰੋ ਤਾਂ ਥੋੜੀ ਬਹੁਤ ਹੈਲਪ ਆਪਣੇ ਰਿਸ਼ਤੇਦਾਰਾਂ ਗੁਆਂਢੀਆਂ ਦੀ ਥੋੜਾ ਬਹੁਤ, 70 ਬਣ ਜਾਂਦੇ ਇੱਕ ਰੁਪਈਏ ਦੇ ਕਰੋ ਤਾਂ, ਜੇ ਤੁਹਾਡੇ ਜਿੱਤੇ ਤੁਹਾਨੂੰ ਇੰਨੇ ਦੱਸਦੇ ਉਹਨਾਂ ਨਾਲ ਤਾਂ ਮਾਫ ਕਰਨਾ, ਮੈਂ ਹੋਰ ਕਾਲਸ ਨਹੀਂ ਲੈ ਸਕਦਾ, ਵਕਤ ਇਜਾਜ਼ਤ ਨਹੀਂ ਦੇ ਰਿਹਾ। ਮੇਰਾ ਤਾਂ ਦਿਲ ਕਰਦਾ ਸੀ ਅੱਜ ਮੈਂ ਤੁਹਾਡੇ ਨਾਲ ਬੈਠਾ ਰਵਾਂ, ਤੁਹਾਡੇ ਨਾਲ ਗੱਲਾਂ ਕਰਦਾ ਰਵਾਂ। ਇਹ 2020 ਦਾ ਸਫ਼ਰ ਇਸ ਤੋਂ ਬਾਅਦ ਵੀ ਜਾਰੀ ਰਹੇਗਾ। ਹੈਲੋ 2020 ਦੇਖਣਾ ਨਾ ਭੁੱਲਣਾ, ਜਗਤਾਰ ਜੱਗੀ ਅਤੇ ਸਿਮਰਜੋਤ ਹੋਰਾਂ ਦੇ ਨਾਲ। ਜਗਤਾਰ ਜੱਗੀ ਐਲੇ ਤੋਂ ਬੈਠਣਗੇ, ਅਕਸਰ ਤੁਸੀਂ ਉਹਨਾਂ ਨੂੰ ਕਮੇਡੀ ਕਰਦੇ ਦੇਖਦੇ ਹੋ, ਅਤੇ ਇੱਥੇ ਜਿਹੜਾ ਸ਼ੋਅ ਤੁਸੀਂ ਦੇਖਦੇ ਹੋ ਜਲਵੇ ਜੱਗੀ 'ਤੇ, ਤੁਸੀਂ ਉਹ ਦੇਖਦੇ ਹੋ। ਸਿਮਰਜੋਤ ਹੋਰਾਂ ਨੂੰ ਤੁਸੀਂ ਦਿਲ ਕੀ ਓਪਨ ਸਟੇਜ 'ਤੇ ਦੇਖਦੇ ਹੋ, ਉਹ ਦੋਨੋਂ ਇਕੱਠੇ ਹੋਣਗੇ ਇੰਡੀਆ ਸਟੂਡੀਓ ਅਤੇ ਐਲੇ ਸਟੂਡੀਓ ਤੋਂ ਇਕੱਠੇ ਜੁੜਨਗੇ। ਹੈਲੋ 2020 ਜਾਰੀ ਰਹੇਗਾ। ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ, ਸਾਡੀ ਪੂਰੀ ਟੀਮ ਨੂੰ ਚੰਗਾ ਲੱਗਿਆ, ਸਾਡੇ ਪੂਰੇ ਜਸ ਪਰਿਵਾਰ ਨੂੰ ਚੰਗਾ ਲੱਗਿਆ, ਜਸ ਦੇ ਪ੍ਰਬੰਧਕ ਆ ਜਿਹੜੇ ਉਹਨਾਂ ਨੂੰ ਚੰਗਾ ਲੱਗਿਆ, ਚਾਹੇ ਉਹ ਅਮੈਰੀਕਾ 'ਚ ਬੈਠੇ ਆ, ਚਾਹੇ ਉਹ ਇੰਡੀਆ ਬੈਠੇ ਆ। ਸਾਰੀ ਟੀਮ ਮੈਂ ਤੁਹਾਡਾ ਤੁਹਾਡਾ ਧੰਨਵਾਦ ਕਰਦੀ ਹਾਂ, ਤੁਹਾਡੀ ਰਿਣੀ ਹੈ। ਤੁਸੀਂ ਇੰਨੇ ਸਤਿਕਾਰਤ ਤਰੀਕੇ ਨਾਲ ਗੱਲਾਂ ਬਾਤਾਂ ਕੀਤੀਆਂ। ਬਹੁਤ ਜਣੇ ਮੈਨੂੰ ਇਹ ਗੱਲ ਕਹਿ ਰਹੇ ਸੀਗੇ ਕਿ ਜਦੋਂ ਫੋਨ ਕਾਲਸ ਆਉਂਦੀਆਂ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਹੋਣਗੀਆਂ, ਪਰ ਮੈਨੂੰ ਲੱਗਿਆ ਕਿ ਅੱਜ ਦਿਲ ਦੀਆਂ ਗੱਲਾਂ ਹੋਈਆਂ। ਸਵਾਲ ਤਾਂ ਅਸੀਂ ਰੋਜ਼ ਪੁੱਛਦੇ ਹਾਂ, ਸਵਾਲ ਤੁਸੀਂ ਵੀ ਰੋਜ਼ ਸੁਣਦੇ ਹੋ, ਜਵਾਬ ਤੁਹਾਡੇ ਕੋਲ ਵੀ ਹੁੰਦੇ ਆ, ਜਵਾਬ ਤੁਸੀਂ ਵੀ ਸੁਣਨਾ ਚਾਹੁੰਦੇ ਹੋ, ਪਰ ਅੱਜ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਨਾਂ ਗੱਲਾਂ ਨੇ ਮੈਨੂੰ ਅੱਜ ਬਹੁਤ ਕੁਛ ਦਿੱਤਾ ਹੈਗਾ। ਮੈਨੂੰ ਲੱਗਦਾ ਕਿ ਮੈਂ ਤੁਹਾਡੇ ਤੋਂ ਅੱਜ ਬਹੁਤ ਕੁਛ ਸਿੱਖਿਆ, ਅਤੇ ਇਸ ਸਿੱਖਣ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਅੰਜਾਮ ਦੇ ਸਕੀਏ। ਇਹ ਅਕਸਰ ਕੈਮਰੇ ਅੱਗੇ ਆ ਕੇ ਜਾਂ ਇਸ ਲਾਈਫ ਦੇ ਵਿੱਚ ਆ ਕੇ ਅਕਸਰ ਅਸੀਂ ਆਪਦੇ ਆਪ ਨੂੰ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਉਸ ਝੂਠ ਤੋਂ ਬਚਣਾ ਪਊਗਾ, ਕੋਸ਼ਿਸ਼ ਕਰਨੀ ਪਵੇਗੀ ਕਿ ਸੱਚ ਦੇ ਨੇੜੇ ਖੜੀਏ, ਅਤੇ ਉਸ ਸਿਸਟਮ ਨੂੰ ਸਵਾਲ ਕਰ ਸਕੀਏ ਜਿਹੜਾ ਸਿਸਟਮ ਸਾਡੇ 'ਤੇ ਭਾਰੂ ਪੈਂਦਾ। ਜੇ ਅਸੀਂ ਸਵਾਲ ਪੁੱਛਣੇ ਬੰਦ ਕਰ ਦਿੱਤੇ, ਹਾਂ ਵਿੱਚ ਹਾਂ ਮਿਲਾਉਣੀ ਸ਼ੁਰੂ ਕਰਤੀ, ਹਾਂ ਦੇ ਨਾਲ ਸਵਾਲ ਪੁੱਛਣੇ ਬੰਦ ਕਰ ਦਿੱਤੇ, ਤਾਂ ਫਿਰ ਇਹ ਸਿਸਟਮ ਹੈ ਆਪਦੇ ਤਰੀਕੇ ਨਾਲ ਸਾਨੂੰ ਚਲਾਵੇਗਾ। ਜੇ ਸਿਸਟਮ ਨੂੰ ਅਸੀਂ ਚਾਹੁੰਦੇ ਹਾਂ ਕਿ ਸੁਧਾਰੀਏ, ਤਾਂ ਸਾਨੂੰ ਵੀ ਉਸ ਸਿਸਟਮ ਦੇ ਵਿੱਚ ਰਹਿ ਕੇ ਸਵਾਲ ਪੁੱਛਣੇ ਪੈਣਗੇ। ਅਤੇ ਇੱਕ ਵਾਰ ਫਿਰ ਮੈਂ ਤੁਹਾਡਾ ਬਹੁਤ ਰਿਣੀ ਹਾਂ, ਬਹੁਤ ਧੰਨਵਾਦ ਕਰਦਾ। 2020 ਦਾ ਸਫ਼ਰ ਲਗਾਤਾਰ ਜਾਰੀ ਹੈ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਮੇਰਾ ਅਜੇ ਵੀ ਬਹੁਤ ਮਨ ਕਰਦਾ, ਮੈਂ ਵਾਰ ਵਾਰ ਕਹਿ ਰਿਹਾ, ਮਨ ਵਾਕਈ ਕਰਦਾ, ਤਾਂ ਹੀ ਗੱਲਾਂ ਹੋਰ ਕਰਨੀਆਂ ਚਾਹੁੰਦੀਆਂ ਸੀਗੀਆਂ, ਚਾਹੁੰਦਾ ਸੀਗਾ। ਪਰ ਤੁਹਾਡੇ ਕਈ ਸੁਝਾਅ ਮਿਲੇ ਮੈਨੂੰ, ਕਈਆਂ ਨੇ ਕਿਹਾ ਕਿ ਆਪਦੇ ਸ਼ੋਅ ਦਾ ਟਾਈਮ ਥੋੜ੍ਹਾ ਜਿਹਾ ਵਧਾਓ, ਕਈਆਂ ਨੇ ਕਿਹਾ ਕਿ ਸਾਨੂੰ ਮੂਵੀ ਵੀ ਦਿਖਾਇਆ ਕਰੋ, ਕਈਆਂ ਨੇ ਕਿਸਾਨੀ ਚਿੰਤਾ ਜ਼ਾਹਿਰ ਕੀਤੀ ਹੈ, ਕੋਈ ਇਹ ਗੱਲ ਕਹਿ ਰਿਹਾ ਕਿ ਇੰਡੀਆ 'ਚ ਇਹ ਕਦੋਂ ਫੁੱਲ ਫਲੈ ਚੱਲੇਗਾ ਤੁਹਾਡਾ ਚੈਨਲ, ਇਹ ਵੀ ਸਵਾਲ ਕੀਤੇ ਆ। ਡੋਲਰ ਦੇ ਰੁਪਏ ਦੇ ਨਾਲ, ਕਰੰਸੀ ਦੇ ਨਾਲ, ਇੰਡੀਅਨ ਕਰੰਸੀ ਦੇ ਨਾਲ ਕਿਹੋ ਜਿਹਾ ਫਰਕ ਰਹਿੰਦਾ ਹੈਗਾ, ਉਹ ਵੀ ਜ਼ਰੂਰ ਦੱਸਿਆ ਕਰੋ। ਤੁਹਾਡੇ ਸਾਰੇ ਸੁਝਾਅ ਨੋਟ ਕਰ ਲਏ ਗਏ ਹੈਗੇ ਆ, ਅਤੇ ਤੁਹਾਡੇ ਸੁਝਾਵਾਂ ਦੀ ਬਦੌਲਤ ਹੀ ਜਸ ਪਰਿਵਾਰ ਅੱਗੇ ਵੱਧਦਾ ਪਿਆ। ਕੋਸ਼ਿਸ਼ ਕਰਾਂਗੇ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰੀਏ, ਪਰ ਜਿਹਨੇ ਬਦਲਣਾ ਹੁੰਦਾ, ਮੈਨੂੰ ਇੱਕ ਲਾਈਨਾਂ ਯਾਦ ਆ ਰਹੀਆਂ, ਫਿਰ ਮੈਂ ਸ਼ੋਅ ਸਮਾਪਤ ਕਰ ਰਿਹਾ। ਕਹਿੰਦੇ ਜਿਹਨੇ ਬਦਲਣਾ ਹੁੰਦਾ ਉਹ ਬਦਲ ਜਾਂਦਾ, ਜਿਨ੍ਹਾਂ ਨੇ ਬਦਲਣਾ ਹੁੰਦਾ ਉਹ ਬਦਲ ਜਾਂਦਾ। ਹਰ ਕੋਈ ਜਨਵਰੀ ਦਾ ਇੰਤਜ਼ਾਰ ਨਹੀਂ ਕਰਦਾ, ਸੋ ਬਦਲਣ ਲਈ ਨਾ ਜਨਵਰੀ ਦਾ ਇੰਤਜ਼ਾਰ ਹੈ, ਨਾ ਇੱਕ ਤਰੀਕ ਦਾ ਇੰਤਜ਼ਾਰ ਕਰੋ,
ਜਦੋਂ ਦਿਲ ਕਰੇ, ਜਦੋਂ ਤੁਹਾਨੂੰ ਲੱਗੇ ਕਿ ਇਹ ਬਦਲਾਵ ਹੈ ਸਾਡੇ ਲਈ ਚੰਗਾ ਹੈਗਾ, ਉਦੋਂ ਉਸ ਬਦਲਾਵ ਦੇ ਨਾਲ ਖੜ੍ਹੇ ਹੋ ਜਾਵੋ। ਅਤੇ ਮੈਂ ਤੁਹਾਡੇ ਹਰ ਬਦਲਾਅ ਦੇ ਨਾਲ ਖੜ੍ਹਾਂ। ਜਿਹੜੀ ਚੀਜ਼ ਤੁਸੀਂ ਸਾਡੇ ਤੋਂ ਮੰਗ ਰਹੇ ਹੋ, ਜਿਹੜੀ ਚੀਜ਼ ਦੀ ਤੁਸੀਂ ਸਾਡੇ ਤੋਂ ਉਮੀਦ ਕਰ ਰਹੇ ਹੋ, ਜਿਹੜੀ ਚੀਜ਼ ਦੀ ਤੁਹਾਡੀ ਇੱਛਾ ਹੈਗੀ ਹੈ, ਜਿਹੜੀਆਂ ਤੁਹਾਡੀਆਂ ਦਵਾਵਾਂ ਹੈਗੀਆਂ, ਸਾਰੀਆਂ ਅੱਜ ਮੈਂ ਇਕੱਠੀਆਂ ਕਰ ਲਈਆਂ, ਸਾਂਭ ਲਈਆਂ, ਪੱਲੇ ਬੰਨ ਲਈਆਂ ਕਿ ਤੁਸੀਂ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਹੋ। ਅਤੇ ਉਸ ਪੈੜੇ 'ਤੇ ਉੱਤੇ ਤੁਰਨਾ ਸਾਡੇ ਲਈ ਬਹੁਤ ਔਖਾ, ਪਰ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਪੈੜਿਆਂ 'ਤੇ ਤੁਰਾਂ ਜਿਹੜੇ ਕਦਮ ਤੁਸੀਂ ਅੱਜ ਸਾਨੂੰ ਦਿੱਤੇ ਹੈਗੇ ਆ, ਉਹਨਾਂ ਕਦਮਾਂ 'ਤੇ ਅਸੀਂ ਆਪਣੇ ਕਦਮ ਰੱਖ ਸਕੀਏ। ਤੁਹਾਡਾ ਇੱਕ ਵਾਰ ਫਿਰ ਬਹੁਤ ਧੰਨਵਾਦ, ਨਵੇਂ ਵਰ੍ਹੇ ਦੀਆਂ ਮੁਬਾਰਕਾਂ। ਪੁਰਾਣੇ ਰੋਸੇ ਆ ਜਿਹੜੇ ਸਾਨੂੰ ਭੁੱਲਣੇ ਪੈਣਗੇ, ਨਵੇਂ ਤਰ੍ਹਾਂ ਦੀ ਸ਼ੁਰੂਆਤ ਕਰਨੀ ਪਊਗੀ ਅਤੇ ਇੱਕ ਦੂਜੇ ਦੇ ਨੇੜੇ ਹੋਣਾ ਪਵੇਗਾ। ਮੈਂ ਫਿਰ ਕੋਸ਼ਿਸ਼ ਕਰੂੰਗਾ, ਕਦੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ। ਬਹੁਤ ਧੰਨਵਾਦ ਅੱਜ ਦੇ ਲਈ। ਹੈਲੋ 2020 ਇਸ ਤੋਂ ਬਾਅਦ।